ਜਦੋਂ कृपाल मारिया गया जंग ਦੇ ਵਿੱਚ तो गोपाल खुशी ਨਾਲ ਨੱਚਣ ਲੱਗ ਗਿਆ। कांगड़े वाला कटोची आ जब मारे गया ना कृपाल कृपाल भिड़िया ना फिर आप आके वो भी मारिया गया। नच तो पे गोपाल गोपाल खुशी ना नचन लग गया। सैन सभे सरदार दा भज तो पई बिहाल बस फिर सैना भज उठी। फिर कौन रह गया? राजा यही रह गया सी, इन्हें सामने सी। भज उठी सैना भज ली सब। खान हुसैन कृपाल के हिम्मत रण जूझंत। हुसैन खान कृपाल ते हिम्मत ये सारे रण दे विच हुसैनी मारिया गया पहला, उसके बाद कृपाल मारिया गया, इहदे नाल हिम्मत मारिया गया। मारिया नहीं हिम्मत गया असल दे विच, हिम्मत जख्मी हो के डिग पिया बुरी तरह से, उठण जोगा नहीं रहा। ਭਾਲ ਚਲੇ ਜੋਧਾ ਸਭੈ ਜਿਮਦੇ ਮੁਕਟ ਮਹੰਤ। ਬਸ ਐ ਭਜਲੇ ਬਾਕੀ ਉਹਦੇ ਜਿਵੇਂ ਬੜੇ ਮਹੰਤ ਨੂੰ ਪਬਲਿਕ ਇਕੱਠੀ ਹੁੰਦੀ ਆ ਨਾ, ਉਹਦੀ ਤਾਜਪੋਸ਼ੀ ਵਾਸਤੇ ਪੱਗਾਂ ਦੇ ਕੇ ਚਲੇ ਜਾਂਦੇ ਆਪਣੇ ਆਪਣੇ ਘਰ ਨੂੰ। ਐ ਚਲੇ ਗਏ ਜਿਵੇਂ ਪਾਠ ਤੇ ਪੱਗਾਂ ਦੇ ਕੇ ਭਾਜੀ ਨੇ ਪੱਗ ਦੇਤੀ ਆਪਣੇ ਘਰ ਨੂੰ ਚਲਾ ਗਿਆ। ਇਕੱਠ ਬੜਾ ਹੋਇਆ ਸੀ ਜੰਗ ਦਾ, ਐ ਸਭ ਚਲੇ ਗਏ ਆਪਣੇ ਆਪਣੇ ਵਿਦਾ ਹੋ ਗਏ। ਚੌਪਈ ਇਹ ਵਿਦ ਸ਼ਤਰੂ ਸਭੇ ਚੁਣ ਮਾਰੇ। ਇਹ ਵਿਦ ਸ਼ਤਰੂ ਸਭੇ ਚੁਣ ਮਾਰੇ। ਇਸ ਤਰੀਕੇ ਨਾਲ ਜਿਹੜੇ ਦੁਸ਼ਮਣ ਸੀ ਸਾਰੇ ਹੀ ਚੁੱਕ ਚੁੱਕ ਕੇ ਮਾਰੇ ਗਏ। ਘਿਰੇ ਆਪਣੇ ਸੂਰ ਸੰਭਾਰੇ। ਜਿਹੜੇ ਆਪਣੇ ਸੂਰ ਵਿੱਚ ਗਿਰ ਗਏ ਸੀ, ਜ਼ਖਮੀ ਹੋ ਗਏ ਸੀ, ਉਹ ਸਾਂਭੇ ਚੱਕੇ ਉਹਨਾਂ ਨੂੰ ਮੱਲਮ ਪੱਟੀ ਕਰਨ ਵਾਸਤੇ। ਤੈ ਕਾਇਲ ਹਿੰਮਤ ਕਹਿ ਲਹਾ। ਆ ਦੇਖੋ ਹਿੰਮਤ ਉੱਥੇ ਕਾਇਲ ਦੇਖ ਲਿਆ ਪਿਆ ਹੋਇਆ। ਹਿੰਮਤ ਜਿਹੜਾ ਸੀਗਾ ਉਹ ਜ਼ਖਮੀ ਹੋਇਆ ਦੇਖਿਆ ਦੇਖਿਆ ਉੱਥੇ। ਰਾਮ ਸਿੰਘ ਗੋਪਾਲ ਸਿੰਘ ਕਹਾ। ਰਾਮ ਸਿੰਘ ਨੇ ਦੇਖ ਲਿਆ ਗੋਪਾਲ ਨੂੰ, ਕਿਹਾ ਵੀ ਹਿੰਮਤ ਹੀ ਜਿਉਂਦਾ ਹੈ ਜੇ, ਵੀ ਆ ਕਾਇਲ ਪਿਆ, ਸਾਰੀ ਸ਼ਰਾਰਤ ਦੀ ਜੜ ਇਹੀ ਹੈ। ਜਿਹਨੇ ਹਿੰਮਤ ਅਸ ਕਲਹਿ ਵਢਾਇਓ। ਆ ਜਿਹੜਾ ਇਸੀ ਕਲਹਿ ਹਿੰਮਤ ਨਹੀਂ ਵਢਾਈ ਆ, ਸਾਰਾ ਸਿਆਪਾ ਇਸੇ ਦਾ ਪਾਇਆ ਹੋਇਆ ਵੀ ਲੱਭ ਗਿਆ ਹੁਣ ਜਿਉਂਦਾ ਹੀ ਹੱਥ। ਕਾਇਲ ਆਜ ਹੱਥ ਵਹਿ ਆਇਓ। ਹੁਣ ਕਾਇਲ ਆਪਣੇ ਹੱਥ ਆ ਗਿਆ। ਜਬ ਗੋਪਾਲ ਐਸੇ ਸੁਣ ਪਾਵਾ। ਜਦ ਗੋਪਾਲ ਨੇ ਸੁਣਿਆ ਇੱਕੋ ਹੀ ਤਲਵਾਰ ਦੇ ਬਾਰ ਨਾ ਪਾਰ ਬੁਲਾਤਾ। ਮਾਰ ਦਿਓ ਜੀਵਤ ਨਾ ਉਠਾਵਾ। ਬਸ ਜਿਉਂਦਾ ਨਹੀਂ ਉਠਾਇਆ, ਉੱਥੇ ਪਏ ਨੂੰ ਵੱਢ ਦਿੱਤਾ। ਜੀਤ ਭਈ ਰਣ ਭਇਓ ਉਜਾਰਾ। ਜੀਤ ਭਈ ਜਿੱਤ ਹੋ ਗਈ ਰਣ ਦੇ ਵਿੱਚ। ਜਿਹੜਾ ਸੀ ਨਾ ਗਰਦ ਗਵਾਲ ਦੱਬ ਗਿਆ, ਰੌਲਾ ਰੱਪਾ ਖਤਮ ਹੋ ਗਿਆ। ਸਿਮਰਤੀ ਕਰ ਸਭ ਘਰੋਂ ਸਿਧਾਰਾ। ਬਸ ਆਪਣੇ ਸਾਰਿਆਂ ਨੇ ਫੇਰ ਘਰ ਦਾ ਚੇਤਾ ਆਇਆ। ਜੰਗ 'ਚ ਨਹੀਂ ਚੇਤਾ ਹੁੰਦਾ, ਜੰਗ 'ਚ ਖਬਰਾਂ ਮੁੜਨਾ ਖਬਰਾਂ ਨਹੀਂ ਮੁੜਨਾ। ਹੁਣ ਚੇਤਾ ਆਇਆ ਘਰ ਦਾ ਵੀ ਚੱਲੀ ਯਾਰ ਘਰ ਨੂੰ ਚੱਲੀਏ। ਹੁਣ ਜਿਹੜੇ ਬਚ ਗਏ ਉਹਨਾਂ ਨੇ ਜਾਣਾ ਸੀ। ਸਿਮਰਤੀ ਕਰ ਸਭ ਘਰੋਂ ਸਿਧਾਰਾ। ਸਿਮਰਤੀ ਹੋਣਾ ਆਈ ਆ, ਨਹੀਂ ਭੁੱਲੇ ਹੋਏ ਤੇ ਜੰਗ 'ਚ ਨਹੀਂ ਕੋਈ ਯਾਦ ਹੁੰਦਾ ਕਿਸੇ ਦੇ ਕੁਝ ਵੀ। ਰਾਖ ਲਿਓ ਹਮ ਕੋ ਜਗਰਾਈ। ਸਾਨੂੰ ਪਰਮੇਸ਼ਰ ਨੇ ਰੱਖ ਲਿਆ, ਸਾਡੇ ਤੇ ਆਉਣੇ ਨਹੀਂ ਦਿੱਤੀ। ਇਹ ਜਿਹੜੇ ਚੜ੍ਹ ਕੇ ਤਾਂ ਆਇਆ ਸੀ ਸਾਡੇ ਵਾਸਤੇ, ਪਰ ਰਾਹ 'ਚ ਰੱਖ ਲਿਆ। ਲੋਹ ਘਟਾ ਅਣਤੇ ਬਰਸਾਈ। ਆ ਜਿਹੜੀ ਕਾਲੀ ਘਟਾ ਸੀ ਨਾ, ਹੋਰ ਇਹਦਾ ਵਰਸ ਗਈ ਜਾ ਕੇ। ਲੋਹ ਘਟਾ ਕਾਲੀ ਘਟਾ। ਲੋਹ ਘਟਾ ਅਣਤੇ ਬਰਸਾਈ। ਹੋਰੇ ਜਗ੍ਹਾ ਬਰਸਾਤੀ ਇਹ। ਚੜ੍ਹ ਕੇ ਦਾ ਬੱਦਲ ਸਾਡੇ ਤੇ ਆਇਆ ਤੇ ਹੋਰੇ ਜਗ੍ਹਾ ਜਾ ਵਰਸਿਆ। ਚੌਪਈ ਯੁੱਧ ਭਇਓ ਇਹ ਭਾਂਤ ਅਪਾਰਾ। ਇਸ ਤਰੀਕੇ ਨਾਲ ਬੜਾ ਯੁੱਧ ਹੋਇਆ। ਤੁਰਕਣ ਕੋ ਮਾਰਿਓ ਸਰਦਾਰਾ। ਤੁਰਕਾਂ ਦੇ ਸਰਦਾਰ ਸਾਰੇ ਮਾਰੇ ਗਏ। ਰਿਸਤਨ ਖਾਨ ਦਿਲਾਵਰ ਤਏ। ਉਸ ਵਕਤ ਦਿਲਾਵਰ ਖਾਨ ਬੜਾ ਗੁੱਸੇ ਨਾਲ ਪਿਆ। ਰਿਸਤਨ ਖਾਨ ਦਿਲਾਵਰ ਤਏ ਬੜਾ ਗੁੱਸੇ ਹੋਇਆ। ਜੰਗ ਦਿਲਾਵਰ ਖਾਨ ਨੂੰ ਪਤਾ ਲੱਗਿਆ ਲਾਹੌਰ ਬਈ ਉਹ ਫੇਰ ਹਾਰ ਗਈ ਸਾਡੀ ਫੌਜ। ਜਿਹੜਾ ਇੱਥੇ ਬਾਹਾਂ ਠੋਕ ਕੇ ਗਿਆ ਸੀ ਨਾ ਹੁਸੈਨੀ ਉਹ ਤਾਂ ਮਾਰਿਆ ਗਿਆ। ਉਹ ਤਾਂ ਮਾਰਿਆ ਗਿਆ, ਨਾਲ ਪਹਾੜੀ ਰਾਜਾ ਵੀ ਮਾਰਿਆ ਗਿਆ ਕਿਰਪਾਲ। ਸਾਡੀ ਤਾਂ ਤਾਕਤ ਕੀ ਸੀ, ਨਾਲ ਤਾਕਤ ਉਹਨਾਂ ਦੀ ਵੀ ਜਿਹੜੀ ਮਿਲੀ ਸੀ ਉਹ ਵੀ ਗਈ। ਇੱਥੇ ਸੌਰ ਪਠਾਵਤ ਭਏ। ਹੋਰ ਉਹਨੇ ਸੈਨਾ ਭੇਜੀ ਫਿਰ ਦੁਬਾਰਾ ਇਕੱਠੀ ਕਰਕੇ। ਹੋਰ ਪਠਾਵਤ ਪਏ ਹੋਰ ਭੇਜੇ। ਉੱਤੇ ਪਠੇ ਉਹਨੂੰ ਸਿੰਘ ਜੁਝਾਰਾ। ਉਧਰੋਂ ਉਹਨਾਂ ਨੇ ਜੁਝਾਰ ਸਿੰਘ ਨੂੰ ਇਹਦੇ ਮੁਕਾਬਲੇ 'ਚ ਖੜਾ ਕੀਤਾ। ਤੇ ਭਲਾਣ ਤੇ ਖੇਦ ਨਕਾਰਾ, ਹਾਂ ਜੁਝਾਰ ਸਿੰਘ ਉਹਨਾਂ ਨੇ ਭੇਜਿਆ, ਉਹ ਜਿਹੜੇ ਕਟੋਚੀਏ ਨੇ ਉਹਨਾਂ ਨੇ। ਭਲਾਨ ਜਿਹੜਾ ਸੀ ਨਾ ਇੱਕ ਨੰਗਰ ਸੀ ਭਲਾਨ ਇਹਨਾਂ ਦਾ, ਜਿਹੜੇ ਆਪਣੇ ਗੋਪਾਲੇ ਦਾ, ਉਹਦਾ ਕਬਜ਼ਾ ਕਰ ਲਿਆ। ਉੱਥੋਂ ਉਹਦੇ ਅਹਿਲਕਾਰ ਭਜਾ ਦਿੱਤੇ, ਜਿਵੇਂ ਕਿਸੇ ਦੀ ਚੌਕੀ ਤੇ ਆਪਾਂ ਕਬਜ਼ਾ ਕਰ ਲਈਏ, ਉੱਥੋਂ ਉਹਨੇ ਉੱਥੇ ਕਬਜ਼ਾ ਕਰ ਲਿਆ ਜਾ ਕੇ। ਤੇ ਇਹ ਭਲਾਨ ਤੇ ਖੇਦ ਨਕਾਰਾ, ਭਲਾਨ ਤੇ ਖੇਦ ਕੇ ਉਹਨੇ ਉਹ ਤੇ ਕਬਜ਼ਾ ਕਰ ਲਿਆ। ਇਤਗਜ ਸਿੰਘ ਪੰਮਾ ਦਲ ਜੋਰਾ, ਇਹਦੇ ਦੂਏ ਪਾਸੇ ਉਹ ਗਜ ਸਿੰਘ ਨੇ ਔਰ ਪੰਮਾ ਜਿਹੜਾ ਸੀ, ਇਹਨਾਂ ਨੇ ਆਪਣਾ ਦਲ ਇਕੱਠਾ ਕੀਤਾ, ਸੈਨਾ ਤੇ ਚੜੇ ਦੂਏ ਪਾਸੇ। ਉਹ ਤਾਹੇ ਪਰੇ ਤਨ ਉੱਪਰ ਭੋਰਾ, ਉਹ ਉਹਨਾਂ ਦੇ ਉੱਤੇ ਆਪਣੇ ਤੇ ਜਿਹਨਾਂ ਨੇ ਕਬਜ਼ਾ ਕੀਤਾ ਸੀ ਉਹਨਾਂ ਦੇ ਉੱਤੇ ਤਾਹੇ ਸੁਬਹ ਜਾ ਪਏ। ਉੱਤੇ ਜੁਝਾਰ ਸਿੰਘ ਪਿਓ ਆਡਾ, ਜੁਝਾਰ ਸਿੰਘ ਵੀ ਨੇ ਮੁਕਾਬਲਾ ਕੀਤਾ, ਕਰਨਾ ਹੀ ਸੀ ਮੁਕਾਬਲਾ ਤਾਂ। ਜੁਝਾਰ ਸਿੰਘ ਮੂਹਰੇ ਹੋ ਗਿਆ, ਆਡਾ ਲਿਆ ਉਹਨੇ। ਜਿਮਰਨ ਖੰਭ ਭੂਮਰਨ ਗਾਡਾ, ਐ ਖੜ ਗਿਆ ਜਿਵੇਂ ਰਣ ਦੇ ਵਿੱਚ ਖੰਭਾ ਕੱਢਿਆ ਹੁੰਦਾ, ਝੰਡਾ ਕੱਢਿਆ ਹੁੰਦਾ, ਐ ਖੜ ਗਿਆ। ਗਾਡਾ ਚਲੇ ਨਾ ਹਾਂਡਾ ਚੱਲ ਹੈ, ਇਹਦਾ ਕੱਢਿਆ ਹੋਇਆ ਤਾਂ ਤੁਰ ਭਾਵੇਂ ਚਲਿਆ ਜਾਵੇ, ਗੱਡੀ ਹੋਈ ਚੀਜ਼ ਤਾਂ ਤੁਰ ਸਕਦੀ ਹੈ, ਪਰ ਉਹ ਇਸ ਤਰੀਕੇ ਨਾਲ ਖੜ ਗਿਆ ਵੀ ਉਹ ਨਹੀਂ ਤਾਂ ਹਿੱਲ ਸਕਦਾ। ਗੱਡੀ ਚੀਜ਼ ਤਾਂ ਭਾਵੇਂ ਹਿੱਲ ਜਾਵੇ, ਪਰ ਐ ਖੜ ਗਿਆ ਵੀ ਉਹਨੂੰ ਨਹੀਂ ਕੋਈ ਹਿਲਾ ਸਕਦਾ। ਸਾਹਮਣੇ ਸੇਲ ਸਮਰ ਮੂੰਹ ਝੱਲ ਹੈ, ਬਸ ਮੂਹਰੇ ਤੇ ਤੀਰ ਜਿਹੜੇ ਆਉਂਦੇ ਸੀ ਵਰਸ਼ੇ, ਸਾਰੇ ਹਥਿਆਰਾਂ ਦੇ ਵਾਰ ਚੱਲਦਾ ਰਿਹਾ, ਖੜਾ ਹੀ ਰਿਹਾ। ਬਾੜ ਚੜੇ ਦਲ ਦਊ ਜੁਝਾਰਾ, ਦੋਨਾਂ ਪਾਸਿਆਂ ਦੇ ਸੂਰਮੇ ਜਿਹੜੇ ਨੇ, ਹਾਂ ਬਾਣ ਚਲੇ ਦਲ ਦੋ ਜੁਝਾਰਾ, ਦੋ ਪਾਸਿਆਂ ਤੇ ਵੰਡ ਕੇ ਦਲ ਦੋ ਪਾਸਿਆਂ ਤੋਂ ਹਮਲਾ ਕੀਤਾ ਉਹਨਾਂ ਨੇ। ਉੱਤੇ ਚੰਦੇਲ ਇੱਥੇ ਜਸਵਾਰਾ, ਇਹ ਇੱਕ ਪਾਸੇ ਤੇ ਚੰਦੇਲ ਪੈ ਗਏ, ਇੱਕ ਪਾਸੇ ਤੇ ਜਸਵਾਲੀਏ ਪੈ ਗਏ। ਮੰਡਿਓ ਵੀਰ ਖੇਤ ਮੋ ਜੁਦਾ, ਹਾਂ ਉੱਥੇ ਜੰਗ ਹੋਣ ਲੱਗ ਗਿਆ ਖੇਤ ਦੇ ਵਿੱਚ। ਉਪਜਿਓ ਸਮਸੂਰ ਮਨ ਕਰੁਦਾ, ਸਮਰ ਸੂਰ ਮਨ ਕਰੁਦਾ, ਸਾਰੇ ਸੂਰਮਿਆਂ ਦੇ ਮਨ ਦੇ ਵਿੱਚ ਕ੍ਰੋਧ ਬੜਾ ਸੀਗਾ। ਕੋਪ ਭਰੇ ਦਊ ਦਿਸ ਪਟ ਭਾਰੇ, ਦੋਨਾਂ ਪਾਸਿਆਂ ਤੇ ਬੜੇ ਕ੍ਰੋਧ ਨਾਲ ਜੰਗ ਹੋ ਰਹੀ ਸੀ। ਇੱਥੇ ਚੰਦੇਲ ਉੱਤੇ ਜਸਵਾਰੇ, ਜਸਵਾਰੇ ਇੱਕ ਪਾਸੇ ਤੋਂ, ਦੂਜੇ ਪਾਸੇ ਤੋਂ ਚੰਦੇਲੀਏ ਲੜਦੇ ਸੀ। ਢੋਲ ਢੰਗਾਰੇ ਵਜੇ ਅਪਾਰਾ, ਢੋਲ ਨਗਾਰੇ ਵਜੇ ਅਪਾਰਾ, ਬੜੇ ਢੋਲ ਨਗਾਰੇ ਵਜੇ ਦੋਹਾਂ ਪਾਸਿਆਂ ਤੋਂ। ਭੀਮ ਰੂਪ ਭੈਰੋ ਭਬਕਾਰਾ, ਭਿਆਨਕ ਰੂਪ ਹੋ ਕੇ ਭੈਰੋ ਨੇ ਬੋਲਿਆ, ਯਾਨੀ ਭਿਆਨਕ ਰੂਪ ਦੇ ਵਿੱਚ ਸਾਰੇ ਬੋਲ ਰਹੇ ਸੀ। ਰਸਾਵਲ ਛੰਦ, ਧੁਨਗ ਢੋਲ ਵੱਜੇ ਮਹਾਸੂਰ ਗੱਜੇ, ਜਿਉਂ ਜਿਉਂ ਢੋਲ ਵੱਜਦਾ ਸੀ ਤੇ ਉਹਦੇ ਸੂਰਮੇ ਨੂੰ ਜੋਸ਼ ਚੜਦਾ ਸੀ। ਕਰੇ ਸ਼ਸਤਰ ਘਾਵੰ ਚੜੇ ਚਿੱਥ ਚਾਵੰ, ਬੜੇ ਸ਼ਸਤਰਾਂ ਦੇ ਵੱਧ ਵੱਧ ਕੇ ਘਾਉ ਕਰਦੇ ਸੀ, ਵੱਧ ਵੱਧ ਕੇ ਜੰਗ ਕਰਦੇ ਸੀ। ਨਿਰਭੈ ਚੜੇ ਚਿੱਥ ਚਾਵੰ, ਚੌ ਨਾਲ ਕਰਦੇ ਸੀ। ਨਿਰਭੈ ਬਾਜ ਡਾਰੇ ਬਰੰਗੇ ਪ੍ਰਹਾਰੇ, ਨਿਰਭੈ ਬਾਜ ਡਾਰੇ, ਨਿਰਭੈ ਹੋ ਗਏ, ਮਤਲਬ ਹੈ ਨਿਰਭੈ ਬਾਜ ਡਾਰੇ, ਹਾਂ ਨਿਰਭੈ ਬਾਜ ਡਾਰੇ, ਨਿਰਭੈ ਹੋ ਕੇ ਘੋੜਿਆਂ ਨੂੰ ਸਿੱਟ ਰਹੇ ਸੀ। ਪਰੰਗੇ ਪ੍ਰਹਾਰੇ, ਪਰੰਗੇ ਪ੍ਰਹਾਰੇ, ਕੁਹਾੜਿਆਂ ਦੇ ਵਾਰ ਕਰ ਰਹੇ ਸੀ, ਕੁਹਾੜੇ ਚਲਾ ਰਹੇ ਸੀ। ਕਰੇ ਤੇਗ ਘਾਇਨ ਚੜੇ ਜਿੱਤ ਚਾਇਨ, ਇਹ ਜਿਹੜੇ ਤਲਵਾਰਾਂ ਵੀ ਘਾਇਰ ਕਰ ਰਹੀਆਂ ਸੀ, ਤਲਵਾਰਾਂ ਵੀ ਚੱਲ ਰਹੀਆਂ ਸੀ, ਘਾਉ ਦੇ ਰਹੀਆਂ ਸੀ, ਬੜਾ ਟੁੱਕ ਹੋ ਰਹੀ ਸੀ। ਬਕੇ ਮਾਰ ਮਾਰੰਗ ਨਾ ਸ਼ੰਕਾ ਵਿਚਾਰੰ, ਬਸ ਕੋਈ ਸ਼ੰਕਾ ਨਹੀਂ ਸੀ ਕਰ ਰਿਹਾ, ਮਾਰੋ ਮਾਰ ਕਰ ਰਿਹਾ ਸੀ, ਮਾਰ ਲੋ ਕਰ ਰਿਹਾ ਸੀ, ਕੋਈ ਸ਼ੰਕਾ ਕਿਸੇ ਨੂੰ ਸ਼ੰਕਾ ਨਹੀਂ ਸੀਗੀ ਜਿੱਤ ਦੀ ਵੀ ਮੇਰੀ ਜਿੱਤ ਨਹੀਂ ਹੋਊਗੀ। ਦੋਹਾਂ ਧਿਰਾਂ ਨੂੰ ਇਹ ਸੀ ਵੀ ਮੇਰੀ ਜਿੱਤ ਹੋਊ। ਰੁਲੇ ਤੱਛ ਮੁੱਛੰ ਕਰੇ ਸੁਰਗਿਛੰ, ਤੱਛ ਮੁੱਛੰ ਤੱਛੇ ਹੋਏ ਮੁੱਛੇ ਹੋਏ ਰੁਲਦੇ ਫਿਰਦੇ ਨੇ ਉੱਥੇ। ਕਰੇ ਸੁਰਗਿਛੰ, ਆ ਸੁਰਗ ਦੀ ਇੱਛਾ ਕਰ ਰਹੇ ਨੇ, ਮਰ ਪ੍ਰਾਣ ਛੱਡਣ ਦੀ ਇੱਛਾ ਕਰ ਰਹੇ ਨੇ। ਸਾਰਿਆਂ ਨੂੰ ਇਹੀ ਹੈ ਵੀ ਜੇ ਮਰ ਗਏ ਸੁਰਗ ਨੂੰ ਜਾਵਾਂਗੇ। ਜੰਗ ਦੇ ਵਿੱਚ ਇਹ ਹੁੰਦਾ ਹੈ ਵੀ ਜਿਹੜਾ ਮਰ ਗਿਆ ਸੁਰਗ ਨੂੰ ਜਾਊਗਾ, ਇਸ ਕਰਕੇ ਹਾਂ ਸ਼ਹੀਦੀ ਹੋ ਜਾਂਦੀ ਹੈ। ਦੋਹਰਾ ਨੈਣ ਲੜਤੇ ਮੁਰ ਚਲੇ, ਕਰੇ ਨਿਡਰ ਹਵੈ ਘਾਏ, नायक ने रलते मुड़ चला एक भी जंग दे विचों पीछे नूर मुड़ के नहीं भजया। करे निडर हवे काहे, सारे निडर होके एक दूसरे ते हमला कर रहे ने, काहे कर रहे ने, कायल कर रहे ने। गिर गिर परै पवंग ते भरे बरहंगन जाए, बस जेड़े ज्यादा जख्मी हो जाते हैं गिर जाते हैं, वड्डे टुके जाते हैं, बरे बरंगन जाए बहुत उन्होंने वर के लै जाती है। चौपई यह विधि होत भयो संग्रामा, इस तरीके नाल बड़ा युद्ध होया, संग्राम होया। जूझे चंद नारायण नामा, चंद नारायण मारिया गया। चंद नारायण उन्हां दोयां दे नाल आया सी, उहदे जिहड़े सीगे अपने कांगड़े वाले शाही फौजां दे नाल सी चंद नारायण। तब जुझार एकल ही तयो, बस जुझार कला रह गया। चंद नारायण जुझार दो आए सी, चंद नारायण ते जुझार दो आए सी। ਵੀਰਨ ਘੇਰ ਦਸੋ ਦਿਸ ਲਿਓ, ਦਸਾਂ ਪਾਸਿਆਂ ਤੇ ਜਵਾਨਾਂ ਨੇ ਫਿਰ ਘੇਰ ਲਿਆ, ਦੋਹਰਾ ਚਾਰਾਂ ਪਾਸਿਆਂ ਤੇ ਘੇਰ ਲਿਆ। ਦੋਹਰਾ ਧਸਿਓ ਕਟਕ ਮੈਂ ਝਟਕਦਾ ਕਛੂ ਨਾ ਸੰਕ ਵਿਚਾਰ, ਉਹ ਸਾਰੇ ਕਟਕ ਦੇ ਵਿੱਚ ਚਾਰ ਦਸਾਂ ਪਾਸਿਆਂ ਤੇ ਚਾਰ ਘੇਰਿਆ ਹੋਇਆ, ਪਰਵਾਹ ਨਹੀਂ ਕੀਤੀ, ਧਸ ਗਿਆ ਵਿੱਚ, ਉਵੇਂ ਲੜਦਾ ਰਿਹਾ। ਦਸਿਓ ਕਟਕ ਮੈਂ ਝਟਕਦੇ ਕਛੂ ਨਾ ਸੰਕ ਵਿਚਾਰ, ਸ਼ੰਕਾ ਕੋਈ ਨਹੀਂ, ਉਵੇਂ बाही गया हथियार अपने हो, उन्हें कोई नहीं पता, कोई चिंता नहीं में मैं कर गया ना कर गया। गाहत भयो सब ठन बड़े, बाहत भयो हथियार, हथियार बहुता रहा, बड़े बड़े सूरमियां नूं मारदा रहा। यानी जदों आदमी मरना मन लवे फिर वो ये देख लैंदा मैं किन्ने क मार दूं, बस ये ओहदे ये सी, आप बचण दी गल नहीं सी, मैं किन्ने नूं मार सकदा। ਇਹ ਮੰਨ ਕੇ ਲੜ ਰਿਹਾ ਸੀ ਵੀ ਜਿੰਨੇ ਜ਼ਿਆਦਾ ਨੇ ਸਮਾਂ ਚੰਗਾ, ਜ਼ਿਆਦਾ ਮੰਨਣਗੇ। ਚੌਪਈ ਇਹ ਵਿਧੀ ਘਣੇ ਘਰਨ ਕੋ ਗਾਰਾ, ਬਹੁਤ ਸਾਰੇ ਘਰ ਇਸ ਵਿਧੀ ਨਾਲ ਉਹਨੇ ਗਾਲਤੇ। ਬਹੁਤ ਜਿਹੜੇ ਬੱਚੇ ਸੀ ਯਤੀਮ ਕਰਤੇ, ਬਹੁਤ ਔਰਤਾਂ ਵਿਧਵਾ ਕਰਤੀਆਂ, ਬਹੁਤ ਮਾਂ-ਬਾਪ ਦੇ ਪੁੱਤ ਖੋਲੇ। ਭਾਂਤ ਭਾਂਤ ਕੇ ਕਰੇ ਹਥਿਆਰਾ, ਭਾਂਤ ਭਾਂਤ ਦੇ ਹਥਿਆਰ ਚਲਾਏ ਉਹਨੇ। चुन चुन वीर पखरिया मारे, बड़े घोड़ सवार चुने चुने चंगे चंगे घोड़ सवार मारे उन्हें। अंत देवपुर आप बंधारे, अखीर नूं बस आप प्राण छड़ गया, देवपुरी चला गया। सहजादे को आगमन मदर देश। चौपई यह विधि सोबत भयो जुझारा, जद जुझार सिंह इस तरीके नाल मारिया गया, जुझार भी मारिया गया। आन बसे तब धाम लुझार लुझारा, बस वो अपने अपने वापस आके उधर चले गए, ये अपने इधर आ गए। दोहां फौजां दे जड़े दोहां पासियां दे सूरमे अपने अपने घरां नूं चले गए, अपने अपने शहरां दे विच आके बस गए। तब औरंग मन माहे रसावा, औरंगजेब ने देखा भी तो 3-4 बार हार गया लाहौर यार, सूबा तो कम खराब हो गया। उधर खबर चली जाती थी भी वो फिर हार गया, फिर हार गया, फिर हार गया। उन्होंने कहता इंप्रैशन खराब हो जू मेरा, इधरों ये उन्हों का दिल वादा, इधरों इतने वो बगावत हुई हुई है, इधरों कमजोर हो गए, मैं तो विचाले कर गया। उन्हें कहा फिर उन्हें अपनी उतों फौज भेजी। मदर देश को पूत बिठावा, अपना पुत बड़ा असल दे विच ये सीगा ही इत्थे आगरे सी। बहादुर शाह नूं भेजिया, हुण बहादुर शाह नूं चिट्ठी लिखी भी जा तू आप जा। बहादुर शाह आगरे सी, उहदे नाल औरंगाबाद छोटा सी। हाँ जी, ते आप सब लोग डराने, पंजाब नूं उहने भेजिया, मदर देश के है ना, आगरे तो पंजाब नूं भेजिया ना। हाँ, उहदे आउण नाल लोग डर गए, वो वड्डा सीगा, फौज भी उहदे नाल ज़्यादा सी, लोग सारे डर गए। बड़े बड़े गिरहेर लुकाने, सारे राजे पहाड़िया भज गए ना, पहाड़ा जा लुके। बड़े बड़े गिरहेर लुकाने, हाँ हाँ, बड़े पहाड़ों के विच उत्थे जाके लुके राजे सारे। हमहूं लोगन अदक डरायो, सानू भी लोगों ने बड़ा डराया भी तुसी भी किते पासे पासा वट जाओ। काल कर्म को मरम ना पायो, उन्होंने ये नहीं सोचिया लोगों ने भी काल जिहड़ा है सब कुछ परमेश्वर के हथ है। भाणे दी जिहड़ी है रमजे नूं नहीं पछाणिया, भाणे ते भरोसा नहीं सी, काल दा मरम नहीं जाणिया। होना वो है जो काल नूं भौंदा। किते चले जाओ बच तो सकता ही नहीं किते कोई। कितक लोग तो जो संग सिधारे, कितने लोग साडा संग छड्ड के चले गए, आनंदपुर साहब छड्ड के भज गए। जाए बसे गिरवर जह भारे, वो बस ज्यादा बड़ियां पहाड़ियां जिथे सी खतरनाक उथे जाके रुके। चित मूजियन को अदक डराना, मूजियन जेड़े सी कमजोर सी, कायर सी, मूजियन को अदक डराना, कायर सी, उन्हां दे चित च बड़ा डर भय पैदा हो गया। तने अवार ना आपन जाना, उन्हां ने अपने आप नू उभार ना, भय चो मुक्त करना उन्होंने पता नहीं सी, समझ नहीं है भय मुक्त किवें होईदा, मन समझाउणा उन्होंने आउंदा नहीं सी। तब औरंग जी माज रसाए, तब औरंग जी माज रसाए, ता औरंग इहनूं भी असल ज औरंग नाउं नहीं है किसी का, औरंग नाउं नहीं है। औरंग है जिहदे नाल तख्त सुभायमान हो जाए, तख्त सजवे जिहदे बैठे ते। औरंग मतलब है तख्त ते बहिंदी सार तख्त नूं शोभा, तख्त दी जिहड़ी कीमत वध जाए, औरंग उहनूं कहंदे ने। औरंगजेब नूं तख्त नूं शोभा देण वाला नाम नहीं है औरंगजेब किसी का, गुणवाचक लगता है। उन्होंने भी औरंगे लिख रहे हैं मुंडे नूं, तां लिख रहे हैं जी मांझ रसाए। एक अहदिया यहाँ पठाए, एक अहदिया यहाँ पठाए, पता लग गया उन्होंने भी, राजे भज गए सारे छड्ड के। फिर उन्हें एक अपना अहलकार भेजता इधर आनंदपुर साहब वालों। हम ते भाज बेमुख जे गए, जेड़े बेमुख भज गए ना सानू छड्ड के। तिनके धाम गिरावत भए, उन्हां दे घर गिराउण लग गया। असल दे विच अंदर खाने दसम पातशाह दी यार उन्हां दी इक गल सी, बहादुर शाह दी। ऐसी तो समझा के भेजिया भी उन्होंने कुछ नहीं कहना हैगा, वो तो अपने बंदे रहे, जो भी करते रहे वो ठीक करते रहे। इन्हां दी तां अंदर खाने इक्को गल, ਸਮਾਂ ਜਿਹੜੇ ਛੱਡ ਕੇ ਘਰ ਉਹਨਾਂ ਦੇ ਘਰ ਢਾਹ ਤੇ ਗਏ, ਢਾਹ ਦੋ ਉਹਨਾਂ ਦੇ ਘਰ, ਛੱਡ ਕੇ ਕਿਉਂ ਗਏ? ਜੇ ਕਹਾਂ ਨੂੰ ਛੱਡ ਕੇ ਜਾਣ ਨਾ, ਜੇ ਆਪਣੇ ਗੁਰ ਤੇ ਮੁਖ ਫੇਰਾ ਹੈ, ਜਿਹੜੇ ਕਹਿੰਦੇ ਆਪਣੇ ਗੁਰ ਤੇ ਮੁਖ ਫੇਰਦੇ ਨੇ, ਯਾਂ ਉਹਾਂ ਤਿਨਕੇ ਗ੍ਰਹਿ ਗ੍ਰਹਿ, ਯਾਂ ਉਹਾਂ ਤਿਨਕੇ ਗ੍ਰਹਿ ਗ੍ਰਹਿ, ਇੱਥੇ ਵੀ ਉਹਨਾਂ ਦੇ ਘਰ ਕਰਦੇ ਨੇ, ਪਰਲੋਕ ਚ ਵੀ ਢਹਿ ਜਾਂਦੇ ਨੇ ਘਰ ਉਹਨਾਂ ਦੇ। ਯਾਂ ਉਪਹਾਸ ਨਾ ਸੁਰ ਪਰ ਵਾਸਾ, ਇੱਥੇ ਉਹਨਾਂ ਨੂੰ ਚੈਨ ਨਹੀਂ ਹੁੰਦੀ, ਸੁਰ ਪਰ ਵਾਸਾ ਨਹੀਂ ਹੁੰਦਾ। ਚੈਨ ਤਾਂ ਉਰੇ ਹੁੰਦੀ ਉਹ ਨਹੀਂ, ਉਰੇ ਚੈਨ ਨਾਲ ਨਹੀਂ ਸੌ ਸਕਦੇ, ਬਹਿ ਸਕਦੇ, ਸੁਰ ਪਰ ਵਾਸਾ ਨਹੀਂ ਹੁੰਦਾ। ਸਭ ਵਾਤਣ ਤੇ ਰਹੇ ਨਿਰਾਸ਼ਾ, ਸਾਰੀਆਂ ਗੱਲਾਂ ਤੋਂ ਨਾਰਾਜ਼ ਰਹਿੰਦੇ ਨੇ। ਦੁੱਖ ਭੁੱਖ ਤਿੰਨ ਕੋ ਰਹਿ ਲਾਗੀ, ਦੁੱਖ ਭੁੱਖ ਲੱਗੀ ਉਹ ਰਹਿੰਦੀ ਉਹਨਾਂ ਨੂੰ। ਸੰਤ ਸੇਵ ਤੇ ਜੋ ਹੈ ਤਿਆਗੀ, ਸੰਤ ਸੇਵ ਤੇ ਜੋ ਹੈ ਤਿਆਗੀ, ਜਿਹੜੇ ਸੰਤ ਸੇਵ ਤੋਂ ਤਿਆਗੀ ਨੇ ਉਹਨਾਂ ਦਾ ਇਹ ਹਾਲ ਹੁੰਦਾ ਹੈ। ਜਿਹੜਾ ਗੁਰੂ ਨਾਲ ਆਡਾ ਲਾ ਲਵੇ, ਜਿਵੇਂ ਦਰਸ਼ਨ ਤੋਂ ਲਾਇਆ ਹੋਇਆ ਗੁਰੂ ਨਾਲ ਆਡਾ, ਆਡਾ ਅਕਾਲ ਤਖਤ ਵਾਲਿਆਂ ਨਾਲ ਲਾਉਂਦਾ, ਜਥੇਦਾਰਾਂ ਨਾਲ ਲਾਉਂਦਾ, ਗੱਲ ਸਮਝ ਆਉਂਦੀ ਸੀ। ਬਾਦਲ ਨਾਲ ਆਡਾ ਲਾਉਂਦਾ, ਗੱਲ ਸਮਝ ਆਉਂਦੀ ਸੀ, ਪਰ ਤੂੰ ਤਾਂ ਗੁਰੂ ਨਾਲ ਲਿਆ ਆਡਾ। ਉਹਨਾਂ ਨੇ ਤਾਂ ਗੁਰੂ ਦਾ ਡਿਫੈਂਸ ਕੀ ਕਰਕੇ ਤੈਨੂੰ ਕੱਢਿਆ, ਉਹ ਗੁਰੂ ਨਾਲ ਖੜੇ ਨੇ, ਤੂੰ ਗੁਰੂ ਤੋਂ ਖਿਲਾਫ ਖੜਾ। ਗੁਰੂ ਇਹ ਨਹੀਂ ਸਮਝੇ ਨਾ ਲੋਕਾਂ ਨੂੰ, ਉਹਨਾਂ ਨਾਲ ਕੋਈ, ਉਹਨਾਂ ਨਾਲ ਸੰਗਤ ਕਿਉਂ ਹੈ, ਤੇਰੇ ਨਾਲ ਕਿਉਂ ਨਹੀਂ? ਉਹ ਗੁਰੂ ਨਾਲ ਖੜੇ ਨੇ, ਤੂੰ ਗੁਰੂ ਦੇ ਖਿਲਾਫ ਖੜਾ। ਲੜਾਈ ਤੇਰੀ ਗੁਰੂ ਨਾਲ ਹੈ, ਉਹਨਾਂ ਨਾਲ ਕਾਹਦੀ ਲੜਾਈ ਹੈ? ਬੋਲਿਆ ਗੁਰੂ ਦੇ ਖਿਲਾਫ ਹੈ, ਬੋਲਿਆ ਉਹਦੇ ਗ੍ਰੰਥ ਦੇ ਖਿਲਾਫ ਹੈ ਜਿਹਦੀਆਂ ਬਾਣੀਆਂ ਨੇ। ਬੋਲਦੇ ਤੁਸੀਂ ਸਿੱਖੀ ਤੋਂ ਖਿਲਾਫ ਹੋ, ਸਿੱਖੀ ਤੋਂ ਖਿਲਾਫ ਬੋਲਦੇ ਹੋ। ਉਹ ਸਿੱਖੀ ਦੇ ਨਾਲ ਖੜੇ ਨੇ, ਸਿੱਖੀ ਦੇ ਚਾਹੇ ਉਹ ਕਹੇ ਜੇ ਵੀ ਨੇ, ਖੜੇ ਤਾਂ ਸਿੱਖੀ ਨਾਲ ਨੇ ਨਾ, ਖੜੇ ਤਾਂ ਗੁਰਮਤ ਨੂੰ ਬਚਾਉਣ ਵਾਸਤੇ ਨੇ ਨਾ। ਥੋੜੇ ਨੂੰ ਹਜ਼ਾਰ ਦਾ ਦੇ ਚੰਗੇ ਨੇ, ਤੁਸੀਂ ਸਿੱਖੀ ਨੂੰ ਤਹਿਸ-ਨਹਿਸ ਕਰਨਾ ਚਾਹੁੰਦੇ ਹੋ। ਇੱਥੇ ਉੱਥੇ ਘਰ ਘਰ ਜਾਣੇ ਨੇ ਤੁਹਾਡੇ, ਐਂ ਘਰ ਘਰ ਜਾਂਦੇ ਹੁੰਦੇ ਨੇ। ਜਿਹੜਾ ਗੁਰੂ ਨੂੰ ਛੱਡ ਜਾਵੇ ਅੱਗੇ ਕਰੇ ਨਹੀਂ। ਕਿਹਦਾ ਘਰ ਖੜਾ? ਤੀਰਮਲ ਦਾ ਖੜਾ, ਰਾਮਰੀਆਂ ਦਾ ਖੜਾ, ਨਾਂਕਾਰੀਆਂ ਦਾ ਖੜਾ, ਕਿਸੇ ਦਾ ਵੀ ਨਹੀਂ ਰਹਿਣਾ ਖੜਾ। ਜਿਹੜੇ ਛੱਡ ਜਾਣਗੇ ਰਹਿਣ, ਕਿਸੇ ਦਾ ਵੀ ਨਹੀਂ ਖੜਾ। थक तो के हट जाओगे की कर लोगे, कुछ नहीं बिगाड़ सकते। जगत बखे कोई काम न सरही, जगत दे विच कोई काम नहीं सरदा। दिन रात सड़ते ने जिवें तौड़ी, अपने कहते तौड़ी उबड़ के की करूँ, अपने कंडे सड़ लू। तुसीं जो तौड़ी में उबड़दे हो अपने कंडे साड़ी जाने की फर्क पैंदा उन्हां नूं। वो चुप ने कढ के। तुसीं जिहड़े रोज़ बयान दिंदे हो, असल च अवाला है तुहाडा अंदरों उबड़दा जो ना, तौड़ी कंडे साड़दी है, ज़ाहिर कर हुंदा है। अंत है कुंड नरक की परही, अंत नरक कुंड दे विच पड़ना जाके। तिनको सदा जगत उपहासा, सारे संसार दे विच उपहासा हुंदा, उन्हां नूं मजाक करदे लोग। श्री चंद ने की गल उपहासा ही है, कुछ नहीं होया। अंत है कुंड नरक की बासा, अंत है कुंड नरक की बासा, नरक कुंड दे विच चले जांदे ने। गुर भगते जे बेमुख सिधारे, गुर भगते आ देखो गुरमत ते जिहड़े बेमुख हो जांदे ने, गुरु दे पंथ नूं छड जांदे ने। इहां उहां तिनके मुख कारे, इत्थे और उत्थे उन्हां दे मूंह काले ही हुंदे ने। आ मिलना हुंदा और कुछ नहीं मिलदा। ये उसे ग्रंथ च लिखिया है जिहदी खिलाफत करदे ने। ये उसे बचित्तर नाटक दी कथा है जिहदी खिलाफत करदे ने। ये नहीं साबित नहीं है कि उस किसी होर थर्ड परसन का लिखा है, किसी हिंदू का लिखा है। तो गुर की गल हो रही है। उन्होंने तो ब्राह्मण गुरु है जगत का, वो तो आप ही गुरु ने ब्राह्मण का, किसी को गुरु मानते ही नहीं। जे मानते ने फिर वो देवी देवता मानते ने। ये गुर किनू कह रहे हैं? वो पंडित छड्ड के आनंदपुर साहब नूं गए ने बंदे, उन्हां दे प्रसंग उन्हां बारे चल रही है गल। जिहड़े दसम पातशाह नूं छड्ड के, हिस्टोरीकल गल है, ते हिस्टोरीकल गल है। जिहड़े छड्ड के उन्हां नाल आ होई है, उन्हां नाल इदां हुंदी है, पर लोक जी भी ऐ होऊ, ये गल अलग है। पुत्र पौत्र तिनके नहीं फरै, पुत्र पोत्र तिनके नहीं फरै। पुत्र पोत्र गांह ਉਹਨਾਂ ਦੇ ਪਿੰਡ ਨਹੀਂ ਵਸਦੇ ਹਨ, ਗਾਹਾਂ ਜਾ ਕੇ ਹਾਂ ਬਹੁਤ ਨਹੀਂ ਵਾਧਾ ਨਹੀਂ ਹੁੰਦਾ। ਦੁਖਦਾ ਮਾਤ ਪਿਤਾ ਕੋ ਮਰੈ, ਮਾਤ ਪਿਤਾ ਨੂੰ ਦੁੱਖ ਦੇ ਕੇ ਮਰਦੇ ਨੇ। ਗੁਰ ਦੁਖੀ ਸੰਗ ਸਗ ਕੀ ਮਿਰਤ ਪਾਵੈ, ਜਿਹੜੇ ਗੁਰ ਦੇ ਦੁਖੀ ਹੁੰਦੇ ਨੇ ਨਾ, ਸਗ ਕੀ ਮਿਰਤ ਪਾਵੈ। ਕੁੱਤੇ ਦੀ ਮੌਤ ਮਰਦੇ ਨੇ, ਸਗ ਕੁੱਤੇ ਨੂੰ ਕਹਿੰਦੇ ਨੇ। ਉਹ ਤਾਂ ਕੁੱਤੇ ਦੀ ਮੌਤ ਮਰਦੇ ਨੇ। ਕੁੱਤੇ ਦੀ ਮੌਤ ਮਰਨਾ, ਕੁੱਤੇ ਮੋ ਫਿਰੀ ਜਾਣਾ, ਜਿੱਥੇ ਮਰੂ ਕੁੱਤੇ। ਹਲਕਾ ਕੁੱਤਾ ਕਿਵੇਂ ਫਿਰਦਾ ਹੁੰਦਾ? ਇੱਕਦਮ ਨਹੀਂ ਖੜਦਾ। ਵਾ ਜਿਹੜਾ ਇੱਕਦਮ ਨਹੀਂ ਨਾ ਖੜਦਾ ਦਿਨ ਰਾਤ, ਉਹ ਹਲਕੇ ਕੁੱਤੇ ਵਰਗਾ ਹੀ ਹੋ ਜਾਂਦਾ। ਜੋ ਉਹ ਆਇਆ ਬੋਲੀ ਜਾਣਾ, ਜਿਹਨੂੰ ਦੇਖਿਆ ਮੂੰਹ ਪਾ ਲੈਣਾ। ਨਰਕ ਕੁੰਡ ਡਾਰੇ ਪਛਤਾਵੈ, ਨਰਕ ਕੁੰਡ ਡਾਰੇ ਜਾਣ ਕੇ ਫਿਰ ਪਛਤਾਉਣਗੇ। ਨਰਕ ਕੁੰਡ ਚ ਪੈ ਜਾਣਾ, ਫਿਰ ਪਛਤਾਉਣਾ ਉਹਨਾਂ ਨੇ। ਬਾਬੇ ਕੇ ਬਾਬਰ ਕੇ ਦੋ, ਬਾਬੇ ਕੇ ਬਾਬਰ ਕੇ ਦੋ, ਦੋ ਕਿਸਮ ਦੇ ਆਦਮੀ ਨੇ। ਇੱਕ ਮਨਮੁਖ ਨੇ, ਇੱਕ ਗੁਰਮੁਖ ਨੇ। ਬਾਬੇ ਕੇ ਜਿਹੜੇ ਨੇ ਗੁਰਮੁਖ ਨੇ, ਬਾਬਰ ਕੇ ਮਨਮੁਖ ਨੇ, ਵਿਰੋਧੀ ਨੇ। ਇੱਕ ਪਾਸੇ ਬਾਬੇ ਕੇ ਖੜੇ ਨੇ, ਇੱਕ ਪਾਸੇ ਬਾਬਰ ਕੇ ਨੇ। ਦਸਵਰਾਂ ਦੇ ਵਿਰੋਧੀ ਬਾਬਰ ਕੇ ਨੇ, ਹੱਕ 'ਚ ਖੜੇ ਨੇ ਬਾਬੇ ਕੇ ਨੇ, ਬਾਬੇ ਦੇ ਨਾਲ ਖੜੇ ਨੇ। जिन्हें ताकत ने कहे तो जाके दिखाने, परिक्रमा करके दिखाने। सर इन्हों चो कोई भी आदमी जब तक जे थोड़े ना 80% लोग ने, थोनू कौन हटा दू? परिक्रमा करते बादल नूं कढ दित्ता सी, कढण लगे सी, बादल 40 ट्रक भर के चला गया। मंजीत सिंह घोटाड़ा के बचे उत्थे। तुसीं लै जाओ 2-4 हज़ार ट्रक भर के, जे थोड़े ना लोग ने इन्ने, थोनू कौन हटाउंदा है? ਇਹ ਝੂਠ ਨਾਲ ਨਹੀਂ ਗੱਲਾਂ ਬਣਦੀਆਂ। ਸਾਡੇ ਨਾਲ 80% ਨੇ। ਇਹ ਝੂਠ ਨੂੰ ਲੋਕ ਜਾਣਦੇ ਨੇ। ਤੂੰ ਇਹਦਾ ਨਿਰਾ ਹੀ ਝੂਠ ਦੇ ਉੱਤੇ ਸਾਰਾ ਕਿਲ੍ਹਾ ਹੀ ਝੂਠ ਦੇ ਹਵਾ ਦੇ ਵਿੱਚ ਬਣਾਇਆ ਤੁਹਾਡਾ। ਲੈ ਜਾਓ ਭਰ ਕੇ, ਜਿੱਥੇ ਮਰਜ਼ੀ ਹਜ਼ੂਰ ਸਾਹਿਬ ਲੈ ਜਾਓ, ਤੁਹਾਨੂੰ ਕੌਣ ਹਟਾ ਦੂ? ਉੱਥੋਂ ਕਬਜ਼ਾ ਕਰ ਲਓ ਜਾ ਕੇ। बाबे के बाबर के दो, बाबे के बाबर के दो, आप करे परमेश्वर सो। परमेश्वर ने दो आपे बनाए ने राक्षस देवते, पुठी बुद्धि वाले राक्षस ने दूए देवते ने। इन्हों बाणी से भरोसा ही नहीं है ना लोगों दूजे, उन्होंने अपने आप से भरोसा, अपनी बुद्धि से भरोसा। दीन शाह इनको पहचानो, जेड़े तां बाबे के ने ਉਹਦਾ ਦੀਨ ਸ਼ਾਹ ਨੇ। ਦੀਨ ਸ਼ਾਹ ਨੇ ਸੱਚ ਦਾ, ਸੱਚ ਦੀ ਕਮਾਈ ਕਰਨ ਵਾਲੇ ਨੇ, ਨਾਮਧਨ ਵਾਲੇ ਨੇ। ਦੀਨ ਦੇ ਸ਼ਾਹ ਨੇ, ਦੀਨ ਉੱਥੋਂ ਹੀ ਮਿਲੂਗਾ। ਦੂਏ ਪਾਸੇ ਦੁਨੀਆ ਵਾਲੇ ਨੇ। ਦੁਨੀ ਪਤ ਉਨਕੋ ਉਨਮਾਨੋ, ਜਿਹੜੇ ਦੁਨੀ ਨਾਲ ਜੁੜੇ ਹੋਏ ਨੇ ਉਹਨਾਂ ਨੇ ਦੀਨ ਗਵਾਇਆ। ਦੀਨ ਗਵਾਇਆ ਦੁਨੀ ਸੋ, ਦੁਨੀ ਨਾਲ ਚੱਲੀ ਸਾਥ, ਦੁਨੀ ਨਾਲ ਚੱਲੀ ਸਾਥ। ਦੁਨੀ ਪਤ ਉਨਕੋ ਉਨਮਾਨੋ, ਉਹ ਦੁਨੀ ਪਤ ਨੇ, दुनी पत्ने माया तारी ने हो, माया ले ली, दीन छड़ता। कोई पैसे ते जोर ना तुम धर्म बदल दोगे, देखांगे जा बदल दोगे। पैसे ते सर ते धर्म चला दोगे, देखांगे जा चला देंगे। पैसा तो सतलू सटिया सी, इन्हां नाल धर्म नहीं चले कदे। ये तो धर्म नूं ਕਿੰਨੀਆਂ ਖਚਰਾਂ ਸੀ ਦਲਾਈ ਲਾਮਾ ਲੈ ਕੇ ਆਇਆ, ਮਾਇਆ ਦੀ ਕਿੰਨਾ ਧਨ ਪਿਆ ਇਹਨਾਂ ਦੇ ਕੋਲ, ਰਾਧਾ ਸੋਭੀਆਂ ਕੋਲ ਕਿੰਨਾ ਧਨ ਪਿਆ ਇਹਨਾਂ ਕੋਈ, ਹਿੰਦੂਆਂ ਕੋਲ। ਇਹਨਾਂ ਧਰਮ ਚੱਲਦਾ ਹੁੰਦਾ, ਧਰਮ ਚੱਲਦਾ ਸੱਚ ਨਾਲ। ਧਰਮ ਦਾ ਮਾਣਾ ਮਨ ਨੂੰ ਬਣਾਉਣਾ, ਵਰਗ ਤੇ ਐਵੇਂ ਬਣ ਜਾਂਦਾ। ਜੋ ਬਾਬੇ ਕੇ ਦਾਮ ਨਾ ਦੇ ਹੈ, जो बाबे के दाम ना दे हैं, जेड़े बाबे के लूनी ना देंदे तन मन धन, ताते गह बाबर के लाए हैं, ताते गह बाबर के लाए हैं, ताते गह बाबर के लाए हैं। बाबर कहने इत्थे रखा लेना, कड़ा नाल ले जाणगे। जे कोई बाबे के नूं दिंदे नहीं, हो इहदे विच पाउंदे नहीं। जेड़ा प्रचार हुंदा सच दा, ਗੁਰੂ ਘਰ ਨੂੰ ਜਿਹੜੇ ਨਹੀਂ ਸੀ ਪਾਉਂਦੇ ਹਿੱਸਾ, ਬਾਬੇ ਕੇ ਦੇ ਵਿੱਚ ਪਾਉਣਾ ਸੀ। ਪਰਮੇਸ਼ਰ ਦੀ ਗੱਲ ਵਧਣੀ ਸੀ ਗਾਹਾਂ ਉਹਦੇ ਨਾਲ, ਉਹ ਕਹਿੰਦਾ ਆਪਣੀ ਵਧਾਉਂਦੇ ਤੇ ਸੱਚ ਦਾ ਪ੍ਰਚਾਰ ਸੀ। ਜਿਹੜਾ ਹਿੱਸਾ ਕਹਿੰਦੇ ਨਹੀਂ ਪਾਉਂਦਾ, ਉਹ ਫਿਰ ਦੂਜਿਆਂ ਨੇ ਲੈ ਲੈਣਾ, ਜਮਦੂਤਾਂ ਨੇ। ਇੱਥੇ ਰਹਿ ਜਾਣਾ, ਕਿਹੜਾ ਨਾਲ ਜਾਣ ਦੇਣੇ। ਇੱਕ ਤਾਂ ਹਰ ਕੇ ਨਾਮ ਬਿਨਾਂ ਅੱਗੇ ਲਈਏ, ਉਹ ਤਾਂ ਸਾਰਾ ਖੋਹ ਲੈਣਾ, ਉਹ ਵੀ ਉਹਨਾਂ ਨੇ ਲੈ ਲੈਣਾ। ਜਾਣ ਤੁਹਾਡੇ ਉਹਨਾਂ ਨੇ ਨਾਲ, ਫਿਰ ਵੀ ਨਹੀਂ ਜਾਣਾ। ਇਹ दे तिनको बड़ी सजाए, उन्होंने बड़ी बड़ी सजा दे के लैणगे। नाले लैणगे, नाले देखो, नाले तो ताला ले लेना, नाले सजा देनी उन्होंने। हुन ले हैं ग्रह लूट बनाए, फिर कहने बना के घर लुटदे ने। जब हवा है बेमुख ये लुटदे सीगे, ये जेडे अपने पहाड़ीए ना, जेडे उस वेले दे राजे सी। हुन ले हैं ग्रह लूट बनाए, ਜਿਹੜੇ ਗੁਰੂ ਸਾਹਿਬ ਦੇ ਨਾਲ ਨੇ ਉਹ ਨਹੀਂ ਲੁੱਟਿਆ, ਕੋਈ ਵੀ ਲੁੱਟੇ ਦੂਏ ਨੇ, ਉਹਨਾਂ ਦੇ ਘਾਟਾ ਹੈ ਨਾ, ਲੁੱਟੇ ਨੇ। ਉਹ ਗੱਲ ਕਰ ਰਹੇ ਨੇ ਬਾਬਰ ਕੇ ਨੇ ਨਾ। ਇਹ ਬਾਬਰ ਸੀ ਨਾ ਦਾ ਬਜ਼ੁਰਗ ਮੁਗਲਾਂ ਦਾ, ਇਹ ਬਾਬਰ ਕੇ ਤਾਂ ਗਿਆ ਹੋਇਆ। ਔਰੰਗਜ਼ੇਬ ਬਾਬਰ ਤੋਂ ਹੀ ਹੈ ਨਾ ਇਹਨਾਂ ਦਾ। ਬਾਬਰ ਨੇ ਰਾਜ ਸੀ ਨਾ, ਮੁਗਲ ਬਾਬਰ ਹੈ ਨਾ, ਪਠਾਣਾ ਤੋਂ ਬਾਬਰ ਨੇ ਰਾਜ ਹੋਇਆ। ਇਹਨਾਂ ਨੂੰ ਬਾਬਰ ਕੇ ਕਹਿੰਦੇ ਸੀ, ਹੁਣ ਪੁਲਿਸ ਵਾਲਿਆਂ ਨੂੰ ਬਾਬਰ ਕੇ ਕਹਿੰਦੇ ਨੇ। ਨਿਹੰਗ ਸਿੰਘ ਉਹਦਾ ਬਾਬਰ ਕੇ ਹੀ ਚੱਲਦਾ ਨਾ। ਸਰਕਾਰ ਦੇ ਜਿਹੜੇ ਬੰਦੇ ਹੁੰਦੇ ਨੇ ਨਾ, ਉਹਨਾਂ ਨੂੰ ਬਾਬਰ ਕੇ ਹੀ ਕਹਿੰਦੇ ਨੇ ਜਾਤੇ। ਹਾਂਜੀ, ਜਬ ਹਵਾ ਹੈ ਬੇਮੁਖ ਬਿਨਾ ਧਨ, ਜਦੋਂ ਬਿਨਾ ਧਨ ਤੇ ਬੇਮੁਖ ਹੋ ਜਾਂਦੇ ਨੇ ਜਿਹੜੇ ਲੋਕ, ਤਬ ਚੜ੍ਹੇ ਸਿੱਖਣ ਕਹਿ ਮੰਗਣ, ਫੇਰ ਕਹਿੰਦੇ ਉਹਨਾਂ ਸਿੱਖਣ ਦੇ, ਸਿੱਖਾਂ ਦੇ ਘਰ ਫਿਰ ਮੰਗਣ ਆਉਂਦੇ ਨੇ। ਆਉਣਾ ਹੀ ਸੀ ਮੰਗਣ, ਜਾਂ ਉਹਨੇ ਲੁੱਟ ਲਏ ਘਾਟਾ ਹੱਤੇ, ਫਿਰ ਸਿੱਖਾਂ ਦੇ ਘਰ ਮੰਗਣ ਆਉਣਾ, ਹੋਰ ਕਿੱਥੇ ਆਉਣਾ। ਹਾਂ, ਜੇ ਸਿੱਖ ਤੈਨੇ ਧਨ ਦਾ ਹੈ, ਜਿਹੜੇ ਸਿੱਖ ਉਹਨਾਂ ਨੂੰ ਧਨ ਦੇ ਦਿੰਦੇ ਨੇ। ਲੂਟ ਮਲੇਛ ਤੈਨੂੰ ਕੋਲ ਹੈ, ਉਹਨਾਂ ਨੂੰ ਫਿਰ ਮਲੇਛ ਲੁੱਟ ਲੈਂਦੇ ਸੀ। ਇਹਨਾਂ ਨੂੰ ਨਾ ਦਓ, ਉਹਨਾਂ ਦੀ ਮਦਦ ਵੀ ਨਹੀਂ ਸੀ ਕਰਨ ਦਿੰਦੇ। ਇਹਨਾਂ ਦੀ ਮਦਦ ਨਹੀਂ ਕਰਨੀ ਇਹਨਾਂ ਲੋਕਾਂ ਦੀ। ਯਾਨੀ ਉਹਨਾਂ ਨੇ ਇੰਨੀ ਖਰਾਬਤ ਕੀਤੀ ਦਸਮ ਪਾਤਸ਼ਾਹ ਦਾ। ਦੇਖੋ, ਦਸਮ ਪਾਤਸ਼ਾਹ ਨੇ ਕੁਝ ਨਹੀਂ ਕਿਹਾ, ਸਿੱਖਾਂ ਨੇ ਕੁਝ ਨਹੀਂ ਕਿਹਾ। ਸਿੱਖ ਸਭਾ ਮਦਦ ਕਰਨੀ ਚਾਹੁੰਦੇ ਨੇ, ਉਹ ਕਰ ਨਹੀਂ ਦਿੰਦੇ ਮਦਦ। ਇਹਨਾਂ ਦੀ ਜਿਹੜੇ ਬੇਵਕੂਫ ਹੋਏ ਇਹਨਾਂ ਦੀ ਮਦਦ ਕਰਨੀ ਹੈ, ਐਡੇ ਨੀਚ ਆਦਮੀਆਂ ਦੀ। ਜਦ ਹੋਏ ਹੈ ਤਿੰਨ ਦਰਬ ਵਿਨਾਸ਼ਾ, ਜਦ ਉਹਨਾਂ ਦੇ ਘਰੋਂ ਦਰਬ ਦਾ ਵਿਨਾਸ਼ ਹੋ ਜਾਂਦਾ ਨਾ, ਧਨ ਚਲਿਆ ਜਾਂਦਾ ਹੈ ਮਲੇਛਾਂ ਦੇ ਘਰੋਂ, ਤਬ ਤਾਂ ਰਹੇ ਨਿਜ ਗੁਰ ਕੀ ਆਸਾ। ਫੇਰ ਕਹਿੰਦੇ ਗੁਰ ਨਿਜ ਗੁਰ ਦੀ ਆਸ ਕਰਦੇ ਨੇ। ਉਹ ਕਹਿੰਦੇ ਨੇ ਜਿੰਨਾ ਚਿਰ ਤੰਗ ਨਹੀਂ ਹੋਣਗੇ ਨਾ ਚਿਰ ਇਹਨਾਂ ਨੂੰ ਗੁਰੂ ਯਾਦ ਨਹੀਂ ਹੋਣਾ। ਜਿੰਨੇ ਤੰਗ ਹੋ ਜਾਣ ਉਨੇ ਹੀ ਚੰਗੇ ਨੇ। ਕਿਉਂ ਜਿਹੜਾ ਨਾ ਦਵਾਈ ਕੀ ਹੈ, ਦੁੱਖ ਦਾਰੂ ਸੁੱਖ ਰੋਗ ਪਿਆ। ਜਿੰਨਾਂ ਨੂੰ ਦੁੱਖ ਮਿਲੂ ਤਾਂ ਇਹਨਾਂ ਨੂੰ ਚੇਤਾ ਆਊ ਧਰਮ ਦਾ, ਵਰਨਾ ਨਹੀਂ ਇਹਨਾਂ ਨੂੰ ਆਉਣਾ। ਸੁੱਖ ਦਾ ਰੋਗ ਹੈ। ਜਬ ਤੇ ਗੁਰ ਦਰਸ਼ਨ ਕੋ ਹੈ, ਜਦੋਂ ਸਤਿਗੁਰ ਦੇ ਦਰਸ਼ਨ ਨੂੰ ਫੇਰ ਆਉਂਦੇ ਨੇ, ਤਬ ਦਿਨ ਕੋ ਗੁਰਮੁਖ ਨਾ ਲਗਾਇਆ ਹੈ। ਉਹ ਗੁਰ ਉਹਨਾਂ ਨੂੰ ਮੁੱਖ ਨਹੀਂ ਲਾਉਂਦਾ। ਆ ਕੇ ਬਹਿ ਕੇ ਮੁੜ ਗਏ, ਉਹਨਾਂ ਦੀ ਸੁੱਖ ਸਾਂਝ ਨਹੀਂ ਪੁੱਛਦਾ ਕੀ ਹਾਲ ਹੈ ਕੀ ਨਹੀਂ। ਆ ਕੇ ਬਹਿ ਕੇ ਚਲੇ ਗਏ, ਨਾ ਕਹਿਣਾ ਕਿਉਂ ਆਏ ਹੋ ਨਾ ਕਹਿਣਾ ਕਿਉਂ ਜਾਂਦੇ ਹੋ, ਕੀ ਹਾਲ ਹੈ ਕੀ ਨਹੀਂ ਹੈ ਉਹ ਨਹੀਂ ਪੁੱਛਦੇ। ਬਿਦਾ ਬਿਨਾ ਜੈ ਹੈ ਤਬ ਧਾਮੁੰਗ, ਬਿਦਾ ਬਿਨਾ ਕਹੇ ਤੇ ਆਪਣੇ ਧਾਮ ਨੂੰ ਛੁੱਟੀ ਲੈ ਕੇ ਨਹੀਂ ਜਾਂਦੇ। ਨਾ ਉਹਨਾਂ ਨੂੰ ਕੋਈ ਛੁੱਟੀ ਦੀ ਲੋੜ ਹੈ, ਨਾ ਜਾਓ ਬੁਲਾਇਆ ਹੀ ਨਹੀਂ। ਆਇਆ ਹੋਇਆ ਆਪਣਾ ਕਿਸੇ ਦੇ ਘਰ ਜਾਈਏ, ਆਪਾਂ ਨੂੰ ਅਗਲਾ ਬੁਲਾਵੇ ਹੀ ਨਾ ਗਏ ਨੂੰ, ਫਿਰ ਆਪਾਂ ਉਹਨਾਂ ਨੂੰ ਕਹਿ ਕੇ ਕੀ ਆਉਣਾ, ਭਾਈ ਅਸੀਂ ਚੱਲੇ ਹਾਂ ਕਹਿ ਕੇ ਤਾਂ ਹੀ ਆਵਾਂਗੇ ਜੇ ਪਹਿਲਾਂ ਉਹ ਭਗਤ ਕਰੇ ਗਏ ਦੀ ਕੋਈ ਗੱਲਬਾਤ ਕਰੇ। ਸਰ ਹੈ ਕੋਈ ਨਾ ਤਿੰਨ ਕੋ ਕੰਮ, ਉਹਨਾਂ ਦਾ ਕੋਈ ਕੰਮ ਨਹੀਂ ਸਰਦਾ ਸੰਸਾਰ ਚ। ਗੁਰਦਰ ਢੋਈ ਨਾ ਪ੍ਰਭ ਪੁਰਵਾਸਾ, ਨਾ ਤਾਂ ਗੁਰਦਰ ਢੋਈ ਮਿਲਦੀ ਆ ਉਹਨਾਂ ਨੂੰ, ਨਾ ਪ੍ਰਭ ਪੁਰਵਾਸਾ ਮਿਲਦਾ। ਮਨ ਟਿਕਦਾ ਹੀ ਨਹੀਂ ਕਿਤੇ, ਮਨ ਬੇਚੈਨ ਰਹਿੰਦਾ ਦਿਨ ਰਾਤ। ਜੇ ਤਾਂ ਇਹਨਾਂ ਦਾ ਮਨ ਬੇਚੈਨ ਹੈ ਦਿਨ ਰਾਤ, ਇਹ ਆਪਣਾ ਮੀਟਰ ਲਾ ਲੈਣ। ਜਿਹੜੇ ਦਸਵਰਾਂ ਦੇ ਖਿਲਾਫ ਬੋਲਦੇ, ਜੇ ਤਾਂ ਦਿਨ ਰਾਤ ਰਹਿੰਦਾ ਮਨ ਬੇਚੈਨ, ਫਿਰ ਤਾਂ ਇਹ ਉਹੀ ਨੇ ਜਿਹਨਾਂ ਦੇ ਖਿਲਾਫ ਲਿਖਿਆ। ਜੇ ਇਹਨਾਂ ਦਾ ਮਨ ਟਿਕਾਉ 'ਚ ਰਹਿੰਦਾ ਫਿਰ ਇਹ ਸੱਚ ਵੱਲ ਨੇ, ਨਹੀਂ ਇਹ ਝੂਠ ਵੱਲ ਖੜੇ ਨੇ। ਆਹ ਮੀਟਰਾਂ ਲਾ ਕੇ ਦੇਖ ਲੈਣ ਆਪਣੇ ਅੰਦਰ, ਭੁਲੇਖੇ 'ਚ ਰਹਿ ਜਾਣ। ਮਨ 'ਚ ਬੇਚੈਨੀ ਰਹਿੰਦੀ ਹੈ ਦਿਨ ਰਾਤ ਇਹਨਾਂ ਦੇ। ਇਹਦਾ ਮਤਲਬ ਇਹ ਹੈ ਇਹ ਸੱਚ ਨਾਲ ਨਹੀਂ ਖੜੇ ਹਨ, ਝੂਠ ਨਾਲ ਖੜੇ ਨੇ। ਇਹ ਬੇਮੁਖ ਹੋਏ ਹੋਏ ਨੇ। ਬੇਚੈਨੀ ਉਹ ਬੇਮੁਖਤਾ ਦੀ ਹੈ। ਰੋਜ਼ ਬਿਆਨ ਦੇਣ ਦਾ ਲੋੜ ਤਾਂ ਪੈਂਦੀ ਹੈ, ਨਹੀਂ ਲੋੜ ਹੀ ਨਹੀਂ ਪੈਂਦੀ। ਉਹ ਦੂਏ ਬੋਲਦੇ ਹੀ ਨਹੀਂ, ਉਹਨਾਂ ਨੂੰ ਕੀ ਲੋੜ ਹੈ ਬੋਲਣ ਦੀ। ਇਹ ਬਿਆਨ ਇਹ ਜਿਹੇ ਦਿੰਦੇ ਨੇ ਛਾਤਰ ਆਦਮੀ ਵਾਲੇ ਬਿਆਨ ਨੇ, ਜਿਹੋ ਜਿਹੇ ਕੋਰਟਾਂ 'ਚ ਦਿੰਦੇ ਹੁੰਦੇ ਨੇ। ਉਹ ਕੋਰਟ ਦਾ ਝੂਠੀਆਂ ਕੋਰਟਾਂ ਨੇ, ਉਹ ਬਿਆਨ ਨਹੀਂ ਇੱਧਰ ਚੱਲਦੇ ਹੁੰਦੇ ਸੱਚੀ ਕੋਰਟ 'ਚ। ਸੱਚੀ ਕੋਰਟ ਸੱਚ ਚੱਲਦਾ। ਉਹ ਦਲੀਲਾਂ ਜਿਹੜੀਆਂ ਇਹ ਦੇ ਰਹੇ ਨੇ, ਮੈਂ ਜੀ ਉੱਥੇ ਗਿਆ, ਇਹ ਕਹਿੰਦੇ ਨੇ ਗਿਆ ਨਹੀਂ। ਕੌਣ ਕਹਿੰਦਾ ਤੂੰ ਗਿਆ ਨਹੀਂ? ਗਿਆ ਤੂੰ। ਉਹ ਕਦ ਕਹਿੰਦੇ ਨੇ ਨਹੀਂ ਗਿਆ? ਕੌਣ ਕਹਿੰਦਾ ਤੂੰ ਉੱਥੇ ਅਕਾਲ ਤਖਤ ਤੇ ਫਾਈਲ ਹੀ ਰੱਖ ਕੇ ਆਇਆ? ਮੈਂ ਤੈਨੂੰ ਅਕਾਲ ਤਖਤ ਨੇ ਸੱਦਿਆ ਸੀ, ਤੈਨੂੰ ਗੁਰੂ ਗ੍ਰੰਥ ਨੇ ਸੱਦਿਆ ਸੀ। ਜਿਹਦੀ ਮੋਹਰ ਲੱਗੀ ਤੀ, ਜਿਹਨੇ ਬੁਲਾਇਆ ਸੀ, ਜਿਹਦੇ ਲਿਖਤ ਸੀ, ਉਹਦੇ ਕੋਲ ਪੇਸ਼ ਹੋਣਾ ਸੀ। ਅਕਾਲ ਤਖਤ ਤੇ ਤਾਂ ਪੇਸ਼ ਹੁੰਦਾ ਜੇ ਅਕਾਲ ਤਖਤ ਨੇ ਸੱਦਿਆ ਹੁੰਦਾ। ਗੱਲਾਂ ਹੁਣ ਤੂੰ ਸੰਬੋਧਨ ਅਕਾਲ ਤਖਤ ਨੂੰ ਕਰਦਾ, ਕਿਹਨੂੰ ਦੱਸਦਾ ਇਹ ਗੱਲਾਂ? ਦੁਨੀਆ ਪਾਗਲ ਹੈ। ਸੱਦਿਆ ਕਿਹਨੇ ਸੀ? ਸੱਦਿਆ ਸੀ ਪੰਜ ਪਿਆਰੇ ਨੂੰ, ਉਹਦੇ ਸਾਹਮਣੇ ਪੇਸ਼ ਹੁੰਦਾ। ਨਹੀਂ ਜਾਂਦਾ ਹੀ ਨਾ, ਨਹੀਂ ਕਹਿੰਦਾ ਮੈਂ ਤਾਂ ਅਕਾਲ ਤਖਤ ਤੇ ਸੱਦੂ ਤਾਂ ਜਾਊਂਗਾ। ਉਦੋਂ ਹੀ ਸਟੈਂਡ ਲੈਂਦਾ। ਅੱਜ ਤੂੰ ਕੀ ਸਟੈਂਡ ਲੈ ਰਿਹਾ? ਤੂੰ ਦੁਨੀਆ ਨੂੰ ਪਾਗਲ ਸਮਝਦਾ। ਅਸਲ 'ਚ ਪਾਗਲ ਆਪ ਨੇ ਇਹ ਸਟੈਂਡ ਦਾ ਤੂੰ ਪਹਿਲਾਂ ਲੈਂਦਾ ਜਾਣ ਤੇ, ਜਾਂਦਾ ਹੀ ਨਾ। ਅੱਜ ਸਟੈਂਡ ਨਹੀਂ ਪੁੱਗਦਾ, ਇਹ ਬੇਵਕੂਫਾਂ ਵਾਲਾ ਸਟੈਂਡ ਹੈ। ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਅਸੀਂ ਅਕਲਮੰਦ, ਤੁਸੀਂ ਉਹ ਪਾਗਲਾਂ ਦੇ ਪਾਗਲ। ਕੌਣ ਮੰਨ ਲੂ ਇਸ ਸਟੈਂਡ ਨੂੰ? ਤੁਹਾਡੇ ਨੂੰ ਸਮਝਦਾਰ ਆਦਮੀ ਕੋਈ ਨਿਆਣਾ ਪਾਗਲ ਵੀ ਨਹੀਂ ਮੰਨਦਾ ਇਸ ਸਟੈਂਡ ਨੂੰ। ਤਾਂ ਕਿਸੇ 'ਤੇ ਵੀ ਅਸਰ ਨਹੀਂ ਹੁੰਦਾ ਇਹਦਾ, ਇਸ ਗੱਲ ਦਾ ਅਸਰ ਆਉਣ ਵਾਲੀ ਕੋਈ ਗੱਲ ਹੈ ਇਹ। ਹਾਂਜੀ, ਦੋਹਾਂ ਠੌਰ ਤੇ ਰਹੇ ਨਿਰਾਸ਼ਾ, ਦੋਹਾਂ ਪਾਸਿਆਂ ਦੇ ਨਿਰਾਸ਼ੇ ਰਹਿਣਗੇ ਇਹ, ਰਹਿੰਦੇ ਹੀ ਹੁੰਦੇ ਨੇ। ਜੇ ਜੇ ਗੁਰ ਚਰਨਨ ਰਤ ਹਵਾ ਹੈ, ਜੇ ਗੁਰ ਚਰਨਨ ਰਤ ਹਵਾ ਹੈ, ਜਿਹੜੇ ਗੁਰ ਚਰਨਾਂ ਦੇ ਨਾਲ ਪ੍ਰੇਮ ਪਾ ਲੈਂਦੇ ਨੇ, ਪ੍ਰੇਮ ਪੈ ਜਾਂਦਾ ਜਿਹਨਾਂ ਦਾ ਗੁਰ ਚਰਨ ਰਤ ਹੈ, ਰਤ ਹਵਾ ਰੰਗ ਚੜ ਜਾਂਦਾ ਜਿਹਨਾਂ ਨੂੰ ਨਾਮ ਦਾ ਸੱਚ ਦਾ। ਤਿੰਨ ਕੋ ਕਸ਼ਟ ਨਾ ਦੇਖਣ। ਗੁਰ ਚਰਨ ਕੀ ਹੁੰਦੇ ਨੇ? ਜਿੰਨੇ ਗੁਣ ਨੇ ਗੁਰ ਚਰਨੇ ਨੇ। ਜਿਹੜੇ ਗੁਣ ਨੇ ਨਾ, ਨਿਰਵੈਰ ਹੋ ਜਾਣਾ, ਨਿਰਭੈ ਹੋ ਜਾਣਾ, ਲੋਭ ਰਹਿਤ ਹੋ ਜਾਣਾ, ਮੋਹ ਰਹਿਤ ਹੋ ਜਾਣਾ, ਗੁਣ ਨੇ ਸਾਰੇ। ਇਹਨਾਂ ਦਾ ਰੰਗ ਚੜ ਜਾ ਜਿਹਨਾਂ ਨੂੰ ਰਤ ਹੈ। ਤਿੰਨਕੋ ਕਸ਼ਟ ਨਾ ਦੇਖਣ ਪਿਆ ਹੈ, ਉਹਨਾਂ ਨੂੰ ਕਸ਼ਟ ਦੇਖਣ ਨੂੰ ਵੀ ਨਹੀਂ ਪੈਂਦਾ। ਮਿਲਣਾ ਦਾ ਕੀ ਹੈ, ਉਹਨਾਂ ਨੂੰ ਕਸ਼ਟ ਦੇਖਣਾ ਵੀ ਨਹੀਂ ਪੈਂਦਾ। ਰਿੱਧ ਸਿੱਧ ਤਿਨਕੇ ਗ੍ਰਹਿ ਮਾਹੀ, ਰਿੱਧ ਸਿੱਧ ਉਹਨਾਂ ਦੇ ਘਰ 'ਚ ਵਾਧੂ ਰਹਿੰਦੀ ਹੈ। ਰਿੱਧ ਸਿੱਧ ਤਾਂ ਦਾਸੀ ਹੁੰਦੀ ਹੈ ਉਹਨਾਂ ਦੀ, ਰਿੱਧ ਸਿੱਧ ਨਾਮਾ ਕੀ ਦਾਸੀ। ਪਾਪ ਤਾਪ ਛੁਪੈ ਸਕੇ ਨਾ ਛਾਹੀ, ਉਹਨਾਂ ਦੀ ਜਿਹੜਾ ਪਾਪ ਤਾਪ ਨੇ ਨਾ ਉਹਨੂੰ ਛਾਂ ਨੂੰ ਵੀ ਨਹੀਂ ਛੂਹਦੇ। ਉਹਨਾਂ ਨੂੰ ਤਾਂ ਕੀ ਛੂਹਣਾ, ਉਹਨਾਂ ਦੀ ਛਾਂ ਨੂੰ ਵੀ ਨਹੀਂ ਛੂਹਦੇ, ਛਾਂ ਦੇ ਨੇੜੇ ਵੀ ਨਹੀਂ ਜਾਂਦੇ, ਉਹਨਾਂ ਦੀ ਸਾਇਆ ਤੋਂ ਵੀ ਦੂਰ ਰਹਿੰਦੇ ਨੇ ਪਾਪ ਤਾਪ। ਇਹ ਮਲੇਸ਼ ਛੁਹੈ ਹੈ ਨਹੀਂ ਛਾਹ, ਮਲੇਸ਼ ਦਾ ਉਹਨਾਂ ਦੀ ਛਾਂ ਵੀ ਨਹੀਂ ਛੂ ਸਕਦੇ। ਦੇਖਣਾ ਰਾਹ ਦੇ ਵਿੱਚ ਮਲੇਸ਼ ਕਿਤੇ ਹੋ ਰਹੇ ਬਰਸਾਤੀ ਘਟਾ। ਅਸ਼ਟ ਸਿੱਧ ਹੋਇਆ ਹੈ ਘਰ ਮਾਹ, ਅਸ਼ਟ ਸਿੱਧ ਕਰ ਹੋਇਆ ਹੈ ਮਾਹ, ਉਹਨਾਂ ਦੇ ਘਰ 'ਚ ਅੱਠੇ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਅੱਠੇ ਗੁਣ ਗੁਰਮੁਖ ਬਣ ਜਾਂਦੇ ਨੇ, ਅੱਠ ਪ੍ਰਕਾਰ ਤੋਂ ਹੀ ਉਹ ਇੱਕ ਹੋਏ ਰਹਿੰਦੇ ਨੇ, ਅਡੋਲ ਹੋਏ ਰਹਿੰਦੇ ਨੇ। ਹਾਸ ਕਰਤ ਜੋ ਉਦਮ ਉਠਾਇਆ ਹੈ, ਹਾਸ ਕਰਤ ਜੋ ਉਦਮ ਉਠਾਇਆ, ਉਦਮ ਕਰਦੇ ਨੇ, ਹੱਸਦੇ ਖੇਡਦੇ ਰਹਿੰਦੇ ਨੇ। ਨਮੋ ਨਿਤ ਤਿਨਕੇ ਘਰ ਆਇਆ ਹੈ, ਨਮੋ ਨਿਤ ਨਵੀਂ ਨਦੀ, ਨਵਾਂ ਖਜ਼ਾਨਾ। ਨਮੋ ਨਿਤ ਇਹ ਹੁੰਦਾ ਗੁਰਮਤ ਦਾ ਗਿਆਨ, ਨਵ ਨਿਤ ਹੈ ਗੁਰਮਤ ਦੀ ਉਹਨਾਂ ਨੂੰ ਸੋਝੀ ਮਿਲ ਜਾਂਦੀ ਹੈ। ਨਮੋ ਨਿਤ ਮਿਰਜ਼ਾ ਬੇਗ ਤੋਤੇ ਠਾਨਾ ਮੰਗ, ਮਿਰਜ਼ਾ ਬੇਗ ਉਹਦਾ ਨਾਂ ਸੀ। ਮਿਰਜ਼ਾ ਉਹ ਜਿਹੜਾ ਅਹਿਦੀਆ ਆਇਆ ਉਹਦਾ ਨਾਂ ਮਿਰਜ਼ਾ ਬੇਗ ਸੀ। ਆਦਾ ਵਿਚਾਲੇ ਹੋਰ ਕਰਤਾ ਨੂੰ ਪ੍ਰਸੰਗ, ਜਿਹੜੇ ਛੱਡ ਗਏ ਸੀ ਉਹਨਾਂ ਨਾਲ ਜੋ ਬੀਤੀ ਉਹਨਾਂ ਦਾ ਪ੍ਰਸੰਗ ਸੀ ਵਿਚਾਲੇ। ਜਿਹੜਾ ਅਹਿਦੀਆ ਭੇਜਿਆ ਸੀ ਇਹ ਤਾਂ ਅਨੰਦਪੁਰ ਸਾਹਿਬ, ਉਹਦਾ ਨਾਂ ਮਿਰਜ਼ਾ ਬੇਗ ਸੀ। ਮਿਰਜ਼ੇ ਮੁਗਲਾਂ ਨੂੰ ਕਹਿੰਦੇ ਨੇ, ਪਠਾਨ ਖਾਨ ਹੁੰਦੇ ਨੇ, ਖਾਨ ਇਹਨਾਂ ਨਾਲ ਲੱਗਦਾ ਖਾਨ, ਜਿਹੜੇ ਮੁਗਲ ਨੇ ਉਹਨਾਂ ਨਾਲ ਲੱਗਦਾ ਮਿਰਜ਼ਾ। ਮਿਰਜ਼ਾ ਗਾਲਬ ਮੁਗਲ ਹੈ, ਮਿਰਜ਼ਾ ਬੇਗ ਮੁਗਲਾਂ ਦਾ। ਪਠਾਨ ਜਿਹੜੇ ਉਹਨਾਂ ਨਾਲ ਲੱਗੂਗਾ ਖਾਨ। ਜਿਨ ਢਾਹੇ ਬੇਮੁਖਣ ਕੇ ਧਾਮ, ਜਿਹਨੇ ਬੇਮੁਖਾਂ ਦੇ ਘਰ ਢਾਹੇ ਉਹਦਾ ਨਾਮ ਮਿਰਜ਼ਾ ਬੇਗ ਹੈ। ਉਹ ਆਇਆ ਸੀਗਾ ਇਹਦੀਆ। ਸਭ ਸਨਮੁਖ ਗੁਰ ਆਪ ਬਚਾਏ, ਜਿਹੜੇ ਗੁਰ ਦੇ ਨਾਲ ਖੜੇ ਸੀ ਉਹਨੇ ਕਿਹਾ ਇਹਨਾਂ ਨੂੰ ਕਿਸੇ ਨੂੰ ਕੁਝ ਕਹਿਣਾ। ਤਿਨਕੇ ਬਾਹਰ ਨਾ ਬੰਕਣ ਪਾਏ, ਉਹਨਾਂ ਦਾ ਵਾਲ ਵੀ ਨਹੀਂ ਬੰਗਾ ਹੋਇਆ ਕਿਸੇ ਦਾ। ਇਹਦਾ ਬਣਾ ਸਮਝਾ ਕੇ ਭੇਜਿਆ ਸੀ ਉਹ। ਉਤ ਔਰੰਗ ਜੀ ਅਦਗਰ ਸਾਇਓ, ਉਧਰੋਂ ਔਰੰਗ ਜਿਹੜਾ ਸੀ ਜਾਂ ਪਤਾ ਲੱਗਿਆ, ਉੱਥੇ ਲਾਹੌਰ ਪਹੁੰਚਿਆ ਹੋਇਆ ਸੀ ਨਾ, ਉਹਨੂੰ ਹੋਰ ਗੁੱਸਾ ਆਇਆ ਵੀ ਭੱਜ ਗਏ ਤੇ ਇਹ ਹੋ ਗਿਆ ਸੀ। ਉਹਨੂੰ ਪਤਾ ਲੱਗਿਆ ਨਾ ਵੀ ਉਹ ਛੱਡ ਕੇ ਗੁਰੂ ਸਾਹਿਬ ਨੂੰ ਕੁਝ ਲੋਕ ਭੱਜ ਗਏ, ਡਰ ਗਏ, ਇਹ ਹੋ ਗਿਆ ਉਹ ਹੋ ਗਿਆ। ਆ ਬਈ ਉਹ ਪਹਾੜੀਆਂ ਦੇ ਚੱਕੇ ਹੋਏ ਸੀ, ਪਹਾੜੀਆਂ ਦੇ ਸਿਖਾਏ ਹੋਏ ਸੀ। ਰਾਜਾ ਲੱਗਦਾ ਸੀ ਨਾ ਭੀਮ ਚੰਦ ਵੀ, ਛੱਡ ਕੇ ਭੱਜੋ, ਫੌਜਾਂ ਆਉਣਗੀਆਂ, ਇਹਨੂੰ ਮਾਰ ਦੇਣਗੀਆਂ, ਇਹ ਹੋ ਜੂਗਾ ਉਹ ਹੋ ਜੂਗਾ। ਜਦ ਉਹਨੂੰ ਇਹ ਪਤਾ ਲੱਗਿਆ ਵੀ ਕਿਹਨੇ ਭਜਾਏ ਸੀ ਲੋਕ, ਭੱਜੇ ਕਿਉਂ ਸੀ, ਇਹ ਭੇਦ ਖੁੱਲਿਆ, ਉਹਨੂੰ ਹੋਰ ਗੁੱਸਾ ਆ ਗਿਆ। ਹਾਂ, ਚਾਰ ਅਹਿਦੀਆਂ ਹੋਰ ਪਠਾਇਓ, ਚਾਰ ਅਹਿਦੀਆਂ ਹੋਰ ਭੇਜਦੇ ਉਹਨੇ, ਚਾਰ ਬੰਦੇ ਹੋਰ ਭੇਜੇ। ਜੇ ਬੇਮੁਖ ਤਾਤੇ ਬਚ ਆਏ, ਜਿਹੜੇ ਬੇਮੁਖ ਇਹਨਾਂ ਤੇ ਬਚ ਗਏ ਸੀ ਨਾ ਮਿਰਜ਼ਾ ਬੇਗ ਤੋਂ ਭੱਜੇ ਹੋਏ ਤੇ ਘਰੋਂ। ਉਸ ਵੇਲੇ ਘਰਾਂ 'ਚ ਨਹੀਂ ਸੀ, ਪਹਾੜਾਂ ਲੁਕੇ ਹੋਏ ਸੀ। ਤਿਨਕੇ ਗ੍ਰਹਿ ਪੁਣ ਇਹਨੇ ਗਰਾਏ, ਫੇਰ ਇਹਨਾਂ ਦੇ ਘਰ ਢਾਤੇ ਆ ਕੇ ਉਹਨੇ। ਜੇ ਤਜ ਭਜੇ ਹੁਤੇ ਗੁਰਿਆਨਾ, ਜਿਹੜੇ ਭੱਜੇ ਹੋਏ ਤੇ ਛੱਡ ਕੇ ਗੁਰੂ ਸਾਹਿਬ ਨੂੰ, ਜੇ ਤਜ ਭਜੇ ਹੁਤੇ ਗੁਰਿਆਨਾ, ਆ ਗਏ ਤੇ ਭੱਜ ਕੇ, ਜਿਹੜੇ ਭੱਜ ਕੇ ਵਾਪਸ ਘਰ ਆ ਗਏ ਸੀ ਨਾ, ਭੱਜੇ ਹੋਏ ਸੀ ਪਹਿਲਾਂ ਉਸ ਵੇਲੇ, ਫੇਰ ਆ ਗਏ ਸੀ। ਤਿੰਨ ਪੁਣ ਗੁਰੂ ਐਦੀਏ ਜਾਨਾ, ਉਹਨਾਂ ਨੇ ਐਦੀਆਂ ਨੂੰ ਗੁਰੂ ਮੰਨ ਲਿਆ, ਫੜ ਕੇ ਲਿਆਏ ਨਿਮਲਾ ਟੋਲ ਕੇ, ਐਦੀਆਂ ਨੂੰ ਗੁਰੂ ਮੰਨ ਲਿਆ। ਤਿੰਨ ਪੁਣ ਗੁਰੂ ਐਦੀਏ ਜਾਨਾ, ਐਦੀਏ ਜਿਹੜੇ ਸੀ ਉਹਨਾਂ ਵਾਸਤੇ ਉਹੀ ਗੁਰੂ ਮਿੰਤਾਂ ਕਰਦੇ ਨੇ ਉਹਨਾਂ ਦੀਆਂ, ਜਿਵੇਂ ਗੁਰੂ ਦੀਆਂ ਕਰਦੇ ਨਹੀਂ ਸੀ ਐਦੀਆਂ। ਨੱਕ ਰਗੜਦੇ ਨੇ, ਨੱਕ ਰਗੜਾਏ ਉਹਨਾਂ ਤੋਂ। ਉਹਨਾਂ ਨੇ ਮੂਤਰ ਡਾਰ ਤਿੰਨ ਸੀਸ ਮੁੰਡਾਏ, ਪਿਸ਼ਾਬ ਪਾ ਕੇ ਸਿਰ ਮੁੰਨੇ ਉਹਨਾਂ ਦੇ, ਉਹਨਾਂ ਨੇ फिर छड़ के जाओगे जान के भेजे थे होर फिर सजा दे गया उस मार के क्यों छड़ के गए पाहुर जान ग्रह ले आए वो आए समझ लिया भी साढ़े सत्ते सबने पौहड़ पाती अरे वो पौहड़ लिखा है अमृत नहीं लिखा है फिर भी पाहुर जान ग्रह ले आए वो कहने असि तो पौड़ छक के आए अपने पौड़ पा के बुलाया घर ले आए घर आ गए बेशर्म हो गए जे जे भाज होते बिन आएस जेडे आग्या ते बिना भजे सी भजे होए सी आग्या ते बिना गुरु दी आग्या ते बिना भज गए सी छड्ड के अनंदपुर साहब नू कहो ऐ दिए कने बताएस ओ ऐदिया नू किने दसता ये भज के गए असि तो दसिया नहीं ऐदिया नू सी आईडी पता नहीं कितों मिल गई मुंड मुंड कर शहर फिराए उन्होंने सर मुन के सारे शहर च गेड़ा कढ़ाया उन्होंने कारपेट जल लैन सधाए वो ऐ लगता सी जिवें कारपेटा लैंदे फिरदे हुंदे घरां च वो कारपेटा लैन फिरदे हुंदे घरां च मंगदे आ पर्चियां पुर्चियां करदे लंगर चलाउणे ऐ घर घर फेरे हो ਟੁਕੜੇ ਮੰਗਦੇ ਪਾਛੇ ਲਾਗ ਲਰਕਵਾ ਚਲੇ ਉਹਨਾਂ ਦੇ ਪਿੱਛੇ ਛੋਟੇ ਛੋਟੇ ਜਵਾਗ ਚੱਲ ਪਏ ਹੋਏ ਹੋਏ ਕਰਦੇ ਜਾਣਕ ਸਿੱਖ ਸਖਾ ਹੈ ਭਲੇ ਐ ਸਮਝ ਲਓ ਵੀ ਉਹਨਾਂ ਦੇ ਜਿਵੇਂ ਗੁਰੂ ਦੇ ਪਿੱਛੇ ਸਿੱਖ ਹੁੰਦੇ ਨੇ ਨਾ ਐ ਉਹਨਾਂ ਦੇ ਜੈ ਜੈਕਾਰ ਕਰਦੇ ਜਾਂਦੇ ਨੇ ਰੌਲਾ ਤਾਂ ਹੋਰ ਪਾਉਂਦੇ ਸੀ ਉਹਨਾਂ ਦਾ ਜਿਹੜੀ ਉਹ ਬੱਚੇ ਜਿਹੜੇ ਨੇ ਮਜ਼ਾਕ ਖਾਤਰ ਇਕੱਠੇ ਹੋਏ ਨੇ ਉਹਨਾਂ ਨੂੰ ਦੇਖਣ ਵਾਸਤੇ ਛਿੱਕੇ ਤੋਬਰਾ ਬਦਨ ਚੜਾਏ ਹਾਂ ਉਹਨਾਂ ਦੇ ਲਿੱਦ ਦੇ ਤੋਬਰੇ ਚੜਾਤੇ ਬੂਰੂ ਉਹਨਾਂ ਨੇ ਛਿੱਕੇ ਤੋਬੜਾ ਬਦਨ ਚੜਾਏ ਤੋਬੜਾ ਹੁੰਦਾ ਉਹ ਘੋੜੇ ਦਾ ਜਿਹਨੂੰ ਪਾਉਂਦੇ ਨੇ ਮੂੰਹ ਤੇ ਚੜਦੇ ਨੇ ਛਿੱਕਾ ਛਿੱਕਾ ਛਿੱਕੜੀ ਕਹਿੰਦੇ ਨੇ ਜਾਣ ਗਏ ਜੀ ਜੋ ਪੱਠੇ ਖਾਂਦਾ ਜਾਣ ਗਏ ਉਹਦੇ ਵਿੱਚ ਉਹ ਕੰਨਾਂ ਦੇ ਤੇ ਝਾੜ ਦਿੰਦੇ ਨੇ ਚੋਲੀ ਜੀ ਥੈਲਾ ਜਾ ਘੋੜੇ ਦੇ ਉਹ ਤੋਬੜਾ ਕਹਿੰਦੇ ਨੇ ਐਸੇ ਛੋਟੇ ਛੋਟੇ ਤੋਬਰੇ ਉਹਨਾਂ ਕੋ ਬਣਾਏ ਹੁੰਦੇ ਤੇ ਆਦਮੀ ਦੇ ਵਾਸਤੇ ਅਲੱਗ ਆਦਮੀ ਨੂੰ ਸਜ਼ਾ ਦਿੰਦੇ ਤੇ ਇਦਾਂ ਹੀ ਕਰ ਦਿੰਦੇ ਲਿੱਦ ਪਾ ਕੇ ਤੋਬਰਾ ਝਾੜ ਦੇਣਾ ਮੂੰਹ ਤੇ ਉਹ ਸਾਹ ਫਿਰ ਲਿੱਦਦਾ ਹੀ ਹੋਣਾ ਇਹ ਸਜ਼ਾ ਦਿੰਦੇ ਹੁੰਦੇ ਸੀ ਮੁਗਲ ਸਜ਼ਾ ਦਿੰਦੇ ਰਹੇ ਜਨ ਗ੍ਰਹਿ ਖਾਣ ਮਲੀਦਾ ਆਏ ਹਾਂ ਐ ਸਮਝ ਲਓ ਵੀ ਇਹ ਮਲੀਦਾ ਖਾ ਰਹੇ ਨੇ ਮਸਤਕ ਸੁਬੇ ਪਣੀਹਨ ਘਾਏ ਮਸਤਕ ਸਭੇ ਪਨਗਨ ਕਾਏ ਸਾਰਿਆਂ ਦੇ ਮਸਤਕਾਂ ਦੇ ਸਿਰ ਮੱਥਿਆਂ ਦੇ ਉੱਤੇ ਸਿਰਾਂ ਦੇ ਉੱਤੇ ਨਿਸ਼ਾਨ ਤੇ ਜੁੱਤੀਆਂ ਦੇ ਹੋਏ ਹੋਏ ਜੁੱਤੀਆਂ ਇੰਨੀਆਂ ਮਾਰੀਆਂ ਕਿ ਸਾਰਿਆਂ ਦੇ ਸਿਰਾਂ ਤੇ ਨਿਸ਼ਾਨ ਸਾਫ਼ ਦਿਖਦੇ ਸੀ ਮੱਥੇ ਤੇ ਸਿਰਾਂ ਦੇ ਉੱਤੇ ਮੁੰਨੇ ਸਿਰ ਦੇ ਉੱਤੇ ਜੁੱਤੀ ਮਾਰੇ ਨਿਸ਼ਾਨ ਤਾਂ ਹੋਏ ਜਾਣ ਜਨ ਕਰ ਟੀਕਾ ਦੇ ਬਣਾਏ ਐ ਸਮਝੋ ਵੀ ਟਿੱਕੇ ਲਾਏ ਨੇ ਉਹਨਾਂ ਦੇ ਸੀਸ ਈਟ ਕੇ ਘਾਏ ਕਰੇਹੀ ਕਈਆਂ ਦੇ ਇੱਟਾਂ ਦੇ ਘਾਹ ਹੋਏ ਸੀ ਸਿਰ ਤੇ ਇੱਟ ਵੱਜੀ ਕਿਸੇ ਨੇ ਇੱਟ ਮਾਰਦੀ ਜਨ ਤਨ ਭੇਟ ਪਰਾਤਨ ਦੇਹੀ ਯਾਨੀ ਉਹਨਾਂ ਨੂੰ ਪੁਰਾਣੀ ਕੋਈ ਭੇਟਾ ਦਿੱਤੀ ਹੈ ਚੰਗੀ ਦੋਹਰਾ ਕਬੂ ਰਣ ਜੂਝਿਓ ਨਹੀਂ ਕਛੂ ਦਾ ਜਸ ਨਹਿ ਲੀਨ ਕਬੂ ਰਣ ਜੂਝਿਓ ਨਹੀਂ ਕਛੂ ਦਾ ਜਸ ਨਹਿ ਲੀਨ ਦਾ ਜਸ ਨਹੀਂ ਲੀਨ ਜਿਹੜਾ ਆਦਮੀ ਕਦੇ ਜੰਗ 'ਚ ਨਹੀਂ ਗਿਆ ਬਹਾਦਰੀ ਨਾਲ ਨਹੀਂ ਜੁਝਿਆ ਕਦੇ ਵੀ ਜੰਗ 'ਚ ਇਹ ਤਾਂ ਬਹਾਦਰੀ ਕਰਕੇ ਜੰਗ ਦੇ ਵਿੱਚੋਂ ਜਸ ਮਿਲਦਾ ਜਾਂ ਕੋਈ ਦਾਨ ਹੱਥ ਤੇ ਕਰੇ ਤੇ ਜਸ ਮਿਲਦਾ ਕੁਛ ਦੇ ਜਸ ਨਹੀਂ ਲੀਨ ਜਾਂ ਕੋਈ ਦੇ ਕੇ ਜਸ ਨਹੀਂ ਲਿਆ ਉਹਨੇ ਕਿਸੇ ਨੂੰ ਐਸਾ ਕੰਮ ਨਹੀਂ ਕੀਤਾ ਕਿਸੇ ਦੀ ਕੋਈ ਐਸੀ ਮਦਦ ਕਰੇ ਦੇਵੇ ਕਿ ਉਹ ਲੋਕ ਕਹਿਣ ਵੀ ਹਾਂ ਵੀ ਚੰਗਾ ਕੰਮ ਹੈ ਜਸ ਜਿਹਨੇ ਦੋ ਪ੍ਰਕਾਰ ਦਾ ਜਸ ਨਹੀਂ ਲਿਆ ਦੋ ਪ੍ਰਕਾਰ ਦਾ ਹੀ ਜਸ ਹੁੰਦਾ ਗਾਂਵ ਵਸਤ ਜਾਣਿਓ ਨਹੀਂ ਜਮ ਸੋ ਕਿਨ ਕਹਿ ਦੀਨ ਗਾਂਵ ਵਸਤ ਜਾਣਿਓ ਨਹੀਂ ਉਹਨਾਂ ਨੂੰ ਤਾਂ ਕੋਈ ਪਿੰਡ 'ਚ ਨਹੀਂ ਜਾਣਦਾ ਹੁੰਦਾ ਬੰਦੇ ਨੂੰ ਪਿੰਡ 'ਚ ਨਹੀਂ ਜਾਣਦਾ ਹੁੰਦਾ ਜੇ ਵੱਡਾ ਪਿੰਡ ਹੋਵੇ ਨਾ ਉਹ ਜਿਹੇ ਆਦਮੀ ਦਾ ਨਾਂ ਲੈ ਦਿਓ ਕਹਿੰਦੇ ਪਤਾ ਨਹੀਂ ਕੌਣ ਪਿੰਡ 'ਚ ਵੀ ਮੋਟੇ ਮੋਟੇ ਆਦਮੀਆਂ ਨੂੰ ਜਾਣਦੇ ਹੁੰਦੇ ਨੇ ਸ਼ਹਿਰਾਂ 'ਚ ਲੋਕ ਜਿਹਦੀ ਕੋਈ ਪੁੱਛੇ ਨਹੀਂ ਕਿਸੇ ਪਿਕਚਰ ਦੇ ਵਿੱਚ ਇਹਨੂੰ ਕੌਣ ਜਾਣਦਾ ਹੁੰਦਾ ਗਵਾਂਢੀ ਨੇੜੇ ਨੇੜੇ ਦੋ ਚਾਰ ਘਰ ਪਏ ਜਾਣਦੇ ਉਹਨੂੰ ਕੋਈ ਦੂਏ ਮਹੱਲੇ ਤਾਂ ਜਾਣਦਾ ਨਹੀਂ ਹੁੰਦਾ ਕੋਈ ਉਹਨੂੰ ਉਹਦਾ ਨਾਮ ਨਹੀਂ ਜਾਣਦਾ ਹੁੰਦਾ ਕੋਈ ਜਮ ਨੂੰ ਪਤਾ ਨਹੀਂ ਉਹਦਾ ਨਾਮ ਕੌਣ ਦਿੰਦਾ ਜਮ ਉਹਨੂੰ ਵੀ ਡੋਲ ਲੈਂਦਾ ਜਮ ਸੋ ਕਿਨ ਕਹਿ ਕੀਨ ਉਹਨੂੰ ਤਾਂ ਪੜੋਸੀ ਨਹੀਂ ਜਾਣਦਾ ਜਮ ਉਹਨੂੰ ਵੀ ਲੱਭ ਲੈਂਦਾ ਉਹਨੂੰ ਪਤਾ ਨਹੀਂ ਉਹਦਾ ਨਾਮ ਕੌਣ ਦੱਸ ਦਿੰਦਾ ਜਮ ਨੂੰ ਕੌਣ ਕਹਿ ਦਿੰਦਾ ਵੀ ਉਹ ਕਿੱਥੇ ਰਹਿੰਦਾ, ਉਹ ਜੇ ਫੱਟ ਲੱਭ ਲੈਂਦੇ ਜਾ ਕੇ। ਕਿਉਂ ਭਾਈ ਇਹ ਵਿਦ ਭਇਓ, ਇਹ ਪੜਨ ਦਾ ਲਿਆ ਹੋਇਆ, ਪਹਾੜਾ ਚ ਲੋਕ ਵੀ ਲੱਭ ਲੈ, ਆ ਪੜਨ ਦਾ ਲਿਆ ਹੋਇਆ ਹੈ। ਇਸ ਕਸਮ ਦਾ ਜਿਹੜੀ ਹੈ ਨਾ ਤਸ਼ਬੀਹ ਕਿਤੇ ਕਵਿਤਾ ਚ ਜਿੱਥੇ ਹੀ ਨਹੀਂ ਆਈ, ਕਿਤੇ ਦਿਖਾਉਣ ਇਸ ਕਿਸਮ ਦੀ ਜਮ ਸੋਕਨ ਕਹਿ ਦੀ। ਪਹਿਲੀ ਤਾਂ ਜੰਗ ਦੀ ਗੱਲ, ਜੰਗ ਦੀ ਗੱਲ ਕੌਣ ਕਰੂ? ਛੱਤਰੀ ਕਰੂਗਾ। ਪੜ੍ਹਨ ਕਿਵੇਂ ਕਰ ਦੂਗਾ? ਪੜ੍ਹਨ ਦਾ ਜੰਗ ਤੇ ਡਰਦਾ। ਜਿਹੜੇ ਜੰਗ ਦੇ ਨਕਸ਼ੇ ਇਹਦੇ ਵਿੱਚ ਖਿੱਚੇ ਹੋਏ ਨੇ ਉਹ ਤਾਂ ਸੁਣ ਕੇ ਪੜ੍ਹਨ ਦਾ ਦਿਲ ਕੰਬ ਜਾਂਦਾ, ਨਾਲੇ ਇਹਨਾਂ ਦਾ ਨਹੀਂ ਕੰਬਦਾ ਹੋਊਗਾ। ਇਹ ਪੜ੍ਹ ਕੇ ਦਿਖਾ ਦੇਣ, ਇਹ ਪੜ੍ਹ ਵੀ ਨਹੀਂ ਸਕਦੇ ਜਿਹੜੇ ਤਾਂ ਸੋਰ ਦੇ ਖਿਲਾਫ ਨੇ। ਇਹਨੂੰ ਵਿਆਖਿਆ ਦਾ ਕੀ ਕਰਨੀ ਇਹਨਾਂ ਨੇ? ਪੜ੍ਹਨ ਤੇ ਲਿਖ ਦੂਗਾ, ਤੁਸੀਂ ਸੁਣ ਨਹੀਂ ਸਕਦੇ ਲਿਖ ਦਊਗੇ। ਮਾੜੇ ਦਿਲ ਵਾਲਾ ਆਦਮੀ ਸੁਣ ਨਹੀਂ ਸਕਦਾ ਇਹਨੂੰ, ਮਾੜੇ ਦਿਲਾਂ ਤੋਂ ਤਕੜੇ ਦਿਲ ਇਹਦੇ ਨਾਲ ਬਣੇ ਸੀ। ਮਾੜੇ ਦਿਲ ਵਾਲੇ ਤਾਂ ਥੇ ਹਿੰਦੂ, ਆ ਫਿਰ ਗੁਰੂ ਸਾਹਿਬ ਕੋਲੋਂ ਭੱਜ ਗਏ ਉਹ ਡਰਦੇ, ਉਹਨਾਂ ਦੇ ਕੋਲ ਹੁੰਦੇ ਹੋਏ। ਉਸ ਕੌਮ ਦੇ ਵਿੱਚੋਂ ਕੌਮ ਬਣਾਉਣੀ ਸੀ, ਉਹਨਾਂ ਜੋ ਬੰਦੇ ਕੱਢ ਕੇ ਨਿਡਰ ਬਣਾਉਣੇ ਸੀ, ਐਵੇਂ ਬਣ ਜਾਂਦੇ। ਇਹ ਸਪੈਸ਼ਲ ਗ੍ਰੰਥ ਹੈ ਇੱਕ ਫੌਜ ਤਿਆਰ ਕਰਨ ਵਾਸਤੇ। ਇਹ ਜੋ ਪੜ੍ਹਦੇ ਨੇ ਦੇਸ਼ ਬਾਬਰ ਮੋਹੇ, ਫਿਰ ਕਾਹਦੇ ਪੜ੍ਹਦੇ ਨੇ? ਸਰਕਾਰ ਪੜ੍ਹਦੀ ਹੈ, ਔਰ ਇਹ ਜੋ ਐਨਰਜੀ ਮਿਲਦੀ ਹੈ ਫਿਰ ਇਹਨੂੰ ਸਮਝ ਆਉਂਦੀ। ਜੀ ਜੋ ਐਨਰਜੀ ਮਿਲਦੀ ਹੈ ਸਾਰੀ ਦੁਨੀਆ ਬਣਦੀ ਹੈ, ਉਹਨੂੰ ਕਹਿੰਦੇ ਨੇ ਕਿਸੇ ਹੋਰ ਦਾ ਲਿਖਿਆ ਹੋਇਆ। ਜਾਂ ਮੱਤ ਮਾਰ ਹੁੰਦੀ ਹੈ, ਬਿਮਾਰ ਹੁੰਦੀ ਹੈ, ਇਹ ਤੋਂ ਪਤਾ ਲੱਗਦਾ ਇਹਨਾਂ ਦੀ ਮੱਤ ਮਾਰੀ ਹੋਈ ਹੈ। ਉਹਨਾਂ ਨੇ ਜੋ ਕਹਿਤਾ ਵੀ ਆਹ ਦੇਖੋ ਜੀ ਸ਼ਿਵ ਜੀ ਦੀ ਗੱਲ ਦੇਸ਼ ਬਾਬਰ ਮੋਹੇ, ਉਹਦਾ ਜਵਾਬ ਨਾ ਹੋਣ ਕਰਕੇ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਹੋਇਆ ਜੀ। ਜਵਾਬ ਹੈ ਨਹੀਂ ਤੁਹਾਡੇ ਕੋਲ, ਅਕਲ ਤੁਹਾਨੂੰ ਹੈ ਨਹੀਂ, ਗਿਆਨ ਤੁਹਾਨੂੰ ਅਸਲ 'ਚ ਗਿਆਨ ਤਾਂ ਹੋ ਜਾਂਦਾ ਜੇ ਧਾਰਮਿਕ ਬੰਦੇ ਹੁੰਦੇ। ਜਾਂ ਤੁਸੀਂ ਇਸ ਰਾਹ ਹੀ ਨਹੀਂ ਤੁਰੇ ਧਰਮ ਦੇ, ਤੁਹਾਨੂੰ ਇਹਦਾ ਗਿਆਨ, ਤੁਹਾਡੇ ਕੋਲ ਇਹਦਾ ਜਵਾਬ ਕਿਵੇਂ ਹੋਵੇ? ਜਵਾਬ ਉਹ ਦੇਣਗੇ ਜੀ ਨਾ ਕਹੇਗਾ, ਆਪੇ ਦੇ ਦੇਣਾ, ਤੁਸੀਂ ਕੀ ਲੈਣਾ? ਹਾਂ, ਤੁਸੀਂ ਕਿਸੇ ਤੋਂ ਤਾਂ ਪੁੱਛੋ ਜਾ ਕੇ ਭਾਈ ਇਹਦਾ ਜਵਾਬ ਕੀ ਦੇਣਾ ਚਾਹੀਦਾ। ਪਰ ਚੋ ਭਾਈ ਇਹ ਵਿਧੀ ਤਿੰਨੋਂ ਭਇਓ ਉਪਹਾਸਾ, ਇਹ ਵਿਧ ਤਿੰਨੇ ਭਇਓ ਉਪਹਾਸਾ। ਇਸ ਤਰੀਕੇ ਨਾਲ ਲੋਕਾਂ ਦੇ ਵਿੱਚ ਹਾਸਾ ਪਿਆ ਹੋਇਆ ਉਹਨਾਂ ਦੇ ਖਿਲਾਫ, ਸਭ ਸੰਤਾਂ ਮਜ਼ਾਕ ਕਰ ਰਹੇ ਨੇ। ਉਹਨਾਂ ਨੂੰ ਬਿੱਟ ਵੱਜੀ, ਪੁਰਾਣਾ ਕੋਈ ਰਹਿੰਦਾ ਸੀ ਉਹਨੂੰ ਦਿੱਤਾ ਪੁਰਾਤਨ ਭੇਟ, ਜੁੱਤੀਆਂ ਦੇ ਵਿੱਚ ਉਹਨਾਂ ਦੇ ਟਿੱਕੇ ਲਾਏ ਹੋਏ ਨੇ, ਪੁਰਾਤਨ ਭੇਟ ਰਹਿੰਦੀ ਸੀ, ਇੱਟ ਨੂੰ ਦੇਤੀ। ਇਹ ਉਪਹਾਸਾ ਹੈ, ਲੋਕਾਂ ਨੇ ਮਜ਼ਾਕ ਕੀਤਾ। ਜੋ ਲੋਕ ਮਜ਼ਾਕ ਕਰਦੇ ਤੇ ਮੈਂ ਉਹੀ ਗੱਲ ਲਿਖੀ ਹੈ, ਆਪਣੇ ਕੋਲੋਂ ਨਹੀਂ ਲਿਖ ਰਹੇ। ਪ੍ਰਚਲਿਤ ਹੋ ਗਈਆਂ ਗੱਲਾਂ ਲੋਕਾਂ ਦੇ ਵਿੱਚ, ਲੋਕ ਕਹਿੰਦੇ ਸੀ ਇਹ ਗੱਲਾਂ। ਸਭ ਸੰਤਨ ਮਿਲ ਲਖਿਓ ਤਮਾਸ਼ਾ, ਸਾਰੇ ਜਿਹੜੇ ਗੁਰਸਿੱਖ ਸੀ ਉਹ ਦੇਖ ਕੇ ਤਮਾਸ਼ਾ ਦੇਖਦੇ ਨੇ ਵੀ ਆ ਦੇਖੋ ਇਹਨਾਂ ਨੇ ਕੀ ਬਣਦੀ ਹੈ। ਜਿਹੜੇ ਉਹ ਮੂਸਾ ਭੱਜਿਆ ਮੌਤ ਹੋ ਕੇ, ਮੌਤ ਖੜੀ, ਜਿਹੜੀ ਗੱਲ ਤੋਂ ਭੱਜੀ ਸੀ ਇਹਨਾਂ ਨਾਲ ਹੋ ਗਈ, ਦੋਏ ਨੂੰ ਹੋਈ ਨਹੀਂ। ਇਹ ਭੇਦ ਮਰਮ ਨਹੀਂ ਜਾਣਿਆ ਸੀ ਕਾਲ ਦਾ, ਉਹਨਾਂ ਨੇ ਐਸੇ ਦੀ ਗੱਲ ਕਹਿ ਰਹੇ ਸੀ। ਪਾਵੀ ਨੇ ਕੀ ਕਰਨਾ ਉਹ ਨਹੀਂ ਸਮਝੇ, ਭੱਜ ਗਏ, ਸਮਾਂ ਫਸ ਗਏ। ਅਕਲਮੰਦ ਬਣੇ ਸੀ ਭੱਜ ਕੇ ਵੀ ਅਸੀਂ ਬਚ ਜਾਾਂਗੇ, ਸਗੋਂ ਫਸ ਗਏ। ਇਹ ਅਕਲ ਫਸਾ ਦਿੰਦੀ ਹੁੰਦੀ ਹੈ। ਜੋਗਿੰਦਰ ਸਿੰਘ ਨੂੰ ਅਕਲ ਨਹੀਂ ਫਸਾਇਆ ਸੀ, ਥੋੜੀ ਜਿਹੀ ਅਕਲ ਜੋਗਿੰਦਰ ਸਿੰਘ ਦੀ ਇਹਨੇ ਦੂਏ ਨੂੰ ਮੰਨ ਲਈ ਵੀ ਤੂੰ ਲੀਡਰ ਬਣ ਜਾ, ਤੈਨੂੰ ਲੀਡਰ ਬਣਾਵਾ, ਬਾਬਾ ਨਹੀਂ ਫਸ ਗਿਆ। ਭਰਾ ਗਿਆ ਸੀ ਪੇਸ਼ ਹੋਣ, ਗੱਲ ਕੁਛ ਨਹੀਂ ਸੀ, ਮੈਂ ਇਹਨੇ ਐਸੀ ਉਂਗਲ ਲਾਈ, ਦੂਏ ਦੀ ਅਕਲ ਲੈ ਲਈਏ ਫਸੇ ਜਾਂਦਾ, ਉਹਨੂੰ ਵੀ ਫਸਾਤਾ ਵਿਚਾਰੇ ਨੂੰ। ਕੋਈ ਇਲਾਜ ਨਹੀਂ ਦੋਹਾਂ ਕੋਲ, ਹੁਣ ਕੁਛ ਨਹੀਂ ਬਣਨਾ ਇਹਨਾਂ ਦਾ, ਸਾਰੇ ਬੰਦੇ ਝਾੜ ਦੇਣੇ ਜਿਹੜੇ ਇਹਨਾਂ ਨਾਲ ਨੇ। ਜਦੋਂ ਜਿਹਨੂੰ ਪਤਾ ਲੱਗੀ ਜਾਣਾ ਸੱਚ ਕੀ ਹੈ, ਸਭ ਨੇ ਛੱਡ ਜਾਣਾ, ਇਹਨਾਂ ਇਕੱਲੇ ਹੀ ਰਹਿ ਜਾਣਗੇ ਖੜੇ। ਗੁਰੂ ਤੋਂ ਖਿਲਾਫ ਕਿਸੇ ਨੇ ਨਹੀਂ ਬੋਲਣਾ, ਕਿਸੇ ਨੇ ਨਹੀਂ ਹੋਣਾ। ਜਿਉਂ ਸਮਝ ਆਉਣੀ ਹੈ ਸਭ ਨੂੰ, ਸਭ ਨੇ ਛੱਡ ਜਾਣਾ ਇਹਨਾਂ ਨੂੰ। ਔਰ ਇਹਨਾਂ ਨੂੰ ਖੁਦ ਪਤਾ, ਇਹ ਜਾਣਦੇ ਨੇ, ਇਹ ਤਾਂ ਜਾਣ ਕੇ ਕਰਦੇ ਨੇ। इन्होंने लिखत बारे भी पता भी गुरु दी होई है, सारी गल का पता इन्होंने, पर स्टैंड ले लिया, स्टैंड भी ले लिया वह हवाले नहीं चलता, जो फेल हो जूगा जे अच्छे छड़ दे स्टैंड अजे फेल हो जूगा हवाल, वो तो दो ही पास ही मौत है वही, मन में ता भी मौत है ना मने ता भी मौत है, हवाल तो दो ही पास ही फेल है, मन में ता भी फेल है ना मने ता भी फेल है, दो ही पास ही फेल है, जोर लाल पे चाहे वो फेल ही है, कहता चलता होर थोड़ा 2 साल फेल हो जूगा, फेल इन्हें होने ही होने। संतन कष्ट न देखन पायो, संतन कष्ट न देखन, संतां नूं तां कष्ट देखण नूं नहीं मिलिया, आप हाथ दा नाथ बचायो, परमेश्वर ने आप हाथ दे के बचा लिया, जिन्हूं वो बचा लवे वो परमेश्वर ने बचाया है। ऐस ग्रंथ नूं कह रहे ने बामण दा लिखिआ है, इहदे खिलाफ ने, तुसीं देखो तुहाडे नाल की हुंदी है, आ जिहड़ी इन्हां ने होई है घर छड्ड के इह जी होणी जरूर, जे ना होई इत्थे ही आपां देख लिया, हुण तक 10 साल पहलां जिहड़ी कही दी हुण हो रही है, इधर जिहड़ी हुण कहती होऊगी 10 साल पहलां कहा सी भी तैं फस जाण, तैनूं किसे नूं नहीं छड़ाउणा, कोई इहदी मदद ते छड़ाउण नहीं आ रिहा, कोई क्लैरिफिकेशन नहीं दे नहीं सकता, दवे कड़ा दिता देर जोगा ही नहीं कोई, जी हूँ कहती है गां वरतनी है, जोर लालवे ही वरतनी है होगी, ये टल नहीं सकती, 10 साल पहले कहते हूँ वरतती है, हूँ की कही हो 2-4 साल वरत जूगी, सामने ही आ जानी है, लगन चार नहीं दोहरा। हाँ, जिसनू साजन राखसी दुश्मन कमन विचार, जिन्हों परमेश्वर जी दे वाल आप खड़ा होवे दुश्मनों दा की बिगाड़ लू, की बिगाड़ लैणगे, सच दा कोई की ओ जेड़ा सच नाल जुड़े वे ओदा कुछ नहीं बिगड़दा, सच दा सिद्धा ही सच नाल टक्कर ला लई इन्हां ने, तां जेड़ा सच दे छड़ चला जावे ओदा कख नहीं बिगड़दा, तुसीं दा सिद्धी सच नाल टक्कर ला लई, इदों पुठी मत होर की होऊगी, नहीं लाई तुसी अपने अंदर झांक के देख लो, जे लाई हुई है तो यही होना जिहड़ा कहता तुहानू, कोई जादू वाली गल नहीं है, होवे देर सवेर हो, एक रिकॉर्ड बनना है थोड़ा, है गां नूं किसी दे खिलाफ बोलना नहीं, हमेशा वास्ते जिहड़ी गल उठी है ना कच्ची पिछे चलदी रही है, भावें फैसला हो गया सी पर थोड़े वर्गा ने फिर विद्वाना ने ठाड़ लिया, मुड़ के विद्वान ना कोई बोल गया, विद्वान ना कोई बोल गया ग्रंथ ते गुरबाणी के खिलाफ, इस तरीके नाल शांत हो जाने जिवें कबीर ने शांत कराते सी, पंडित बाड़ी बाट कह के, और विद्वाना ने तो सारा नाश ही किया होया है धर्म का, हिंदू मत का नाश भी विद्वाना ने किया, चंगी भली मत सी यह वेद मत, ਇਹਦਾ ਇਹ करना चाहते ने ਤੁਹਾਨੂੰ ਕਰਨ ਦੇ ਦਾਂਗੇ ਅਸੀਂ, ਉਹਦਾ ਤਾਂ ਉਹਨਾਂ ਨੇ ਕਰਤਾ, ਇਹਦਾ ਇਹ करना ਚਾਹੁੰਦੇ ਨੇ ਜਿਹੜੀ ਮੱਤ ਹੈ ਤੁਹਾਨੂੰ ਕਰਨ ਦੇ ਦਾਂਗੇ, ਤੁਸੀਂ ਤਾਂ ਨੇੜੇ ਵੀ ਨਹੀਂ ਆ ਸਕਦੇ। ਹਾਂਜੀ, ਛਵਾਏ ਨਾ ਸਕੇ ਤੇ ਛਾਹੇ ਕੋ ਨਿਫਲ ਜਾਏ ਗਵਾਰ, ਉਹਦੀ ਤਾਂ ਛੋ ਨੂੰ ਵੀ ਨਹੀਂ ਛੂ ਸਕਦੇ ਇਹ, ਛਾਏ ਨਾ ਸਕੇ ਤੇ ਛਾਹੇ ਕੋ ਨਿਫਲ ਜਾਏ ਗਵਾਰ, ਨਿਫਲ ਜਾਏ ਗਵਾਰ, गवार निष्फल चले जाते ने, कुछ नहीं बिगाड़ सकते, जिदे ते परमेश्वर का हथ होवे कौन ओदे ते, ओए इत्थे तां जद सिंघां ते मुल पैंदे सी 80-80 रुपये सिर दे, जदों पता की कहंदे सी, कहंदे मनु साडी दातरी असीं मनु दे सोए, वीर मनु ऐ नहीं उन्हां ने कहा अरदास की भी यह परमेश्वर साड़ी रख्या कर, ये तो पढ़ाईओ नहीं सी साड़ी, पढ़ाईओ नहीं सी यह गुरु घर की, जिहड़ियां असीं अरदासां अज करदे हिंदू दीआं कीतीआं होईआं अरदासां ने चलाईआं होईआं ने, साड़ी अरदास नहीं कदे भी इहो जी है, कहंदे मनु साडी दातरी असीं मनु दे सोए, सोए हुंदे ने सौंफ दे वर्गे हुंदे ने, सौंफ हुंदी है ना ਇਹ ਸੋਇਆਂ ਦੇ ਬੂਟੇ ਹੁੰਦੇ ਨੇ, ਜਿੰਨੇ ਵੱਡੀਆਂ ਜ਼ਿਆਦਾ ਫੁੱਟਦੇ ਨੇ, ਮਨੂੰ ਦਾਤਰੀ ਆ ਸੀ ਸੋਏ ਆ, ਜਿਉਂ ਜਿਉਂ ਮਨੂੰ ਵੱਢਦਾ ਸੀ ਦੂਣ ਸਵਾਏ ਹੋਏ जो पढ़ता है उन्हें ज्यादा फुट दे दो सी। वो धर्म है, ये चाहते ने असं उन्होंने ढूंढ के जवाब सपेटन फिरते ने रलके। वो तो ऐसा टाइम है, चंगी गल है, वधिया टाइम ते गल छिड़ी है। इन्हां नूं नहीं पता भी साडी मौत पैदा हो गई। जे सच सारियां दी रक्षा करता है तो सच झूठ दी मौत भी है। नाम है, जे नाम बचाउंदा है ना तो नाम मारदा भी है। नाम छाड़ना इहनूं बचाउंदा है, टकराउण वाले नूं मारदा भी है। जिहड़ा नाम नाल टकराउंदा उहनूं मारदा भी है। जे रेल गड्डी दे विच बह जांदा जिथे चलदी है अपने स्टेशन तक लै जांदी है, जिहड़ा मूहरेओं टकरा जाए उहनूं मार भी दिंदी, उत्थे दी भी लग जांदी है। सकल मतां ते केवल हर नाम, जिन्नियां मतां ने आदमी दियां सारियां नूं खत्म करदा साचा प्रगट हुंदा है। इन्हां दी मत अपनी है जोगिंदर सिंह दी जिहड़ी लई फिरदा है, गुरु की मत नहीं है। ये विद्वान जिन्हें बोलते हैं सब अपनी अपनी मत बोलते हैं, किसी की भी नहीं रहनी, गुरमत रह जानी है। जो जो गुरमत प्रगट हो जानी है इन्हां दी मत आप ही खत्म हो जानी है। सकल मतांत केवल हर नाम, नाम दा जल सूरज चढ़ना, सूरज की रोशनी में तारे सारे ही छुप जाते हैं। ਇਹਦਾ ਤਾਰਿਆਂ ਦੀਆਂ ਮੱਤਾਂ ਚਾਨਣ ਨੇ, ਚੰਦ ਤੱਕ ਵੀ ਛੁਪ ਜਾਣਾ। ਚੰਦ ਕੀ ਹੈ? ਚੰਦ ਵੱਡੀਆਂ ਮੱਤਾਂ ਨੇ। ਜਿਹੜੇ ਗ੍ਰੰਥ ਨੇ ਨਾ ਵੱਡੇ, ਮੱਤਾਂ ਚੱਲਦੀਆਂ ਨੇ, ਜੋ ਸਨਾਤਨ ਮੱਤ ਹੈ ਇਹ ਚੰਦ ਦੇ ਰੂਪ 'ਚ ਨੇ। ਇਹ ਵੀ ਛੁਪ ਜਾਣੀਆਂ ਜਾਂ ਸੂਰਜ ਚੜ੍ਹਨਾ। सनातन दे अर्थ होंदा प्राण, आपे करते हैं। गुरु नानक ने कोई गल कह के सच पुराना होवे नहीं, जेड़ी मत पुरानी है सच्ची मत नहीं हो सकती। जे सच्ची मत है पुरानी नहीं हो सकती, पुरानी नहीं कही जा सकती। इन्हां नूं पता की गल कही सी हो, सच पुराना होवे नहीं दा मतलब की सी? सनातन मत सच्ची मत नहीं है। मतलब यह है जो सच्ची होंगी उन्होंने पुरानी ना कहते, मूर्ख आपे पुरानी कह के इन्होंने खोटी साबित कर लिया। गुरबाणी पुराना लफ्ज नहीं वरत्या हुआ, चिराना लफ्ज वरत्या हुआ। चिराना चिरमकाल तो आदमत, चिरमकाल यह दे संजरिया। इन्हां विद्वानों को तो यह भी नहीं पता चिराने और पुराने की फर्क होता है। पुराना कह के तो दोख पैदा कर लिया, कमी पैदा कर ली, कमी दस दी, अपनी कमी कबूल कर ली। उस कमी है तुम तो कमी कबूल कर ली। जिन्होंने इन्नी मत का इन्ना ज्ञान नहीं, असीं पुरानी कह के की कमी कबूल कर ली, वो साढ़े नाल गल करनगे। उन्हां को बुद्धि है किथे? जो साधु शरणी परे तिनके कफन विचार, जो साधु शरणी पड़े तिनके कफन विचार। जेडे अंतरात्मा दी, जेडे सच दी शरण पै गए, साधु भी सचैरा हुंदा है। तिनके कफन विचार, सचैरियां दी शरण जिते पै जांदे ने, कि सचैरा होई है, सचैरा हुंदा साधु हुंदा। तिनके कफन विचार, उन्हां दे विचार की करनगे? उन्हां दे की विचार दसीए तुहानू? ਉਹਨਾਂ ਦੇ ਵਿਚਾਰ ਇਹ ਹੈ, ਦੰਦ ਜੀਵ ਜਿਵ ਰਾਖ ਹੈ ਦੁਸ਼ਟ ਅਨਿਸ਼ਟ ਸੰਘਾਰ। ਆ ਚਾਰੇ ਪਾਸੇ ਦੰਦ ਨੇ ਨਾ, ਜੀਭ ਵਿੱਚ ਹੀ ਹੈ, ਐ ਵਿੱਚ ਰਹਿੰਦੇ ਨੇ, ਕੱਖ ਨਹੀਂ ਵਿਗਾੜ ਸਕਦੇ ਦੰਦ ਉਹਦਾ। ਉਹ ਦੁਸ਼ਮਣ ਦੰਦ ਨੇ ਜੀਵ ਦੇ, ਵਿਚਾਲੇ ਦੰਦਾਂ ਦੇ ਜੀਵ। ਜੀਵ ਦੇ ਵਿੱਚ ਇੰਨੀ ਫੁਰਤੀ ਹੈ ਦੰਦਾਂ ਚ, ਕਿਤੇ ਦੰਦ ਇੱਕ ਥਾਂ ਜੁੜੇ ਹੋਏ। ਦੰਦਾਂ ਜੜੇ ਹੋਏ, ਗੱਡੇ ਹੋਏ, ਹਿਲਣੀ। ਇਹਨਾਂ ਦੀ ਜੜ ਬੁੱਧੀ, ਉਹਦੀ ਚੇਤਨ ਬੁੱਧੀ, ਵਿਵੇਕ ਬੁੱਧੀ। ਜੀਵ ਦੀ ਸਪੀਡ ਕਿਵੇਂ ਬਿੱਧੀ ਲੰਘ ਜਾਂਦੀ ਹੈ, ਜਾਨੂੰ ਦੰਦ ਉਹਨਾਂ ਨੂੰ ਕਦੇ ਕਦੇ ਜਾਂਦੀ ਹੈ। ਵਿਵੇਕ ਬੁੱਧੀ ਕਿੰਨੀ ਤੇਜ਼ ਬੁੱਧੀ ਹੁੰਦੀ ਹੈ, और दंदा दी अर जीव दी स्पीड दा अंतर है। दंत जीव जी मराका दुष्ट अरिष्ट संघार। एवे दुष्ट अरिष्ट जेड़े ने कख नहीं बिगाड़ सकदे। ओदा दुष्ट दंत दुष्ट ने अरिष्ट ने जीव दा की बिगाड़णगे। चौपाई सर्व काल सब साध उभारे। इस तरीके नाल परमेश्वर ने सर्व काल सब साध उभारे हमेशा ही मुੱਢ तो लैके सारे युगां च जिहड़े साध ने पैदा हुंदे रहे ने। हर युग युग भगतों पाया पैज रखदा आया। पैज भी रखदा है ना जे वो पाउंदा आ गल है। जिहने पैदा कीता पैज भी उही रखदा। वो जिहड़ा पहला तां इन्हां दे अंदर ख्याल पैदा किहने कीता है विरोध करन दा। जे तां परमेश्वर ने कीता तां पैज रख लू। पहला अपने अंदर झाक के देखना ख्याल पैदा कितों होया। जो तो उन्हें पैदा किया तादा बचाओ है। जो उन्हें नहीं पैदा किया फिर यह बचाओ नहीं है। सारा ही नक्शा दिखा देना इन्हों भी तुसी क्यों नहीं बचना की कारण है। उन्होंने तो अंदर सारा बाहर कट कट के अंतर की जान तो सारा नक्शा उन्होंने दुनिया को दिखा देना। उन्होंने थोड़े अंदर की चलता है की है। ख्याल कितों आया तुहानू ग्राउंड की है ख्याल दी। यदि गुरबाणी की सोझी दिखाओ कितने तुहानू गुरबाणी की सोझी। गुरबाणी की सोझी के बिना तुसीं किवें कहता है गुरबाणी अनुसार नहीं। गुरबाणी की सोझी तो बिना ਕਿਹੜੇ ਆਧਾਰ ਤੇ ਕਹਿਤਾ ਗੁਰਬਾਣੀ ਅਨੁਸਾਰ ਨਹੀਂ ਗੁਰਮਤ ਨਹੀਂ। ਇਹ ਆਧਾਰ ਕੀ ਹੈ ਕਿ ਕੀ ਆਧਾਰ ਹੈ ਦਾ? ਇਹਦਾ ਆਧਾਰ ਹੈ ਕੋਈ ਫਰੇਬ। ਕੋਈ ਫਰੇਬ ਇਹਦਾ ਆਧਾਰ ਹੋ ਸਕਦਾ ਹੋਰ ਤਾਂ ਕੁਝ ਨਹੀਂ। ਫਰੇਬ ਕੀ ਹੈ ਸਾਨੂੰ ਤਾਂ ਪਤਾ ਤੁਹਾਨੂੰ ਵੀ ਪਤਾ ਪਰ ਆਪੇ ਹੀ ਸਾਹਮਣੇ ਆ ਜਾਣਾ। ਫਰੇਬ ਕਹੀ ਦਾ ਨਹੀਂ ਹੁੰਦਾ ਕਹਿਣ ਵਾਲਾ ਨਹੀਂ ਹੁੰਦਾ ਆਪੇ ਸਾਹਮਣੇ ਆ ਜਾਂਦਾ। ਉੱਥੇ ਹੀ ਅਕਾਲੀਆਂ ਦੇ ਖਿਲਾਫ ਨਹੀਂ ਬੋਲੇ ਅਸੀਂ। ਫਰੇਬ ਸੀ ਫਰੇਬ ਦੇ ਖਿਲਾਫ ਨਹੀਂ ਬੋਲੀ ਦਾ ਹੁੰਦਾ ਟਾਈਮ ਤੇ ਪਹਿਲਾਂ। ਕੂੜ ਨਖੁੱਟੇ ਨਾਨਕਾ ਨਾਨਕ ਨੇ ਕਹਿਤਾ ਨਹੀਂ ਬੋਲਣਾ ਤੁਸੀਂ ਕਹਿੰਦੇ ਆਪੇ ਹੀ ਖੋਟਾ ਹੋ ਜਾਣਾ। ਉਹਨੇ ਗੁਰਬਾਣੀ ਕਹਿੰਦੇ ਤੁਹਾਨੂੰ ਲੋੜ ਨਹੀਂ ਉਹਦੇ ਖਿਲਾਫ ਪ੍ਰਚਾਰ ਕਰਨ ਦੀ। ਨਖੁੱਟੇ ਨਾਨਕਾ ਕੂੜ ਉਹਦਾ ਸੀ ਜਦੋਂ ਕਿਹਾ कूड़ा रोक रहा सी सच का। कहते कोई परवाह नहीं तुसी गल तुरे जाओ इन्हें आपे खोटा साबित हो जाना। दुखुटे नानका उड़क सच रही रहना तो सच्चे। जे ये गल ठीक है तो तुहाडा कूड़ आपे खोटा साबित हो जाना। ते नहीं साबित करो ये सच है। जां तां साबित करो सच है जो तुसी कहते हो। जे साबित नहीं कर सकते सच है तो इन्हें तां आपे खोटा साबित हो जाना। असीं ये तो साबित करी जाते भी सच है। सच की है? सच की है गुरबाणी दसम ग्रंथ तो साबित करी जाते। तुसीं अपना पक्ष साबित करो भी सच है। उही दो तीन गल्लां ने बार बार उही रिपीट करी जाते हो। कितना कुछ लोग सुणनगे उन्हां? कितना कुछ सुणनगे? इधर तो रोज़ नवीं गल है। रोज़ नवा प्रूफ है। रोज़ नवा सबूत है। थोड़े कोल की है? तुसीं साबित करो भी सच है साडा। जो मैं कहना मेरी ड्यूटी है सच साबित करना। उन्होंने पब्लिक की कोर्ट है संगत है। संगत की अदालत सच साबित करो। दुख दे के दुखी सब मारे सर्वकाल सब साध उभारे। हमेशा ही सर्वकाल जड़ा है परमेश्वर काल हमेशा ही सारे। काल भी देखो काल जड़ा है वही अकाल है। सच काल भी है सच आप अकाल है। अगर फिर काल कौन है? काल भी वही है अकाल भी वही है। नाथ भी वही है अनाथ भी वही है। दो लफ्ज आए हुए ने ਘਟ ਘਟ ਅਨਾਥ ਅਨਾਥ। ਅਨਾਥ ਹੈ ਜਿਹੜਾ ਅਕਾਲ ਹੈ। ਨਾਥ ਹੈ ਅਕਾਲ ਹੈ। ਜਿਹੜਾ ਨਾਥ ਹੈ ਉਹੀ ਤਾਂ ਅਕਾਲ ਹੈ। ਇਹ ਨਾਥ ਦੀ ਗੱਲ ਕਰ ਰਹੇ ਨੇ ਦਸਮ ਪਾਤਸ਼ਾਹ, ਕਿਉਂ ਕਰ ਰਹੇ ਨੇ? ਸੰਸਾਰ ਦੀ ਗੱਲ ਕਰ ਰਹੇ ਨੇ, ਇੱਕ ਭਗਤ ਦੀ ਲਾਈਫ ਦੀ ਗੱਲ ਕਰ ਰਹੇ ਨੇ। ਭਗਤ ਕਿਵੇਂ ਵਿਚਰਿਆ, ਕੀ ਕਰ ਰਿਹਾ ਹੈ, ਭਗਉਤੀ ਦੀ ਗੱਲ ਕਰ ਰਹੇ ਨੇ ਨਾ। ਤੇ ਕਾਲ ਦੇ ਵਸ ਹੀ ਹੈ ਸਾਰਾ ਸੰਸਾਰ, ਕਾਲ ਵਸ ਹੈ। ਇਹਨਾਂ ਨੇ ਸੰਸਾਰ ਚੋਂ ਰੜਕ ਕੇ ਤੁਹਾਨੂੰ ਕੋ ਦਿਖਾਇਆ? ਉੱਥੇ ਆ ਭਗਤ ਬਣਨਾ ਕਿਵੇਂ? ਇੱਥੇ ਭਗਤ ਕੀ ਕਰਦੇ, ਕੀ ਹੁੰਦੇ ਨੇ? ਇੱਥੇ ਕੀ ਕੀਤਾ ਭਗਤਾਂ ਨੇ, ਕਰਦੇ ਕੀ ਹੁੰਦੇ ਨੇ, ਕੀ ਕੀਤਾ ਭਗਤਾਂ ਨੇ? ਇਹ ਗੱਲ ਕੁਝ ਹੋਰ ਆ, ਉਹ ਥੋੜਾ ਜਿਹਾ ਹੈ ਕੋਈ ਗੱਲ। ਭਗਤ ਉਹਦੇ ਪਰਥਾਈ ਕਰ ਰਿਹਾ ਜੋ ਕਰ ਰਿਹਾ ਹੈ, ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਰਿਹਾ। ਦੁੱਖ ਦੇ ਕੇ ਦੁਖੀ ਸਭ ਮਾਰੇ, ਦੁੱਖ ਦੇ ਕੇ ਦੁਖੀ ਸਭ ਮਾਰੇ। ਕਾਲ ਨੇ ਮਾਰੇ, ਮਾਰੇ ਕੀ ਨੇ? ਪਰਮੇਸ਼ਰ ਨੇ ਮਾਰੇ ਨਾ। ਇਹ ਪਰਮੇਸ਼ਰ ਨੇ ਮਾਰੇ ਕਾਲ, ਹੋਰ ਤੁਹਾਡਾ ਪਿਓ ਇਹਨਾਂ ਨੂੰ ਪੁੱਛੇ ਕਾਲ ਪਰਮੇਸ਼ਰ ਹੋਇਆ ਨਾ, ਕਿਵੇਂ ਨਹੀਂ ਕਹਿ ਸਕਦੇ ਉਹਨੂੰ ਕਾਲ? ਦੁੱਖ ਦੇ ਕੇ ਦੁਖੀ ਸਭ ਮਾਰੇ, ਕੀ ਨਾ ਮਾਰੇ? ਮਾਰਨ ਵਾਲੇ ਦਾ ਨਾਮ ਕਾਲ ਹੁੰਦਾ, ਜੋ ਮਾਰਦਾ ਉਹੀ ਕਾਲ ਹੁੰਦਾ। ਕਾਲ ਨਹੀਂ ਜੀ ਕਹਿ ਸਕਦੇ ਉਹਨੂੰ, ਇਹ ਨਹੀਂ ਕਹਿ ਸਕਦੇ। ਹੋਰ ਕੀ ਕਹਾਂਗੇ? ਜਿਹਨੂੰ ਇੰਨੀ ਅਕਲ ਨਹੀਂ ਹੈ, ਉਹ ਜੋ ਮਾਰੇ ਦੁਖੀ ਦੁੱਖ ਦੇ ਕੇ, ਉਹੀ ਕਾਲ ਹੈ। ਜੇ ਉਬਾਰੇ ਤਾਂ ਅਕਾਲ ਹੈ, ਤੇ ਮਾਰੇ ਤਾਂ ਕਾਲ ਹੈ। ਸੰਤਾਂ ਵਾਸਤੇ ਅਕਾਲ ਹੈ, ਦੁਖੀਆਂ ਵਾਸਤੇ ਕਾਲ ਹੈ। ਕਿਉਂ? ਸੰਤ ਆਪ ਅਕਾਲ ਨੇ ਨਾ। ਸੰਤ ਅਕਾਲ ਨਾਲ ਜੁੜਨਗੇ, ਦੁਖੀ ਕਾਲ ਵਸ ਰਹਿਣਗੇ। ਸੰਸਾਰ ਕਾਲ ਵਸ ਹੈ, ਹੁਕਮ ਦੇ ਵਸ ਹੈ। ਜੰਮਣਾ ਮਰਨਾ ਹੁਕਮ ਹੈ, ਕਾਲ ਹੁਕਮ ਦਾ ਹੀ ਨਾਮ ਹੈ। ਦੂਆ ਹੁਕਮ ਨਾਲ ਜੁੜ ਕੇ ਇੱਕ ਤਾਂ ਚਲਾ ਗਿਆ, ਇੱਕ ਇੱਥੇ ਹੁਕਮ ਦੇ ਅੰਡਰ ਹੈ। ਜਿਹੜਾ ਹੁਕਮ ਦਾ ਬਾਗੀ ਆ, ਉਹੀ ਹੁਕਮ ਦੇ ਅੰਡਰ ਹੈ ਅਸਲ ਦੇ ਵਿੱਚ। ਜਿਹੜਾ ਹੁਕਮ ਦੇ, ਜਿਹਨੇ ਭਾਣੇ ਨੂੰ ਮਿੱਠਾ ਕਰਕੇ ਨਹੀਂ ਮੰਨਿਆ, ਉਹੀ ਤਾਂ ਇੱਥੇ ਆ। ਜਿਹੜਾ ਭਾਣੇ ਨੂੰ ਮਿੱਠਾ ਕਰਕੇ ਨਹੀਂ ਮੰਨਦਾ, ਉਹਦੇ ਵਾਸਤੇ ਭਾਣਾ ਕਾਲ ਹੈ। ਜਿਹੜਾ ਭਾਣੇ ਨੂੰ ਮਿੱਠਾ ਕਰਕੇ ਮੰਨਦਾ, ਉਹਦੇ ਵਾਸਤੇ ਭਾਣਾ, ਉਹ ਤਾਂ ਭਾਣਾ ਉਹਨੂੰ ਤਾਂ ਆਪਣੀ ਬੁੱਕੜ 'ਚ ਰੱਖਦਾ ਹਰ ਵਕਤ। ਉਹਨੂੰ ਤਾਂ ਆਪਣੀ ਬੁੱਕੜ 'ਚ ਰੱਖਦਾ, ਉਹ ਤਾਂ ਬੋਹਤ ਵਿੱਚ ਬਿਠਾਲ ਦਿੰਦਾ ਉਹਨੂੰ ਤਾਂ। ਗੁਰ ਕੇ ਭਾਣੇ ਚੱਲੇ ਭਾਈ, ਵਿੱਚ ਬੋਹਤ ਬੈਠਾ। ਉਹ ਤਾਂ ਬੋਹਤ ਵਿੱਚ ਬੈਠਾ, ਡੁਬਕੀਆਂ ਕਿਹਨੂੰ ਦਿੰਦਾ? ਜਿਹੜਾ ਬੋਹਤ ਵਿੱਚ ਨਹੀਂ ਕਹਿੰਦਾ, ਅਸਲ 'ਚ ਨਹੀਂ ਦਿੰਦਾ, ਡੁਬਕੀਆਂ ਆਪੇ ਖਾਂਦਾ। ਉਹ ਡੁਬਕੀਆਂ ਤਾਂ ਖਾਊਗਾ ਜਿਹੜਾ ਬੋਹਤ ਵਿੱਚ ਨਹੀਂ ਬੈਠਿਆ ਜਾ ਕੇ। ਇਹ ਆਪੇ ਖਾਂਦਾ ਡੁਬਕੀਆਂ, ਬਹਿੰਦਾ ਨਹੀਂ ਜੇ ਜਾ ਕੇ। ਅਦਭੁਤ ਗਤ ਭਗਤਾਂ ਨੂੰ ਦਿਖਾਈ, ਭਗਤਾਂ ਨੂੰ ਜਿਹੜੀ ਅਦਭੁਤ ਗਤ ਹੈ, ਇਹ ਅਦਭੁਤ ਗਤੀ ਹੈ। ਆਹੀ ਕਾਲ ਅਕਾਲ ਦੀ ਇਹੀ ਅਦਭੁਤ ਗਤੀ ਹੈ। ਭਗਤਾਂ ਨੂੰ ਦਿਖਾਈ, ਭਗਤਾਂ ਨੂੰ ਨਜ਼ਰ ਆਈ ਹੈ, ਭਗਤਾਂ ਨੇ ਦੇਖ ਕੇ ਦਿਖਾਇਆ। ਨਾਨਕ ਗੁਰਮੁਖ ਦੇਖ ਦਿਖਾਏ। ਉਹਦਾ ਦਰਸ਼ਨ ਪਹਿਲਾਂ ਆਪ ਕਰਦਾ, ਪਹਿਲਾਂ ਗੱਲ ਨੂੰ ਆਪ ਸਮਝਦਾ, ਫਿਰ ਸਮਝਾਉਂਦਾ। ਇਹ ਅਦਭੁਤ ਗਤੀ ਹੈ। ਇਹ ਨਹੀਂ ਸਮਝ ਆ ਰਹੀ ਗੱਲ ਕੀ ਹੈ। ਸਭ ਸੰਕਟ ਤੇ ਲਏ ਬਚਾਈ, ਸਾਰੇ ਭਗਤਾਂ ਨੂੰ ਅਦਭੁਤ ਗਤੀ ਦਿਖਾ ਦਿੰਦਾ ਹੈ। ਉਹ ਦਰਸ਼ਨ ਹੋ ਜਾਂਦਾ ਹੈ ਅਦਭੁਤ ਗਤੀ ਦਾ। ਅਦਭੁਤ ਗਤੀ ਕੀ ਹੈ? ਹੁਕਮ ਅਦਭੁਤ ਗਤੀ ਹੋਈ ਹੈ ਉਹਦੀ। ਹੁਕਮ ਬੂਝ ਪਰਮ ਪਦ ਪਾਈ, ਹੁਕਮ ਨੂੰ ਬੁਝ ਲੈਣਾ ਅਦਭੁਤ ਗਤੀ ਹੈ। ਹੋਰ ਅਦਭੁਤ ਗਤੀ ਕੀ? ਭਗਤਾਂ ਨੂੰ ਦਿਖ ਜਾਂਦਾ ਹੈ ਹੁਕਮ। ਦਿਖਣਾ ਸੰਸਾਰ ਚੋਂ ਹੀ, ਹੋਰ ਕਿਤੋਂ ਨਹੀਂ ਦਿਖਣਾ। ਇੱਥੇ ਹੀ ਹੈ ਹੁਕਮ, ਜੋ ਵਰਤੇ ਸੋ ਤੇਰਾ ਭਾਣਾ। ਇਹ ਅਦਭੁਤ ਗਤੀ ਹੈ। ਕਿਉਂ ਹੋ ਰਿਹਾ ਹੈ? ਦੁੱਖ ਦਾਰੂ ਸੁੱਖ ਰੋਗ ਪਿਆ ਅਦਭੁਤ ਗਤੀ ਹੈ। ਸਾਨੂੰ ਦੁੱਖ ਦਾਰੂ ਨਹੀਂ ਲੱਗਦਾ, ਭਗਤਾਂ ਨੂੰ ਦੁੱਖ ਦਾਰੂ ਲੱਗਦਾ। ਫਰਕ ਪੈ ਗਿਆ ਨਿਸ਼ਚੀ ਕੋਣ ਦਾ। ਬਸ ਉਹਨਾਂ ਨੂੰ ਅਦਭੁਤ ਗਤੀ ਦੀ ਸਮਝ ਆ ਕੇ, ਉਹ ਦੁੱਖ ਦਾਰੂ ਹੈ, ਸੁੱਖ ਰੋਗ ਹੈ, ਸਾਡੇ ਵਾਸਤੇ ਉਲਟੀ ਹੈ ਗੱਲ। ਸੰਸਾਰੀ ਲੋਕਾਂ ਵਾਸਤੇ ਗੱਲ ਉਲਟੀ ਹੈ। ਭਗਤਾਂ ਦਿਖਾਈ, ਸਭ ਸੰਕਟ ਤੇ, ਸਭ ਸੰਕਟ ਤੇ ਸੰਤ ਬਚਾਏ, ਸਭ ਸੰਕਟ ਤੇ ਸੰਤ ਬਚਾਏ। ਸਭ ਕੰਟਕ ਕੰਟਕ ਜਿਮਕਾਏ, ਸਭ ਕੰਟਕ ਕੰਟਕ ਜਿਮਕਾਏ। जिन्ने कंटक ने संतां ते, संतां वास्ते कंडे ने, उन्हां नाल उही सलूक कीता जो कंडियां नाल करीदा। जेड़े संतां वास्ते कंडे ने ਉਹ ਪਰਮੇਸ਼ਰ ਨੇ ਆਪਣੇ ਵਾਸਤੇ ਵੀ ਕੰਡੇ ਬੰਨੇ ਨੇ। ਸਭ ਕੰਟਕ ਕੰਟਕ ਜਿਮਕਾਏ, ਜਿਵੇਂ ਕੰਟਕ ਆਈ ਦੇ ਉਵੇਂ ਕਾਏ ਨਾ। ਸੰਤਨ ਦੁੱਖ ਪਾਏ ਤੇ ਦੁਖੀ। ਜਦ ਸੰਤਾਨਾਂ ਨੂੰ ਦੁੱਖ ਜਿਹੜੀ ਚੀਜ਼ ਦੇ ਰਹੀ ਹੈ ਉਹਦੇ ਨਾਲ ਉਹ ਆਪ ਵੀ ਦੁਖੀ ਹੋ ਰਿਹਾ ਹੈ। ਜਿਹੜੀ ਚੀਜ਼ ਨਾਲ ਆਪ ਦੁਖੀ ਰਿਹਾ ਹੈ ਕੰਡਾ ਜਿਹੜਾ ਉਹਨੂੰ ਵੀ ਚੁਭਦਾ, ਫਿਰ ਉਹਨੂੰ ਤਾਂ ਤੋੜੂ ਏ। ਜਿਹੜਾ ਕੰਡਾ ਸੰਤ ਨੂੰ ਚੁਭਦਾ ਉਹੀ ਪਰਮੇਸ਼ਰ ਨੂੰ ਚੁਭਦਾ। ਤੇ ਤੋੜਨਾ ਨਾ ਤੋੜਨਾ ਉਹਦੇ ਬਸ ਦੀ ਗੱਲ ਆ, ਸੰਤ ਦੇ ਬਸ ਦਾ ਤੋੜਨਾ ਨਹੀਂ। ਉਹ ਤਾਂ ਬਰਦਾਸ਼ਤ ਕਰੂਗਾ, ਜੋ ਨਹੀਂ ਤੋੜਦਾ ਬਰਦਾਸ਼ਤ ਕਰੂਗਾ, ਜੋ ਤੋੜ ਦੂਗਾ ਠੀਕ ਹੈ, ਨਾ ਤੋੜੇ ਨਾ ਤੋੜੇ। ਉਹ ਕਹਿੰਦਾ ਵੀ ਨਹੀਂ ਵੀ ਤੂੰ ਇਹਨੂੰ ਤੋੜ ਦੇ, ਜਿੰਨਾ ਇਹਦੇ ਚੁਭਦਾ ਉਨਾ ਹੀ ਉਹਦੇ ਚੁਭਦਾ। ਤੋੜਦੇ ਤਾਂ ਕਹੇ ਨਾ, ਬਹੁਤ ਬੜਾ ਭੇਦ ਆ ਗੱਲ ਚ। ਇਸ ਕਰਕੇ ਨਹੀਂ ਅਰਦਾਸ ਕਰਦੇ ਗੁਰੂ ਘਰ ਨੇ ਕੀਤੀ। ਜੇ ਸੰਤਨ ਦੁੱਖ ਪਾਏ ਤੇ ਦੁਖੀ ਹੈ ਨਾ, ਸੰਤ ਨੂੰ ਦੁੱਖ ਮਿਲਦਾ ਪਰਮੇਸ਼ਰ ਨੂੰ ਵੀ ਮਿਲਦਾ ਹੈ। ਫਿਰ ਸੰਤ ਕਾਹਦੇ ਕਹੇ, ਉਹ ਦੁੱਖ ਦੀ ਲੋੜ ਹੈ ਅਸਲ 'ਚ, ਉਹ ਦੁੱਖ ਦੀ ਲੋੜ ਹੈ ਤਾਂ ਮਿਲਿਆ ਹੋਇਆ, ਉਹ ਦਾਰੂ ਹੈ। ਜੇ ਦੁੱਖ ਤੋਂ ਭੱਜ ਗਿਆ ਰੋਗ ਰਹਿ ਜੂਗਾ। ਬਹੁਤ ਬੜਾ ਭੇਦ ਹੈ। ਇਹੀ ਤਾਂ ਗੱਲ ਹੈ, ਉੱਪਰਲੀ ਪੰਕਤੀ 'ਚ ਇਹੀ ਕਿਹਾ ਹੋਇਆ ਅਦਭੁਤ ਗਤ ਭਗਤ ਨੂੰ ਦਿਖ ਰਹੀ। ਹਾਂ, ਇਹ ਅਦਭੁਤ ਗਤ ਹੈ। ਇੱਥੇ ਅਰਦਾਸਾਂ ਦੂਏ ਦਿਨ ਕਰਨ ਲੱਗ ਜਾਂਦੇ ਨੇ। ਇਹਨੂੰ ਮਾਤਾ ਸਾਰੀਆਂ ਅਰਦਾਸਾਂ ਅਸੀਂ ਕਰਦੇ, ਇੱਥੋਂ ਹੀ ਤਾਂ ਉਲਟ ਹੋ ਗਿਆ। ਇਹ ਗੱਲ ਦਾ ਨਹੀਂ ਕਹਿੰਦੇ ਜਿਹੜੇ ਇਹ ਗੱਲ ਦੇ ਖੋਤੇ ਨੇ। ਉਹ ਗੱਲ ਤਾਂ ਆਹ ਕਹਿਣ ਵਾਲੀ ਸੀ ਵੀ ਤੁਸੀਂ ਕੀ ਕਰਦੇ ਹੋ, ਤੁਸੀਂ ਸਟੈਂਡ ਹੋ ਰਹੇ ਲਈ ਬੈਠੇ ਹੋ। ਜਿਹੜਾ ਸੁਧਾਰ ਕਰਨ ਵਾਲਾ ਉਹਨੂੰ ਤਾਂ ਕੋਈ ਜਾਂਦਾ ਨਹੀਂ। ਉਹ ਤਾਂ ਜਾਵੇ ਜੇ ਗੁਰਬਾਣੀ ਦੀ ਸੋਝੀ ਹੋਵੇ। ਹੋਰ ਇਹ ਧੜੇ ਬਣਾਈ ਫਿਰਦੇ ਨੇ, ਇਹ ਤਾਂ ਧੜੇ ਬੰਦੀ ਹੈ ਤੁਹਾਡੀ, ਵੀ ਅਸੀਂ ਇਸ ਤਰੀਕੇ ਨਾਲ ਰੌਲਾ ਪਾ ਕੇ ਕਾਬਜ਼ ਹੋ ਜਾਵਾਂਗੇ ਗੋਲਕ ਤੇ। ਗੋਲਕ ਤੇ ਤੁਹਾਨੂੰ ਕਿਸੇ ਨੇ ਨਹੀਂ ਕਾਬਜ਼ ਹੋਣ ਦੇਣਾ, ਇਹ ਭੁਲੇਖੇ ਜਿਹੜੇ ਹੋ। ਤੁਹਾਨੂੰ ਤਾਂ ਗੁਰਦੁਆਰੇ ਨਹੀਂ ਵੰਡ ਦਿੰਦੇ ਅਗਲੇ, ਵੰਡ ਦੇਣਾ। ਜਿਹਨੂੰ ਕੱਢ ਦਿੰਦੇ ਨਾ ਪਰਿਕਰਮਾ ਨਹੀਂ ਕਰ ਸਕਦਾ। ਅਕਾਲ ਤਖ਼ਤ ਜਾ ਕੇ ਕਰਕੇ ਦਿਖਾ ਦੇਵੇ, ਕਿਤੇ ਵੀ ਪਰਿਕਰਮਾ ਕਰਕੇ ਦਿਖਾ ਦੇਵੇ। ਜੋਗਿੰਦਰ ਸਿੰਘ ਦਿਖਾ ਦੇਵੇ, ਉਹ ਦਿਖਾ ਦੇਵੇ, ਜਿਹਨੂੰ ਮਰਜ਼ੀ ਲਿਆਵੇ ਨਾਲ। ਜਦ ਤੁਹਾਨੂੰ ਐਂਟਰੀ ਨਹੀਂ ਹੈ ਉੱਥੇ, ਬੋਲਣ ਦੀ ਵੀ ਇਹਨਾਂ ਨੂੰ ਤਾਂ ਛੂਟ ਨਹੀਂ ਹੈ ਕਾਨੂੰਨੀ ਤੌਰ 'ਤੇ। ਜਿਹੜਾ ਆਦਮੀ ਧਰਮ 'ਚੋਂ ਨਿਕਲ ਗਿਆ ਉਹ ਦੂਏ ਧਰਮ ਦੇ ਖਿਲਾਫ ਨਹੀਂ ਬੋਲ ਸਕਦਾ, ਕਾਨੂੰਨੀ ਤੌਰ 'ਤੇ ਨਹੀਂ ਬੋਲ ਸਕਦੇ। ਕਾਨੂੰਨੀ ਤੌਰ 'ਤੇ ਲਿਖ ਵੀ ਨਹੀਂ ਸਕਦਾ ਰੋਜ਼ ਧਰਮ ਦੇ ਖਿਲਾਫ। ਇਹਨਾਂ ਨੇ ਜੋ ਐਕਸ਼ਨ ਨਹੀਂ ਲਿਆ ਧਰਮਾਂ ਦੇ ਖਿਲਾਫ ਬੋਲੇ ਤੇ ਤਾਂ ਬੜੇ ਬੜੇ ਪੱਧਰ ਪੈਦਾ ਹੋ ਜਾਂਦੇ ਨੇ, ਸਰਕਾਰਾਂ ਹਿੱਲ ਜਾਂਦੀਆਂ ਨੇ। ਜੇ ਕਾਨੂੰਨ ਸਾਰੇ ਚੜ ਕੇ ਜਾਣ ਲੱਗ ਗਏ ਦੀ ਪ੍ਰੈਸ ਤੇ, ਫਿਰ ਸਰਕਾਰ ਕੀ ਕਰੂਗੀ? ਪ੍ਰੈਸ ਬੰਦ ਕਰ ਦੂਗੀ, ਕਰਨੀ ਪੈ ਜੂਗੀ ਪ੍ਰੈਸ ਬੰਦ। ਇਹਨੂੰ ਪਤਾ ਨਹੀਂ ਇਸ ਗੱਲ ਦਾ ਹੈ। ਜੋ ਜੇ ਇੱਥੋਂ ਜਾਣ ਲੱਗ ਕੇ ਚੜ ਕੇ ਜਥੇ ਉਥਲ ਪੁਥਲ ਹੋ ਗਈ ਵੀ ਇਹ ਰੋਜ਼ ਲਿਖੀ ਜਾਂਦੇ ਨੂੰ ਬੰਦ ਕਰੋ, ਇਹਦਾ ਕੋਡ ਆਫ ਕੰਡਕਟ ਲਾਗੂ ਕਰੋ ਪ੍ਰੈਸ ਤੇ, ਮਰਿਆਦਾ ਦਾ। ਇਹ ਧਰਮ ਦੇ ਖਿਲਾਫ ਜਾਂ ਧਰਮ ਚੋਂ ਕੱਢਿਆ ਹੋਇਆ ਕਿਉਂ ਲਿਖਦਾ? ਉਪੱਧਰ ਪੈਦਾ ਹੋ ਜਾਊਗਾ, ਸਰਕਾਰ ਕੀ ਕਰੂਗੀ? ਬੰਦ ਕਰ ਦੋ। ਸਰਕਾਰ ਨੂੰ ਕੀ ਗੱਲ ਹੋਊਗਾ? ਔਰ ਪ੍ਰੈਸ ਵਾਲਾ ਕੋਈ ਨਹੀਂ ਇਹਦੇ ਨਾਲ ਹੈਗਾ। ਪ੍ਰੈਸ ਤੇ ਵੀ ਕੋਈ ਕਾਨੂੰਨ ਲਾਗੂ ਹੁੰਦਾ। ਪ੍ਰੈਸ ਕੋ ਉਹ ਆਜ਼ਾਦੀ ਨਹੀਂ ਹੈ ਵੀ ਜੋ ਤੁਸੀਂ ਮਰਜ਼ੀ ਬੋਲੀ ਜਾਓ। ਆਜ਼ਾਦੀ ਵੀ ਕਿਸੇ ਮਰਿਆਦਾ ਦੇ ਵਿੱਚ ਹੈ ਨਾ, ਡਿਸਪਲਨ ਦੇ ਵਿੱਚ ਆਜ਼ਾਦੀ ਹੈ ਨਾ। ਕਹਿਣ ਵਾਲੀ ਉਹ ਗੱਲ ਕਰ ਸਕਦੇ ਹੋ, ਕੇਸ ਨਹੀਂ ਕਰ ਦਿੰਦੇ ਅਗਲੇ ਪ੍ਰੈਸ ਦੇ ਖਿਲਾਫ। ਜੋ ਮਰਜ਼ੀ ਨਹੀਂ ਬੋਲ ਸਕਦਾ ਕੋਈ ਵੀ ਆਦਮੀ, ਕਹਿਣ ਵਾਲੀ ਗੱਲ ਕਹਿ ਸਕਦਾ, ਜੋ ਗੱਲ ਬੋਲ ਸਕਦਾ। ਜੋ ਗੱਲ ਬੋਲਣ ਤੇ ਹਟਾਵੇ ਉਹ ਗੱਲ ਹੋਰ ਹੈ। ਹਾਂ, ਦਾਸ ਜਾਨ ਮੋਏ ਕਰੀ ਸਹਾਏ, ਦਾਸ ਜਾਨ ਮੋਏ ਕਰੀ ਸਹਾਏ। ਮੈਨੂੰ ਆਪਣਾ ਦਾਸ ਮੰਨ ਕੇ ਦੇਖੋ, ਦਾਸਾਂ ਦੀ ਸਹਾਇਤਾ ਕਰਦਾ, ਇਹ ਗੱਲ ਜ਼ਰੂਰ ਹੈ। ਆਪਣੇ ਆਪ ਨੂੰ ਦਾਸ ਮੰਨਦੇ ਦੇਖੋ। ਮੈਨੂੰ ਆਪਣਾ ਦਾਸ ਜਾਣ ਕੇ ਸਹਾਇਤਾ ਕੀਤੀ ਹੈ। ਇੱਕੋ ਜਗ੍ਹਾ ਦਾਸ ਨਹੀਂ ਲਿਖਿਆ ਹੋਇਆ। ਮੈਂ ਉਹ ਪਰਮ ਪੁਰਖ ਦਾ ਦਾਸ, ਇੱਥੇ ਦਾਸ ਫਿਰ ਲਿਖ ਦਿੱਤਾ। ਇਹ ਅਸੀਂ ਗੱਲਾਂ ਨਹੀਂ ਮੰਨੀਆਂ। ਇਹ ਗਲਤੀ ਹੈ ਸਾਡੀ, ਇੱਥੇ ਇਹ ਮੰਨੀਆਂ ਪੈਣਗੀਆਂ, ਧਰਮ ਤਾਂ ਠੀਕ ਹੋਊਗਾ। ਰੌਲਾ ਹੀ ਤਾਂ ਨੇ ਅਸੀਂ ਅਸਲ 'ਚ ਗੁਰਮਤਿ ਸਹੀ ਰੂਪ 'ਚ ਨਾ ਦੇਖੀਏ, ਨਾ ਸਮਝੀਏ, ਨਾ ਮੰਨੀ। ਝਗੜੇ ਦੀ ਜੜ ਕਿੱਥੇ ਪਈ ਹੈ ਕਿ ਅਸੀਂ ਗੁਰਮਤਿ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਨਾ ਇਹ ਅਕਾਲ ਤਖਤ ਵਾਲਿਆਂ ਦੀ ਵੀ ਗਲਤੀ ਹੈ, ਵੀ ਨਹੀਂ ਕਰ ਰਹੇ, ਇਹ ਵੀ ਕਹਿੰਦੇ ਨੇ ਚੱਲੀ ਜਾਣ ਤੋਂ ਚਲਾਈ ਜਾਈਏ, ਇੱਦਾਂ ਹੀ ਡੰਗਟ ਪਾਊ, ਇੱਦਾਂ ਹੀ ਚੱਲਦਾ ਰਹੇ। ਮਨਮਤ ਇਹਨਾਂ ਨਾਲ ਵੀ ਬਹੁਤ ਹੈ, ਇਹ ਸਭ ਛੱਡਣਾ ਪਊਗਾ। ਇਹ ਤੇ ਜਾਇਜ਼ ਹੈ ਗੱਲ, ਇੱਥੇ ਤੱਕ ਤਾਂ ਜਾਇਜ਼ ਹੈ, ਪਰ ਆਹ ਹੈ ਨਹੀਂ ਜੀ, ਉਹ ਹੈ ਨਹੀਂ, ਇਹ ਤਾਂ ਗੱਲ ਕਿਸੇ ਨੂੰ ਨਹੀਂ ਬਣਨੀ। ਜਾਇਜ਼ ਗੱਲ ਹੈ ਜਿਹੜੀ ਮੰਨੀ ਜਾ ਸਕਦੀ, ਕਹੀ ਜਾ ਸਕਦੀ ਹੈ। ਆਪ ਹੱਥ ਦੇ ਲਿਓ ਬਚਾਏ, ਆਪ ਹੱਥ ਦੇ ਲਿਓ ਬਚਾਏ, ਉਹ ਆਪ ਹੱਥ ਦੇ ਕੇ ਮੈਨੂੰ ਹਰ ਜਗ੍ਹਾ ਤੇ ਬਚਾਇਆ ਹੈ। ਆਪ ਜੋ ਜੋ ਮੈਂ ਲਖੇ ਤਮਾਸ਼ਾ, ਹੁਣ ਜਿਹੜੇ ਜਿਹੜੇ ਹੁਣ ਮੈਂ ਉਹ ਗੱਲ ਜੋ ਜੋ ਮੈਂ ਤਮਾਸ਼ੇ ਦੇਖੇ ਨੇ ਇੱਥੇ ਸੰਸਾਰ ਦੇ ਵਿੱਚ, ਤਿਨ ਕੋ ਕਰਤ ਚਾਹਤ ਅਰਦਾਸਾ, ਸੋ ਸੋ ਕਰੋ ਤੁਮੈ ਅਰਦਾਸਾ। ਉਹ ਸੋ ਸੋ ਕਰੋ ਤੁਮੈ ਅਰਦਾਸਾ, ਮੈਂ ਤੁਹਾਡਾ ਸਾਹਮਣੇ ਉਹ ਪੇਸ਼ ਕਰਨੇ ਚਾਹੁੰਦਾ। ਅਰਦਾਸਾ ਦਾ ਮਤਲਬ ਪੇਸ਼ ਕਰਨਾ ਹੁੰਦਾ ਹੈ, ਅਰਦਾਸ ਦਾ ਵੀ ਆ ਗਿਆ ਅਰਥ ਅਰਦਾਸਾ। ਜਿਹੜੀ ਅਰਦਾਸ ਹੈ ਨਾ, ਪੇਸ਼ ਕਰਨਾ ਹੁੰਦਾ ਕੁਛ ਸਾਹਮਣੇ। ਜੋ ਪ੍ਰਭ ਕਿਰਪਾ ਕਟਾਚ ਦਿਖਾਇਆ ਹੈ, ਬੇਨਤੀ ਪੇਸ਼ ਕਰਨੀ ਕੋਈ ਅਰਦਾਸ ਕਹਿੰਦੇ ਨੇ ਉਹਨੂੰ। ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ। ਜੋ ਪ੍ਰਭ ਕਿਰਪਾ ਕਟਾਚ ਦਿਖਾਇਆ ਹੈ, ਜੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋਵੇ ਮੇਰੇ ਤੇ, ਸੋ ਤਬ ਦਾਸ ਉਚਾਰਤ ਜੈ ਹੈ। ਜੈ ਜੀ ਜੈ ਜੀ, ਮੈਨੂੰ ਕਿਰਪਾ ਕਟਾਸ਼ ਹੋ ਰਹੀ ਹੈ, ਜੋ ਜੋ ਮੈਨੂੰ ਦਿਖ ਰਿਹਾ ਹੈ, ਦਿਖਾ ਰਿਹਾ ਹੈ ਉਹ ਬਿਨ। ਸੋ ਬੋਲੇ ਜੋ ਪੇਖੇ ਅੱਖੀ, ਉਹ ਗੱਲ ਹੈ ਜੋ ਮੈਨੂੰ ਦਿਖਾ ਰਿਹਾ ਹੈ, ਕਿਰਪਾ ਕਟਾਸ਼ ਕਰ ਰਿਹਾ, ਉਹੀ ਬੋਲ ਰਿਹਾ, ਮੈਂ ਆਪਣੇ ਕੋਲੋਂ ਕੁਝ ਨਹੀਂ ਬੋਲ ਰਿਹਾ। ਸੋ ਤਬ ਦਾਸ ਉਚਾਰਤ ਜੈ ਹੈ, ਉਹੀ ਉਚਾਰਦਾ। ਉਹ ਮਰਿਆ ਜਿਹੜੀ ਗੱਲ ਹੈ ਨਾ, ਸੋ ਬੋਲੇ ਜੋ ਪੇਖੇ ਅੱਖੀ, ਉਹ ਗੱਲ ਇੱਥੇ ਕਹਿਤੀ ਆਦ ਦੇ ਵਿੱਚ ਹੈ। ਸੁਣੀ ਸੰਤਨ ਕੀ ਸਾਚੀ ਸਾਖੀ ਹੈ, ਸਾਚੀ ਸਾਖੀ ਸਾਬਤ ਕਰਤੀ, ਗੱਲ ਸੱਚੀ ਕਹੀ ਹੈ, ਕੁਛ ਵੀ ਇਹ ਗੱਲ ਤੋਂ ਝੂਠ ਨਹੀਂ ਕਿਹਾ। ਜੋ ਪਿੱਛੇ ਵੀ ਕਹਾਣੀ ਕਹੀ ਹੈ, ਜੋ ਜੰਗ ਦਾ ਵੀ ਨਕਸ਼ਾ ਦੱਸਿਆ ਹੈ, ਉਹਦੇ ਚ ਕਿਸੇ ਨਾਲ ਦਰੈਤ ਵਾਲੀ ਗੱਲ ਨਹੀਂ ਕੀਤੀ ਹੋਈ। ਜੋ ਦੇਖੀ ਆ ਉਹ ਕਹਿਤੀ। ਜਿਹੇ ਜਿਹੇ ਵਿਦਮੈ ਲਖੇ ਤਮਾਸ਼ਾ, ਜਿਹੜੀ ਜਿਹੜੀ ਤਰੀਕੇ ਨਾਲ ਮੈਂ ਤਮਾਸ਼ੇ ਦੇਖੇ ਨੇ, ਚਾਹਤ ਤਿਨਕੋ ਕਿਉ ਪ੍ਰਕਾਸ਼ਾ, ਮੈਂ ਉਹਨਾਂ ਦੇ ਉੱਤੇ ਰੋਸ਼ਨੀ ਪਾਉਣੀ ਚਾਹੁੰਦਾ। ਉਹਨਾਂ ਤੇ ਰੋਸ਼ਨੀ ਪਾਉਣੀ ਚਾਹੀ ਸੀ, ਪਾਤੀ। ਜੋ ਜੋ ਜਨਮ ਪੂਰਬਲੇ ਹੇਰੇ, ਇੱਕ ਹੋਰ ਗੱਲ ਆ, ਜਿਹੜੇ ਮੈਂ ਪੂਰਬਲੇ ਜਨਮ ਲਏ ਨੇ, ਉਹ ਮੈਨੂੰ ਸਮਰਨ ਜਿਨ੍ਹਾਂ ਦਾ ਹੋ ਗਿਆ। ਹੇਰੇ ਦਾ ਮਤਲਬ ਦੇਖ ਲੈ, ਹੇਰਾ ਰੋਟੀ ਕਾਰਨੇ ਗਲਾ ਘਟਾਵੇ ਕੌਣ, ਹੇਰੇ ਮਨ ਦੇਖਣਾ ਹੁੰਦਾ, ਹੇਰੇ ਮਨ ਦੇਖਣਾ ਹੁੰਦਾ। ਉਹ ਜਿਹੜੇ ਮੈਨੂੰ ਸੋਝੀ ਆ ਗਈ ਉਹਨਾਂ ਜਨਮਾਂ ਦੀ, ਪੂਰਬਲੇ ਜਨਮਾਂ ਦੀ। ਕਹਿ ਸੋ ਪ੍ਰਭ ਪਰਾਕਰਮ ਤੇਰੇ, ਉਹ ਮੈਂ ਤੇਰੀ ਪਰਾਕਰਮ ਨੂੰ ਕਹੇ ਦੇ ਪਿੱਛੇ ਜਿਹੜੇ ਕਾਇਆ ਹੈ, ਕਾਇਆ ਹੈ ਨਾ ਪਿੱਛੇ, ਉਹ ਪਿਛਲੇ ਜਨਮ ਦੀ ਗੱਲ ਹੈ। ਉਹ ਜਿਹੜੇ ਪਿੱਛੇ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਕਰਾਏ, ਲੱਭ ਕੁਛ ਲੱਗ ਜਿਹੜੀ ਗੱਲ ਸੀ। ਉਹ ਜਿਹੇ ਜੀ ਮੈਨੂੰ ਸੋਝੀ ਤੈਅ ਦਿੱਤੀ ਹੋਈ ਜੀ, ਮੈਂ ਕਹਿਤੀ। ਉਹ ਇੱਥੇ ਆ ਕੇ ਉਹ ਗੱਲ ਦੀ ਸਿੱਟਾ ਕੱਢ ਦਿੱਤਾ। ਉਹਨੂੰ ਪਤਾ ਵੀ ਮੈਂ ਕਹਿ ਕੇ ਆਇਆ ਕੁਛ ਉੱਥੇ ਪਿੱਛੇ। ਸਰਬਕਾਲ ਹੈ ਪਿਤਾ ਅਪਾਰਾ, ਸਰਬਕਾਲ ਹੈ ਪਿਤਾ ਅਪਾਰਾ, ਹਮਾਰਾ ਅਪਾਰਾ ਦੇਵੀ ਕਾਲ ਕਾ ਮਾਤ ਹਮਾਰਾ। ਹਾਂ, ਸਰਬਕਾਲ ਤਾਂ ਸਾਰਿਆਂ ਦਾ ਹੀ ਪਿਤਾ ਅਪਾਰਾ, ਦੇਵੀ ਕਾਲ ਕਾ ਮਾਤ ਹਮਾਰਾ। ਕਿਹਦਾ ਪਿਤਾ ਹੈ? ਸਾਰਿਆਂ ਦਾ ਹੀ ਹੈ। ਜਿਹੜੀ ਦੇਵ ਕਾਲ ਕਾ ਹੈ, ਉਹ ਮਾਤ ਹਮਾਰਾ। ਕਾਲ ਕਾ ਕੀ ਹੈ? ਜੋ ਮੇਰੀ ਇੱਛਾ ਹੈ, ਮੇਰੀ ਭੁੱਖ ਹੈ, ਉਹ ਕਾਲ ਕਾ। ਨਾਮ ਦੀ ਭੁੱਖ ਹੈ, ਨਾਮ ਦੀ ਜਿਹੜੀ ਭੁੱਖ ਹੈ ਮੇਰੇ ਅੰਦਰ, ਮੇਰੇ ਵਾਸਤੇ ਉਹੀ ਕਾਲ ਕਾ। ਉਹ ਮਾਤਾ, ਤੂੰ ਪਿਤਾ, ਤੂੰ ਮਾਤਾ। ਦੇਵੀ ਤੋਂ ਹੀ ਮਿਲਦਾ ਜੋ ਕੁਝ ਮਿਲਿਆ ਮੈਨੂੰ, ਹੁਕਮ ਤੋਂ ਹੀ ਮਿਲਿਆ ਹੈ, ਮਾਂ ਦੀ ਉਹ ਸਿੱਖਿਆ ਹੈ। ਗੁਰਮਤਿ ਮਾਂ ਹੈ ਨਾ। ਮਨੁਆ ਗੁਰ ਮੁਰ ਮਨਸਾ ਮਾਈ, ਮਨੁਆ ਗੁਰ ਜਿਹੜਾ ਅੰਦਰਲਾ ਮਨ ਹੈ ਨਾ, जे तो यह बाहरला मन पैदा होंगे ਹੁਣ ਤਾਂ ਹੁਣ ਇਹਨਾਂ ਦਾ ਇੱਕੋ ਹੀ ਹੈ, ਦੋ ਹੈ ਨਹੀਂ। ਮਨੁਆ ਗੁਰ ਮਨਸਾ ਮਾਈ, ਮਨਸਾ ਮਾਈ ਮਨ ਦੀ ਇੱਛਾ ਮਾਂ ਹੈ, ਮਨ ਦੀ ਇੱਛਾ ਨਾਮ ਉਹ ਮਾਂ ਹੈ। ਜਿਨ ਮੋਹ ਜਿਹੜਾ ਹੈ ਉਹ ਗੁਰ ਗਿਆਨ ਸਰੂਪ ਹੈ, ਗਿਆਨ ਦੇ ਰਿਹਾ ਹੈ, ਮਨੇ ਗਿਆਨ ਕਰਾ ਰਿਹਾ ਹੈ, ਜੀਵ ਆਤਮਾ ਹੀ ਗਿਆਨ ਕਰਾ ਰਹੀ ਹੈ। ਸਰੀਰ ਗੁਰ ਨਹੀਂ ਹੈ, ਆਹ ਹੈ ਪੰਜ ਤੱਤਾਂ ਦਾ ਸਰੀਰ। ਨਾ ਸਰੀਰ ਕਿਸੇ ਦਾ ਗੁਰ ਹੈ, ਨਾ ਸਰੀਰ ਕਿਸੇ ਦੀ ਮਾਂ ਹੈ। ਗੁਰ ਮੈਨੇ ਪਿਤਾ ਹੀ ਹੁੰਦਾ, ਗੁਰ ਤਾਂ ਲਿਖਿਆ, ਪਿਤਾ ਨਹੀਂ ਲਿਖਿਆ। ਧਰਮ ਦਾ ਪਿਤਾ ਗੁਰ ਹੁੰਦਾ, ਇੱਥੇ ਧਰਮ ਦਾ ਪਿਤਾ ਗੁਰ ਹੁੰਦਾ। ਸਰੀਰ ਵਾਲਾ ਪਿਤਾ ਪਿਤਾ ਹੁੰਦਾ, ਧਰਮ ਦੇ ਦੁਨੀਆ ਵਿੱਚ ਪਿਤਾ ਗੁਰ ਨੂੰ ਕਹਿੰਦੇ ਸੀ। ਮਨੁਆ ਗੁਰ ਮਨਸਾ ਮਾਈ, ਮਨਸਾ ਮਾਈ ਉੱਥੇ ਕੀ ਕਿਹਾ? ਆਦੇ ਵਿੱਚ ਕੀ ਕਿਹਾ? ਮਤ ਮਾਤਾ ਸੰਤੋਖ ਪਿਤਾ। ਆ ਉਸੇ ਦੀ ਗੱਲ ਹੈ, ਮਤ ਮਾਤਾ ਸੰਤੋਖ ਪਿਤਾ। ਸੰਤੋਖੀ ਕੌਣ ਹੈ? ਮਨ ਸੰਤੋਖੀ ਹੋ ਗਿਆ, ਆਪੇ ਪਿਤਾ ਹੋ ਗਿਆ। ਸੰਤੋਖੀ ਨੂੰ ਆਉਣਾ ਮਨ ਨੂੰ ਆਉਣਾ, ਮਨੇ ਗੁਰ ਹੋਣਾ। ਫਿਰ ਮਨਸਾ ਮਾਈ ਮਨ ਦੀ ਇੱਛਾ, ਮਨ ਦੀ ਭੁੱਖ ਕੀ ਹੈ? ਗੁਰਮਤ ਦੀ ਭੁੱਖ ਹੈ। ਮਤ ਮਾਤਾ, ਮਤ ਮਾਤਾ ਹੋ ਗਈ। ਲਫ਼ਜ਼ ਹੋਰ ਦੇ ਤੇ ਗੱਲ ਉਹੀ ਹੈ, ਗੱਲ ਉਹੀ ਹੈ। ਕਿਸੇ ਭਗਤ ਨੇ, ਕਿਸੇ ਨੇ ਇਹ ਭਗਤ ਦਿੱਤੇ ਸੀ ਪੱਟਾਂ ਨੇ, ਪੱਟਾਂ ਦੇ ਸਵਈਆਂ ਸੀ ਇਹ ਗੱਲ। ਪੱਟਾਂ ਦੇ ਸਵਈਆਂ ਦੀ ਗੱਲ ਨੂੰ ਹੀ ਪਲਟਾ ਕੇ ਆਪਣੇ ਗੁਰਮਤ ਦੇ ਅਨੁਸਾਰ ਕਹਿ ਰਹੇ ਨੇ। ਹੋਰ ਕਿਸੇ ਗੁਰੂ ਨੇ ਗੱਲ ਨਹੀਂ ਸੀ ਕਹੀ, ਇਹ ਰਹਿ ਜਾਣੀ ਸੀ ਗੱਲ। ਜੇ ਇੱਥੇ ਨਾ ਕਲੈਰੀਫਾਈ ਕਰਦੇ ਤਾਂ ਪੱਟਾਂ ਦੇ ਕੋਲ, ਕਿਉਂਕਿ ਉਹ ਪੱਟ ਲਿਆ ਸੀ, ਉਹ ਵੀ ਤਾਂ ਪਿੱਛੇ ਹੋ। ਗੁਰਬਾਣੀ ਕਦੇ ਨਹੀਂ ਸੁਣੀ ਪੱਟਾਂ ਨੇ ਗੱਲ, ਗੁਰਬਾਣੀ ਜੋ ਗੱਲ ਨਹੀਂ ਸੁਣੀ ਹੋਈ ਹੈਗੀ ਪੱਟਾਂ ਨੇ। ਫਿਰ ਵੀ ਉਹਨਾਂ ਨੇ ਕਹਿਤਾ ਮਤ ਮਾਤਾ ਸੰਤੋਖ ਪਿਤਾ। ਉਹਨਾਂ ਕੋਲ ਵੀ ਕੁਝ ਹੈ ਪਿੱਛੇ, ਉਹ ਵੇਦ ਪੜ੍ਹੇ ਨੇ, ਉਹਨਾਂ ਦੇ ਬਜ਼ੁਰਗਾਂ ਨੇ ਲਿਖੇ ਨੇ ਵੇਦਾਂ ਦੇ ਅਰਥ। ਉਪਨਿਸ਼ਦਾਂ ਉਹਨਾਂ ਦੇ ਬਜ਼ੁਰਗਾਂ ਦੀਆਂ ਲਿਖੀਆਂ ਹੋਈਆਂ ਨੇ, ਉਹਨਾਂ ਦਾ ਖਾਨਦਾਨੀ ਸੀ। ਹਾਂ, ਥੋੜਾ ਜਿਹਾ ਭੁਲੇਖਾ ਲੱਗਿਆ ਹੋਇਆ ਸੀ, ਉਹ ਗੁਰੂ ਘਰ ਨੇ ਕੱਢ ਦਿੱਤਾ। ਦਾਲ ਵਾਲਾ ਭੁਲੇਖਾ ਸੀ ਲੱਗਿਆ ਹੋਇਆ, ਦਾਲ ਦਾ ਨਹੀਂ ਸੀ ਪਤਾ ਉਹਨਾਂ ਨੂੰ। ਹਾਂਜੀ, ਮਨੁਆ ਗੁਰ ਮਨ ਮਨਸਾ ਮਾਈ ਜਿਨ ਮੋਕੋ ਸੁਭ ਕਰਿਆ ਪੜਾਈ। ਆ ਸ਼ੁਭ ਕਰਿਆ ਉਸਨੇ ਪੜਾਈ ਹੈ ਸਾਰੀ, ਸ਼ੁਭ ਕਰਿਆ। ਜਬ ਮਨਸਾ ਮਨ ਮਿਆ ਵਿਚਾਰੀ, ਜਬ ਮਨਸਾ ਮਨ ਮਿਆ ਵਿਚਾਰੀ, ਜਾਂ ਗੁਰਮਤਿ ਦੀ ਮਨ ਦੇ ਵਿੱਚ ਵਿਚਾਰ ਕੀਤੀ। ਮਨਸਾ ਮਨ ਮਿਆ ਵਿਚਾਰੀ ਗੁਰਮਨੁਆ ਕਹਿ ਕਹਿਓ ਸੁਧਾਰੀ। ਬਸ ਗੁਰਮਨੁਆ ਕਹਿ ਕੇ, ਇਹ ਗੁਰਮਨੁਏ ਨੇ ਸੁਧਾਰ ਕੇ ਕਥਾ ਕਹੀ ਹੈ। ਗੁਰਮਨੁਆ ਕਹਿ ਕਹਿਓ ਸੁਧਾਰੀ, ਇਹ ਉਹਨੇ ਸੁਧਾਰ ਕੇ ਕਥਾ ਇਹ ਤਾਂ ਕਹੀ ਹੈ। ਉਹ ਮਨਸਾ ਦੀ ਜਿਹੜੀ ਮਿਆ ਸੀ, ਮਤਲਬ ਜਿਹੜੀ ਮਤ ਤੋਂ ਜਿਹੜੀ ਕਿਰਪਾ ਹੋਈ ਸੀ, ਮਤ ਜਾਗੀ ਸੀ, ਜਿਹੜੀ ਜਾਗੀ ਹੋਈ ਮਤ ਨੇ ਜੋ ਕੁਛ ਕਿਹਾ। ਜਾਗਦੀ ਆ ਜਦ ਮਤ, ਤੇ ਪਿਛਲੇ ਜਿਹੜੇ ਨੇ ਉਹ ਸਮੰਡ ਹੋ ਜਾਂਦੇ ਨੇ। ਜਾਂ ਮਤ ਜਿਹਨਾਂ ਚੋਂ ਸੁੱਤੀ ਪਈ ਆ, ਪਿਛਲੇ ਜਨਮਾਂ ਦਾ ਪਤਾ ਨਹੀਂ, ਜਾਂ ਮਤ ਜਾਗਦੀ ਆ, ਉਹ ਸਮੰਡ ਹੋ ਜਾਂਦੇ ਨੇ ਸਾਰੇ। ਹਾਂਜੀ, ਜੇ ਜੇ ਚਰਿੱਤ ਪੁਰਾਤਨ ਲਹੇ, ਜਿਹੜੇ ਜਿਹੜੇ ਪੁਰਾਤਨ ਚਰਿੱਤਰ ਲਹੇ ਨੇ, ਦੇਖੇ ਨੇ, ਮੈਂ ਸਮਝੇ ਨੇ। ਤੇ ਅਬ ਜਾਈਤ ਹੈ ਕਹੇ, ਮੈਂ ਉਹ ਹੁਣ ਕਹਿਣੇ ਚਾਹੁੰਦਾ। ਸਰਬ ਕਾਲ ਕਰਨਾ ਤਬ ਭਰੇ, ਸਰਬ ਕਾਲ ਕਰਨਾ ਮੇਰੀ ਇੱਛਾ ਹੋਈ ਹੈ, ਤਾਂ ਸਰਬ ਕਾਲ ਨੇ ਮੇਰੇ ਤੇ ਬੜੀ ਕਿਰਪਾ ਕੀਤੀ, ਕਰਨਾ ਚ ਭਰ ਗਏ, ਮਿਹਰਬਾਨ ਹੋਏ। ਸੇਵਕ ਜਾਣ ਦਇਆ ਰਸ ਢਰੇ, ਬਸ ਸੇਵਕ ਜਾਣ ਕੇ ਐਸੀ ਦਇਆ ਕੀਤੀ, ਸਾਰੇ ਉਹ ਵੀ ਇਹੋ ਜਿਹੀ ਦੇਤੀ। ਇਹ ਤੋਂ ਬਾਅਦ ਅਵਤਾਰਾਂ ਦੀ ਕਥਾ ਹੋਣੀ ਹੈ ਅਸਲ ਚ। ਇੱਕ ਤਾਂ ਪ੍ਰਬੋਧ ਚੰਦਰ ਨਾਟਕ, ਉਹ ਗਿਆਨ ਪ੍ਰਬੋਧ ਆਊਗਾ। ਉਹ ਗਿਆਨ ਪ੍ਰਬੋਧ ਤੋਂ ਪਹਿਲਾਂ ਗੱਲ ਲਿਖੀ ਹੋਈ ਹੈ ਅਸਲ। ਚੰਡੀ ਚਰਿੱਤਰ ਜਿਹੜੇ ਨੇ, ਚੰਡੀ ਦੀ ਵਾਰ ਤੋਂ ਪਹਿਲਾਂ ਲਿਖੇ ਹੋਏ ਨੇ 75 ਨਾਟਕ ਨੂੰ। ਇੱਥੇ ਭਾਵੇਂ ਕਿਸ ਤਰੀਕੇ ਨਾਲ ਹੈ ਗ੍ਰੰਥ ਦੇ ਵਿੱਚ, ਪਰ ਇਹ ਤੋਂ ਪਹਿਲਾਂ ਲਿਖੇ ਹੋਏ ਨੇ ਚੰਡੀ ਚਰਿੱਤਰ ਦੋਏ ਔਰ ਚੰਡੀ ਦੀ ਵਾਰ। ਇਹ ਤੋਂ ਬਾਅਦ ਕੀ ਲਿਖਿਆ ਹੈ? ਇਹ ਤੋਂ ਬਾਅਦ ਉਹ ਲਿਖਿਆ ਹੈ ਅਗਲਾ ਗਿਆਨ ਪ੍ਰਬੋਧ। ਉਹਦੇ 'ਚ ਪੜਨਵਾਂ ਦੀ ਉਹ ਸਾਰੀ ਗੱਲਬਾਤ ਹੈ। ਉਹ ਕਹਿੰਦੇ ਫੇਰ ਮੈਨੂੰ ਉਹਦੀ ਸੋਝੀ ਆਈ ਹੈ, ਤਾਂ ਮੈਂ ਬਾਅਦ ਚ ਲਿਖਿਆ। ਉਹ ਜੋ ਜੋ ਜਨਮ ਪੂਰਬਲੇ ਭਇਓ, ਜਿਹੜੇ ਜਿਹੜੇ ਪੂਰਬਲੇ ਜਨਮ ਮੇਰੇ ਹੋਏ ਨੇ, सो सो सब सिमरन कर दे वह सारे सिमरन हो गए। मत जो जाग जाई जब मत जागती है वो ऐसे करके मनु कहते ने ना मेरी मां सोगी कहता हो मत जगाई है। जन्म तो पहले की गल याद आ गई असल जो भी यही गल है ताही वो गल चलाई है महाभारत की एदे नाल मिलती है ना। मोको इति हुति कहो सुधम मैनू इन्नी किथे सोची सीगी जिहड़ा मैं कुछ लिखी जाना मैनू नहीं सी पता किसी भी गल दा। जस प्रभ दई कृपा कर बुद्धम आता परमेश्वर ने बुद्धि हुण दित्ती है पहला नहीं सी मैनू पता है गल दा। जे कोई कहे मैं जब दई है जासी ये नहीं गल हैगी। सर्व काल रक्षा सब काल रक्षा सब काला सर्वकाल तो हमेशा ही रक्षा करता सब दी करता रक्षा। लोह रच सर्वदा विशाल लोह रच सर्वदा विशाल सारी ओदी तो सारी सृष्टि में रचे लोह रच सर्वदा विशाल जिन्ना भी जीव आत्मा है सारिया नूं रक्षा ओदी है सारे दी ओदी ओदी रक्षा है सारे ओदी कस्टडी विच ही ने। ढीठ पयो तब कृपा लखाई ढीठ पयो तब कृपा लिखाई एंडो फिरो सबन ब्योराई ब्योराई कहने मेरे तो ऐसी कृपा हुई है मैं किसी की परवाह नहीं करता। एंडो फिरो सबन ब्योराई आकड़िया फिरदा सारे राजा के सामने किसी की परवाह नहीं करता ऐसी कृपा हुई है मेरे ते मैनू किसी की कोई परवाह नहीं है। एंडो फिरो सबन ब्योराई सारे का अपने आप को राजा समझदा इन्हां दा भी ਕਿ ਬੁੱਧ ਬਲਵਾਨ ਜਿਹੇ ਜਿਹੇ ਬਿਦ ਜਨਮਨ ਸੁਧ ਆਈ ਬੁੱਧ ਜਿਹੜੀ ਹੈਗੀ ਹੈ ਬੁੱਧ ਸਭ ਤੋਂ ਉੱਚੀ ਹੈ ਬੁੱਧ ਉੱਚੀ ਹੈ ਉਹੀ ਗੱਲ ਆ ਗਈ ਨਾ। ਭਗਤ ਬਿਨਾ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਉਹ ਕਹਿਣ ਆਹੀ ਗੱਲ ਕਹਿ ਰਹੇ ਮੈਂ ਨਹੀਂ ਮੰਨਦਾ ਕਿਸੇ ਨੂੰ ਆਪਣੇ ਬਰਾਬਰ। ਜਦੋਂ तो मैंने सोच ही आई है ना विवेक बुद्धि प्राप्त हुई है मैं नहीं इन्हों की परवाह करता राजा रूजा की मैं इन्हों अपने थले समझदा ये राजा सारे शहनशाह थले समझदा मैं मैनू कहती कोई परवाह नहीं हैगी। जे जे बिद जन्मन सुध आई जे जे तरीके नाल मैनू जन्मां दी सुध आई है पिछलियां दी ते मतलब कहे ग्रंथ बनाई मैं उस तरीके नाल ग्रंथ बना के कहते ਹੁਣ ਇਹ ਕਿਹੜੇ ਬੰਦੇ ਨੇ ਲਿਖਿਆ ਹੈ ਬਚਿੱਤਰ ਨਾਟਕ ਉਹ ਤਾਂ ਲਿਖੀ ਜਾਂਦਾ ਵਿੱਚ ਸਭ ਕੁਝ ਜਾਂ ਤਾਂ ਇਹਨਾਂ ਲੋਕਾਂ ਨੇ ਪੜ੍ਹਿਆ ਨਹੀਂ ਜੇ ਪੜ੍ਹਿਆ ਨਹੀਂ ਫਿਰ ਕਿਹਾ ਕਿਉਂ ਬੜੀ ਸਾਜ਼ਿਸ਼ ਹੈ ਕੋਈ ਇਹ ਤੋਂ ਪਤਾ ਲੱਗਦਾ ਕਿ ਕੀ ਪਲਾਨ ਹੈ ਇਹਨਾਂ ਲੋਕਾਂ ਦਾ ਸਾਜ਼ਿਸ਼ ਕੀ ਹੈ ਕੀ ਕਰਨਾ ਚਾਹੁੰਦੇ ਸੀ ਕਦੋਂ ਤੋਂ ਕਰਨਾ ਚਾਹ ਰਹੇ ਹੈ ਇਹ ਬਹੁਤ ਪਿੱਛੋਂ ਤੋਂ ਆਏ ਹੋਏ ਨੇ ਨਾ ਲੋਕ ਉਦੋਂ भी ਸੀ सनातनी सारे सनातनी कहते भी गुरु ग्रंथ साहब ਨੂੰ ਆਦਰੂ कर दीए ਪਹਿਲਾਂ ਭਗਤਾਂ ਦੀ ਬਾਣੀ ਕੱਢ ਦਈਏ ਇਹਦੀ ਕੱਢ ਦਈਏ ਉਹਦੀ ਕੱਢ ਦਈਏ ਵੀ ਯਾਨੀ ਗ੍ਰੰਥ ਨੂੰ ਇਸ ਪੋਜੀਸ਼ਨ ਨਾਲ ਰਹਿਣ ਦਈਏ ਸਿੱਖੀ ਆਪੇ ਖਤਮ ਹੋ ਜੂ। ਜਦੋਂ ਗੁਰੂ ਗ੍ਰੰਥ ਦਾ ਸੰਕਲਨ ਹੋ ਗਿਆ ਨਾ ਇਹਦੇ ਕਰਕੇ ਤਾਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਕੀਤੀ ਸੀ ਵੀ ਇਹ ਤਾਂ ਇਹਨਾਂ ਸੱਪਾ ਖੜਾ ਕਰਤਾ ਇਹ ਧਰਮ ਨੂੰ ਹੁਣ ਕੋਈ ਨਹੀਂ ਹਿਲਾ ਸਕਦਾ ਹਮੇਸ਼ਾ ਹੀ ਰਹੂਗਾ। ਹੁਣ ਇਹ ਕਹਿੰਦੇ ਨੇ ਕਿਸ ਤਰੀਕੇ ਨੂੰ ਇਹਨੂੰ ਖਿਲਾ ਦਈਏ ਇੱਕ ਤਾਂ ਇਹ ਲੋਕ ਸੀ ਜਿਹੜੇ ਕਹਿੰਦੇ ਨੇ ਵੀ ਰਬਦਾਸ ਦੀ ਬਾਣੀ ਯਾਦ ਕਰ ਲਓ ਫਲਾਣੇ ਦੀ ਇਹ ਉਹਨਾਂ ਦੀ ਉਹ ਚਾਲ ਹੈ ਵੀ ਇਹ ਧਰਮ ਦਾ ਪੱਕਾ ਹੋ ਗਿਆ ਫਿਰ ਇਹ ਤਾਂ ਜਾਣਾ ਹੀ ਨਹੀਂ ਇਹ ਤਾਂ ਗ੍ਰੰਥ ਬਣ ਗਿਆ ਹੁਣ ਤਾਂ ਹੀ ਬਣਿਆ ਨਹੀਂ ਇਸ ਕਿਸੇ ਨੂੰ ਕਿਸੇ ਤਰੀਕੇ ਨਾਲ ਉਹਨਾਂ ਦੇ ਏਜੰਟ ਨੇ ਸਾਰੇ ਲੋਕ ਦਸਮ ਗ੍ਰੰਥ ਦੇ ਜਿਹੜੇ ਖਿਲਾਫ ਬੋਲਦੇ ਨੇ ਉਹ ਵੀ ਉਹਨਾਂ ਦੇ ਏਜੰਟ ਨੇ। ਪ੍ਰਥਮੇ ਸਾਧੁਕ ਜਿਹੇ ਬਿਦਲਾਹਾ ਪ੍ਰਥਮੇ ਸਾਧੁਕ ਜਿਹੇ ਬਿਦਲਾਹਾ ਪਹਿਲਾਂ ਮੈਂ ਸਾਧੁਕ ਜਿਸ ਤਰੀਕੇ ਨਾਲ ਦੇਖਿਆ ਸਾਧੁਕ ਨੂੰ ਪ੍ਰਥਮੇ ਦੇਵੀ ਚਰਿੱਤਰ ਕੋ ਕਹਾ ਹਾਂ ਉਹ ਦੇਵੀ ਦੇ ਚਰਿੱਤਰ ਕਹਤੇ ਉਦੋਂ ਸਾਧੁਕ ਦੇ ਵਿੱਚ ਦੇਵੀ ਦੇ ਚਰਿੱਤਰ ਮੈਂ ਪਿਛਲੇ ਜਨਮ ਦੇ ਕਹੇ ਰੇ ਸੋਝੀ ਦੇ आ सोझी मैनू हुण आई है। वो जिहड़े देवी दे चरित्र में कहे ने वो पिछले सोझी जिहड़ी जन्म दे याद आया है ना, वो जब मैं देखिया है वो देखिया होया दसिया, वो भी उत्थे चंडी चरित्र पहले चंडी चरित्र बनाया, चंडी चरित्र दे देखे होए दसे ने वो भी। वो पिछले जन्म दे देखे दसे पहले चंडी चरित्र बनायो, पहले चंडी चरित्र बनाया। नग सिखते कर्म भाग सुनायो, नग सिखते कर्म भाग सुनायो। मैं सिक्ख्या देने वास्ते सच्ची गल कही है, सिक्ख्या देने वास्ते कर्म भांत कही। कर्म भांत ये राक्षस दे नो जिहड़े ने आदमी च भी आए हुए ने, ये कुछ गल होर है। छोर कथा तब प्रथम सुनाई, फिर छोर किनारे छोर कथा। छोर कथा होती है एंड दी कथा, विचाला छड़ता बहुत, दूजे किनारे ते चला गया। सिर्फ ए जन्म दी कथा, पिछले जन्म दे दस के विचाले दे जन्म छड़ के फिर मैं ए किनारे दी कथा सुनाती, विचाला दरिया छड़ता। छोर कथा तब छोर किनारा सुनाई, आखिरी जन्म दी कथा सुनाती फिर मैं। हाँ, अब चाहत फिर करूं बढ़ाई, अब मैं फिर चाहना भी मैं तेरा उस्तत करां, तेरी बढ़ियाई करां। अब चाहत फिर करूं बढ़ाई, हुण मैं तेरी उस्तती करनी चाहना।